ਡਿੰਪੀ ਚੰਦਪਾਨ ਹਨਾ ਮੇਰੇ ਕਾਲਜ ਦੇ ਸੀਨੀਅਰ ਸੀਗੇ ਸਾਡੇ ਲਈ 22 ਸੀਗਾ ਡਿੰਪੀ 22 ਹਨ ਮੈਂ ਕਿਹਾ ਕੀ ਹੋ ਗਿਆ ਸਾਰੇ ਖੜੇ ਸੀ ਆਪਦੇ ਇੱਕ ਬੰਦਾ ਮੈਨੂੰ ਕਹਿੰਦਾ ਤੈਨੂੰ ਨਹੀਂ ਪਤਾ ਮੈਂ ਕਿਹਾ ਡਿੰਪੀ 22 ਰਹਾ ਹੋ ਰਿਹਾ ਇਹ ਸ਼ਰਧ ਸੀ ਜਿਹੜਾ ਕਿ ਡਿੰਪੀ 22 ਰਹਾ ਹੋ ਰਿਹਾ ਇਹਨੇ ਅਸਲ ਸੇ ਜੋੜਾ ਲਖਵਾਈ ਪੂਰਨਿਕਾਰ ਆ ਜਿਹੜੀ ਉਹ ਚੰਦਪਾਨ ਪਹੁੰਚ ਗਈ ਸੀ ਤਾਂ ਮਗਰਲੀ ਕਾਰ ਹਲੇ ਇੱਥੇ ਹੀ ਫਿਰਦੇ ਸੀ ਹਨਾ ਹਾਂ ਬਠਿੰਡੇ ਗੋਨਿਆਣੇ ਇੱਥੇ ਹੀ ਫਿਰਦੇ ਸੀ ਬਾਪੂ ਨੇ ਉਸ ਦਿਨ ਇਹ ਗੱਲ ਕਹੀ ਸੀ ਮੈਨੂੰ ਕਿ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ ਧਰਮਿੰਦਰ ਦੇ ਮੂੰਹੋਂ ਜਿਹੜੀਆਂ ਗੱਲਾਂ ਕਹਾਈਆਂ ਉਹ ਅਸਲ 'ਚ ਮੇਰੇ ਬਾਪੂ ਜੀ ਨੇ ਕਹੀਆਂ ਸੀ ਕਿ ਮੇਰੇ ਲਈ ਅਸਲ 'ਚ ਦੋ ਮੌਤਾਂ ਹੋਈਆਂ ਨੇ ਇੱਕ ਦੀਪ ਦੀ ਇੱਕ ਜੋਰੇ ਦੀ ਜਿਹੜੇ ਸੈਂਸਿਟਿਵ ਲੋਕ ਨਹੀਂ ਹੁੰਦੇ ਉਹ ਹਥਿਆਰ ਨਹੀਂ ਚੱਕ ਸਕਦੇ ਜੇ ਸਾਡੀ ਯੰਗ ਜਨਰੇਸ਼ਨ ਸੈਂਸਿਟਿਵ ਨਹੀਂ ਸੀ 1970 ਵਿੱਚ ਅਜ ਤਨ ਅਕਸਲਾਈਟ ਮੂਵਮੈਂਟ ਨਹੀਂ ਸੀ ਪੈਦਾ ਹੁੰਦੀ ਜਿਹੋਦੋਂ ਬਾਦ ਅਸੀਂ ਇਹਾਂ ਚ ਅਸੀਂ ਸੈਂਸਿਟਿਵ ਨਾ ਹੁੰਦੇ ਤਾਂ ਸਾਡੀ ਖੜਕੂ ਮੂਵਮੈਂਟ ਨਹੀਂ ਸੀ ਪੈਦਾ ਹੋਣੀ ਅਮਰਦੀਪ ਗਿੱਲ ਵੈਪਨ ਕੈਰੀ ਕਰਦੀ ਸਾਡੀ ਫਿਲਮ ਚ ਆਖਣਗੇ ਜਵਾਗ ਵਗਵਾੜਦੇ ਹੋ ਤੁਸੀਂ ਤੁਸੀਂ ਗੈਂਗਸਟਰਾਂ ਨੂੰ ਪ੍ਰੋਮੋਟ ਕਰਦੇ ਹੋ ਤੁਸੀਂ ਤਾਂ ਐਂ ਕਰਦੇ ਹੋ ਤੁਸੀਂ ਤਾਂ ਉਹ ਕਰਦੇ ਹੋ ਉਹ ਯਾਰ ਦੂਜੀਆਂ ਕਿਹੜਾ ਦੇਸ਼ ਭਗਤਾਂ ਦੇ ਬਣੀਆਂ ਫਿਲਮਾਂ ਨੇ ਤੁਹਾਡੇ ਖਲਨਾਇਕ ਹੀ ਨਾਇਕ ਬਣ ਜਾਂਦੇ ਮੈਨੂੰ ਐਂ ਲੱਗਦਾ ਹੋਰਾਂ ਨਹੀਂ ਆ ਫਿਲਮ ਉਹ ਹੋਰਾਂ ਡਾਇਰੈਕਟਰਾਂ ਵਰਗੀਆਂ ਹੁੰਦੀਆਂ ਨੇ ਜਿੱਦਾਂ ਦੇ ਉਹ ਹੈਗੇ ਆ ਮੇਰੀਆਂ ਬਲਵਾਂ ਮੇਰੇ ਅਰਗੀਆਂ ਹੁੰਦੀਆਂ ਨੇ ਜਿਹੋ ਜਾਂ ਮੈਂ ਹੈਗਾ ਜੋਰਾ ਉਦਾਂ ਦਾ ਪਾਤਰ ਹੈ ਜਿਹੋ ਜਾਂ ਅਮਰਦੀਪ ਆ ਹਾਂ ਬਸ ਈ ਗੱਲ ਬਾਈ ਸਿੱਧੂ ਬੋਲਦਾ ਮੂਸੇ ਤੋਂ ਉਹਨੇ ਸਾਰਾ ਕੁਝ ਹੀ ਬਦਲ ਕੇ ਰੱਖਤਾ ਜਿਸ ਦਿਨ ਮੈਂ ਘਰੇ ਗਿਆ ਸੀ ਤੇ ਉੱਦੇ ਫਾਦਰ ਹੈ ਨਹੀਂ ਸੀਗੇ ਮਦਰ ਸੀਗੇ ਤੇ ਆਪਦੀ ਮਦਰ ਨੂੰ ਵੀ ਮੈਨੂੰ ਐ ਕਹਿ ਕੇ ਕਹਿੰਦੇ ਕਹਿੰਦਾ ਮੇਰੇ ਦੋਸਤ ਨੇ ਮਤਲਬ ਮੈਂ ਹੱਸਦਾ ਹੁਣਾ ਵੀ ਮੈਂ ਛਿੱਟੀ ਗਾਢੀਆਂ ਵਾਂਗੂ ਜਿਉਂ ਨਹੀਂ ਮਾਂ ਉਹਨਾਂ ਨੇ ਸੋਚਿਆ ਹੁਣਾ ਵੀ ਤੇ ਪਹਿਲੀ ਯਾਰੀ ਰਵਾਲ ਵਰ ਮੈਂ ਹੱਥ 'ਚ ਪੜਿਆ ਸੀ ਮੇਰਾ ਸਾਰਾ ਸਰੀਰ ਕੰਬੀ ਜਾਂਦਾ ਸੀ ਇਹ ਸਾਲੇ ਹਥਿਆਰ ਵੀ ਬੜੀ ਚੀਜ਼ ਐ ਮੇਰੇ ਅਰਗੇ ਲੰਡੂ ਬੰਦੇ ਨੂੰ ਵੀ ਹਿੰਦੂ ਨਾਲ ਮੇਰੇ ਵਿਰੋਧੀ ਕਹਿੰਦੇ ਹੁੰਦੇ ਸੀ ਕਿ ਅਮਰਦੀਪ ਦੇ ਤਾਂ ਕੋਈ ਬਟਨ ਲੱਗਿਆ ਹੋਇਆ ਉਹ ਕੁੜੀਆਂ ਨੂੰ ਪ੍ਰਭਾਵਿਤ ਕਰਨ ਲਈ ਉਹ ਬਟਨ ਆਪਦਾ ਤੇ ਅੱਖਾਂ 'ਚ ਪਾਣੀ ਲੈ ਆਉਂਦਾ ਤੇ ਇਸ ਕਰਕੇ ਉਹ ਡਰਾਮੇ ਕਰਦਾ ਹਣ ਪੂਰਾ ਨਹੀਂ ਰਹਿੰਦਾ ਮਨੁੱਖ ਹਮੇਸ਼ਾ ਬਦਲਦਾ ਹੈ ਮਨੁੱਖ ਮਾਨਸਿਕ ਤੌਰ ਤੇ ਵੀ ਬਦਲਦਾ ਹੈ ਮਨੁੱਖ ਸਮਾਜਿਕ ਤੌਰ ਤੇ ਵੀ ਬਦਲਦਾ ਹੈ ਬਦਲਣਾ ਮਨੁੱਖ ਦੀ ਪਰਵਿਰਤੀ ਦੇ ਵਿੱਚ ਹੈ ਅੱਜ ਸਾਡੇ ਗੈਸਟ ਸਾਡੇ ਨਾਲ ਰਹਿਣਗੇ ਅਮਰਦੀਪ ਸਿੰਘ ਗਿੱਲ ਜਿਹੜੇ ਪਹਿਲਾਂ ਕਦੇ ਅਮਰਦੀਪ ਗਿੱਲ ਹੋਇਆ ਕਰਦੇ ਸੀ ਬਾਅਦ ਦੇ ਵਿੱਚ ਅਮਰਦੀਪ ਸਿੰਘ ਗਿੱਲ ਬਣੇ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਇਵੇਂ ਮੈਂ ਕਿਹਾ ਵੀ ਬਦਲਣਾ ਮਨੁੱਖ ਦੀ ਪ੍ਰਵਿਰਤੀ ਦੇ ਵਿੱਚ ਤੁਸੀਂ ਪਹਿਲਾਂ ਨਾਮ ਲਿਖਿਆ ਕਰਦੇ ਸੀ ਅਮਰਦੀਪ ਗਿੱਲ ਤੇ ਹੁਣ ਅਮਰਦੀਪ ਸਿੰਘ ਗਿੱਲ ਜੀ ਇਹ ਬਦਲਾ ਨਹੀਂ ਇੱਕ ਹੋਰ ਨਾਮ ਆ ਲੈ ਤੁਹਾਨੂੰ ਨਹੀਂ ਪਤਾ ਮੇਰਾ ਮੈਂ ਕਾਲਜ ਦੇ ਦਿਨਾਂ ਦਿਨਾਂ ਦੇ ਵਿੱਚ ਅਮਰਦੀਪ ਉਦਾਸ ਵੀ ਹੋਇਆ ਕਰਦਾ ਸੀ ਜਵਾਨੀ ਅਕਸਰ ਉਦਾਸ ਹੁੰਦੀ ਹੈ ਸਾਡੇ ਮਧੂ ਵਰਗੀ ਲੋਕਾਂ ਦੀ ਉਸੀ ਤਰ੍ਹਾਂ ਮੇਰੀ ਵੀ ਉਦਾਸ ਸੀ ਤੇ ਉਦਾਸ ਹੋ ਗਈ ਸੀ ਜਣੀ ਇਸ ਕਰਕੇ ਮੈਂ ਅਮਰਦੀਪ ਉਦਾਸ ਲਿਖਦਾ ਹੁੰਦਾ ਸੀ ਜਦੋਂ ਮੈਂ ਪੰਜਾਬੀ ਆ ਐਮਏ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਤੋਂ ਜੀ ਆ 87 88 ਚ ਤੋਂ 1 ਸਾਲ ਪਹਿਲਾਂ ਜਦੋਂ ਰਜਿੰਦਰਾ ਕਾਲਜ ਬਠਿੰਡਾ ਦੇ ਵਿੱਚ ਮੈਂ ਬੀਏ ਕੀਤੀ ਤਾਂ ਜਿਹੜਾ ਸਾਡਾ ਕਾਲਜ ਦਾ ਮੈਗਜ਼ੀਨ ਸੀਗਾ ਦਰਜਿੰਦਰਾ ਜੀ ਉਹਦਾ ਮੈਂ ਪੰਜਾਬੀ ਵਿਭਾਗ ਦਾ ਜਿਹੜਾ ਵਿਦਿਆਰਥੀ ਸੰਪਾਦਕ ਸੀਗਾ ਤੇ ਉਹ ਮੇਰੀਆਂ ਕਵਤਾਵਾਂ ਜਿਹੜੀਆਂ ਛਪੀਆਂ ਸੀ ਉਹ ਅਮਰਦੀਪ ਉਦਾਸ ਦੇ ਨਾਮ ਨਾਲ ਛਪੀਆਂ ਸੀ ਤੇ ਕਾਲਜ ਦੇ ਵਿੱਚ ਮੈਨੂੰ ਜਿਹੜੇ 2-3 ਸਾਲ ਦਾ ਉਹ ਸਮਾਂ ਸੀਗਾ ਉਦਾਸ ਤਖੱਲਸ ਮਰਦੀ ਲੋਕ ਜਾਣਦੇ ਇੱਕ ਗੱਲ ਸੁਣਾਵਾਂ ਇੱਥੇ ਕਰਨੀ ਜਾਊਗਾ ਵੀ ਜਿਹੜੇ ਸਾਹਿਤਕਾਰ ਹੁੰਦੇ ਆ ਕਿ ਉਹ ਤਖੱਲਸ ਬਦਲ ਕਿਉਂ ਲੈਂਦੇ ਆ ਬਹੁਤ ਜਲਦੀ ਬਦਲ ਜਿਵੇਂ ਆਪਣੇ ਜੈਤੂਦੋਂ ਨਾਵਲਕਾਰ ਹਨਾ ਗੁਰਦਿਆਲ ਰੋਸ਼ਨ ਜੀ ਬਹੁਤ ਵੱਡਾ ਨਾਮ ਨੇ ਕਦੇ ਉਹ ਗੁਰਦਿਆਲ ਫੁੱਲ ਵੀ ਲਿਖਿਆ ਕਰਦੇ ਸੀ ਤੁਹਾਡੇ ਯਾਦ ਹੋਊਗਾ ਤੇ ਨਹੀਂ ਨਹੀਂ ਇਹ ਤੁਹਾਡੀ ਜਾਣਕਾਰੀ ਗਲਤ ਗੁਰਦਿਆਲ ਸਿੰਘ ਫੁੱਲ ਹੋਰ ਬੰਦਾ ਸੀ ਅੱਛਾ ਹਾਂਜੀ ਗੁਰਦਿਆਲ ਸਿੰਘ ਨਾਵਲਕਾਰ ਨੇ ਉਹ ਅਲੱਗ ਨੇ ਜਿਹੜਾ ਗੁਰਦੇয়াল ਰੌਸ਼ਨ ਤੁਸੀਂ ਸਾਰੇ ਬੰਦੇ ਇਕੱਠੇ ਕਰਤੇ ਗੁਰਦੇয়াল ਰੌਸ਼ਨ ਇੱਕ ਸ਼ਾਇਰ ਆ ਉਹ ਇੱਕ ਹੋਰ ਅਲੱਗ ਬੰਦਾ ਹੈ ਆ ਪਰ ਗੁਰਦੇয়াল ਸਿੰਘ ਵੀ ਇੱਕ ਥੱਲਸ ਆਪਦਾ ਲਿਖਦੇ ਹੁੰਦੇ ਸੀ ਉਹ ਸ਼ਾਇਦ ਗੁਰਦੇয়াল ਸਿੰਘ ਰਾਹੀ ਸੀ ਲਿਖਦੇ ਹੁੰਦੇ ਸੀ ਆ ਤਾਂ ਇਹ ਤੁਸੀਂ ਉਹਨਾਂ ਦੇ ਬੇਟਾ ਵੀ ਰਾ ਨਾਲ ਲਾਉਂਦਾ ਨਾ ਜੀ ਹਾਂ ਹਾਂ ਇਸ ਕਰਕੇ ਇਹ ਗੱਲ ਥੋੜੀ ਜੀ ਇਦਾਂ ਹੈ ਕਿ ਉਹ ਗੁਰਦੇਵਾਲ ਸਿੰਘ ਰਾ ਹੀ ਲਿਖਦੇ ਹੁੰਦੇ ਸੀ ਇਹਦੇ ਬਾਰੇ ਇੱਕ ਗੱਲ ਅਸਲ ਚ ਇਹ ਆ ਕਿ ਬੋਧਿਕ ਵਿਕਾਸ ਨਾਲ ਸੰਬੰਧਿਤ ਗੱਲ ਹੈ ਕਈ ਗੱਲਾਂ ਤੁਹਾਨੂੰ ਇਹੋ ਜੇ ਤੁਸੀਂ ਤਖੱਲਸ ਰੱਖ ਲੈਣੇ ਹੋ ਕਿ ਥੋੜੇ ਚਿਰ ਬਾਅਦ ਤੁਸੀਂ ਸਿਆਣੇ ਹੋ ਜਾਂਦੇ ਹੋ ਤਾਂ ਤੁਹਾਨੂੰ ਉਹ ਗੱਲ ਬਚਗਾਨਾ ਲੱਗਣ ਲੱਗ ਜਾਂਦੀ ਹੈ ਜਿਵੇਂ ਮੈਨੂੰ ਉਦਾਂ ਅਸਾ ਲਿਖਣਾ ਹੈ ਨਾ ਇਸੇ ਤਰ੍ਹਾਂ ਪਰ ਜ਼ਰੂਰੀ ਨਹੀਂ ਸਾਰੇ ਬਦਲਨ ਆ ਆਰਾਮ ਸਰੂਪ ਅਣਖੀ ਸਾਬ ساری ਜ਼ਿੰਦਗੀ ਅਣਖੀ ਹੀ ਰਹੇ ਹਨਾ ਹੋਰ ਬਹੁਤ ਸਾਰੇ ਨੇ ਇਦਾਂ ਦੇ ਪਰ ਇਹਦੇ ਬਾਰੇ ਇੱਕ ਚੁਟਕਲੇ ਵਰਗੀ ਗੱਲ ਆ ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਹੁੰਦੇ ਸੀ ਤੇ ਰਜਿੰਦਰਾ ਕਾਲਜ ਦੇ ਵਿੱਚ ਇੱਕ ਕਲਰਕ ਸੀਗੇ ਗੋਨੇ ਆਣੇ ਤੋਂ ਆਉਂਦੇ ਹੁੰਦੇ ਤੇ ਉਹ ਵੀ ਲਿਖਦੇ ਸੀ ਕਾਉਤਾ ਉਹਨਾਂ ਦੀਆਂ ਕਿਤਾਬਾਂ ਵੀ ਆਈਆਂ ਤੇ ਉਹ ਦਰਸ਼ਨ ਦਰਸ਼ਨ ਸੁਖਿਆ ਨਾਮ ਲਿਖਦੇ ਹੁੰਦੇ ਆ ਆਪਣਾ ਤੇ ਉਹ ਇੱਕ ਦਿਨ ਹਾਸਿਆ-ਹਾਸੇ ਦੇ ਵਿੱਚ ਅਸੀਂ ਛੋਟੇ ਸੀ ਮੈਂ ਉਹਨਾਂ ਤੋਂ ਪੁੱਛ ਲਿਆ ਮੈਂ ਕਿ ਭਾਈ ਜੀ ਵੀ ਸੁਖਿਆ ਨੀ ਮੈਂ ਕਦੇ ਦੇਖਿਆ ਹਨਾ ਵੀ ਹਰ ਕੋਈ ਜਿਹੜੇ ਤਖੱਲਸ ਹਨ ਉਹ ਜ਼ਿਆਦਾਤਰ ਸੈਡ ਹੁੰਦੇ ਆ 네ਗੇਟਿਵ ਹੁੰਦੇ ਆ ਹਨਾ ਮਤਲਬ ਤੁਸੀਂ ਸੁਖਿਆ ਕਿਵੇਂ ਰੱਖਿਆ ਉਹ ਮੈਨੂੰ ਕਹਿੰਦੇ ਕਹਿੰਦੇ ਅਮਰਦੀਪ ਰਖਿਆਤ ਮਨ ਦੁਖੀਆ ਸੀ ਹਮਾਰਾ ਕਹਿੰਦੇ ਮੇਰੇ ਚਾਚੇ ਨੇ ਪੜ ਲਿਆ ਇੱਕ ਦਿਨ ਹਨਾ ਚਾਚਾ ਮਤਲਬ ਖੇਤੀਬਾੜੀ ਕਰਨ ਵਾਲਾ ਪਿੰਡੂ ਬੰਦਾ ਸੀ ਕਹਿੰਦਾ ਮੈਨੂੰ ਕਹਿੰਦਾ ਵੀ ਆ ਕੀ ਲਿਖਿਆ ਓਏ ਕਹਿੰਦਾ ਮੈਂ ਆਖਿਆ ਜੀ ਵੀ ਦੁਖੀਆ ਦਰਸ਼ਨ ਦੁਖੀਆ ਮੈਂ ਰਾਈਟਰ ਹਾਂ ਮੈਂ ਦਰਸ਼ਨ ਦੁਖੀਆ ਦੇ ਨਾਮ ਨਾਲ ਲਿਖਦਾ ਕਹਿੰਦਾ ਉਹਨੇ ਮੈਨੂੰ ਟਾਲਿਆ ਕਹਿੰਦਾ ਸਾਰਾ ਕੁਝ ਹੁੰਦੇ ਸੁੰਦੇ ਚੰਗੀ ਰੋਟੀ ਖਾਣਾ ਹਨਾ ਕਰੇ ਸਾਰਾ ਕੁਝ ਆ ਵੀ ਕਿ ਤੂੰ ਕਿਹੜੇ ਪਾਸੇ ਦੁਖੀਆ ਬੀਜੇ ਚਤਰ ਪਾਣਗੇ ਜੇ ਲਿਖਿਆ ਮੁੜ ਕੇ ਨਾ ਕਹਿੰਦਾ ਜੀ ਫੇਰ ਆਪਾਂ ਸੁਖਿਆ ਲਿਖਣ ਲੱਗ ਗਏ ਤੁਹਾਡੀ ਗੱਲ ਵਿੱਚ ਆ ਤੁਸੀਂ ਕਿਹਾ ਜਵਾਨੀ ਚ ਮੈਂ ਉਦਾਸ ਲਿਖਿਆ ਅਮਰਦੀਪ ਗੱਲ ਉਦਾਸ ਹੈਨਾ ਇਹ ਸ਼ਬਦ ਇਹ ਨਾਮ ਹੈ ਅਮਰਦੀਪ ਉਦਾਸ ਅਮਰਦੀਪ ਉਦਾਸ ਹੀਟ ਤੋਂ ਡੀਆਂ ਰਚਨਾਵਾਂ ਹੈਨਾ ਕਾਲਜ ਦੇ ਮੈਗਜ਼ੀਨ ਚ ਛਪੀਆਂ ਜੀ ਜੀ ਜਿਵੇਂ ਤੁਸੀਂ ਕਿਹਾ ਤੁਹਾਡੇ ਮਿੱਤਰ ਦਰਸ਼ਨ ਦੁਖੀ ਆ ਤੇ ਸਭ ਕੁਝ ਹੁੰਦਿਆਂ ਸੁਂਦਿਆਂ ਦੁਖੀਆ ਕਿਉਂ ਲਿਖਿਆ ਉਹਨਾਂ ਦੇ ਚਾਚਾ ਜੀ ਨੇ ਕਿਹਾ ਤੁਹਾਨੂੰ ਕਿਉਂ ਲੱਗਦਾ ਜਵਾਨੀ ਉਦਾਸ ਕਿਉਂ ਹੁੰਦੀ ਹੈ ਜਵਾਨੀ ਕਿਉਂ ਉਦਾਸੀ ਅਮਰਦੀਪ ਗੱਲ ਦੀ ਜਵਾਨੀ ਕਿਉਂ ਉਦਾਸ ਅਸਲ ਦੇ ਵਿੱਚ ਜਿੰਨੇ ਵੀ ਜਿਹੜੇ ਵੀ ਕਲਾਕਾਰ ਹੁੰਦੇ ਆ ਲੇਖਕ ਹੁੰਦੇ ਆ ਇਹ ਬਹੁਤ ਸੁਖਮ ਭਾਵ ਹੀ ਹੁੰਦੇ ਨੇ ਜਿਹੜੀਆਂ ਚੀਜ਼ਾਂ ਦੀ ਆਪਾਂ ਜ਼ਰੂਰਤ ਸਮਝਦੇ ਹਾਂ ਜਿੱਦਾਂ ਉਹ ਦਰਸ਼ਨ ਦੁਖੀਆ ਹੋਰਾਂ ਦੇ ਚਾਚਾ ਜੀ ਜਿਹੜੀਆਂ ਚੀਜ਼ਾਂ ਸਮਝਦੇ ਸੀ ਕਿ ਆ ਪਸਾਰੀਆਂ ਹੈਗੀਆਂ ਨੇ ਉਹ ਨਹੀਂ ਐਕਚੁਅਲੀ ਸੁੱਖ ਜਾਂ ਦੁੱਖ ਦਾ ਕਾਰਨ ਹੁੰਦੀਆਂ ਉਹ ਉਹ ਜਿਹੜਾ ਤੁਹਾਡੇ ਤੁਹਾਡੀਆਂ ਜਿਹੜੀਆਂ ਮਾਨਸਿਕ ਗੁੰਝਲਾਂ ਹੁੰਦੀਆਂ ਨੇ ਮਾਨਸਿਕ ਤੌਰ ਤੇ ਤੁਹਾਨੂੰ ਬਹੁਤ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜਦੋਂ ਉਹ ਨਹੀਂ ਪ੍ਰਾਪਤ ਹੁੰਦੀਆਂ ਉਦੋਂ ਤੁਸੀਂ ਸੁਖੀ ਜੇ ਪ੍ਰਾਪਤ ਹੋ ਜਾਣ ਤਾਂ ਸੁਖੀਓ ਜੇ ਨਾ ਪ੍ਰਾਪਤ ਹੋਣ ਤਾਂ ਦੁਖੀਓ ਔਰ ਅਕਸਰ ਉਹ ਨਹੀਂ ਪ੍ਰਾਪਤ ਹੁੰਦੀਆਂ ਅਜ ਪ੍ਰਾਪਤ ਹੋ ਗਈਆਂ ਅਮਰਦੀਪ ਗਿੱਲ ਨੂੰ ਨਹੀਂ ਨਹੀਂ ਹੋਈਆਂ ਨਹੀਂ ਹੋਈਆਂ ਉਹ ਕਦੇ ਵੀ ਨਹੀਂ ਹੋਣੀਆਂ ਉਹ ਮਤਲਬ ਇੱਕ ਸੰਸਾਰ ਆ ਉਸ ਸੰਸਾਰ ਦੀ ਇੱਕ ਸਿਰਜਣਾ ਅ ਅਸੀਂ ਕਰਨੀ ਚਾਹੁੰਦੇ ਹੁੰਨੇ ਆ ਕਿ ਕਿਦਾਂ ਦਾ ਸੰਸਾਰ ਹੋਵੇ ਉਹ ਸੰਸਾਰ ਉਹਵੇਂ ਨਹੀਂ ਬਣ ਪਾਉਂਦਾ ਉਸ ਸੰਸਾਰ ਦੀ ਸ਼ੁਰੂਆਤ ਹੈ ਜਿਹੜੀ ਉਹ ਤੁਹਾਡੇ ਵਿਅਕਤੀਗਤ ਇੱਕ ਸੁਪਨਿਆਂ ਤੋਂ ਹੁੰਦੀ ਹੈ ਜਦੋਂ ਤੁਸੀਂ ਇਹ ਕਹਿੰਦੇ ਹੋ ਵਿਅਕਤੀਗਤ ਸੁਪਨਿਆਂ ਨੂੰ ਜੇ ਅਸੀਂ ਥੋੜਾ ਜਿਹਾ ਸਿੰਪਲੀਫਾਈ ਕਰੀਏ ਤਾਂ ਉਹ ਉਹਦਾ ਇਹ ਆ ਉਹਦਾ ਸਧਾਰਨੀ ਕਰਨ ਇਹ ਹੈ ਕਿ ਜਦੋਂ ਤੁਸੀਂ ਯੰਗ ਜਵਾਨ ਹੋਨੇ ਹੋ ਤਾਂ ਤੁਹਾਨੂੰ ਕੋਈ ਮੰਨ ਲਓ ਕੁੜੀ ਚੰਗੀ ਲੱਗਦੀ ਹੈ ਤੁਹਾਨੂੰ ਇਹ ਲੱਗਦਾ ਕਿ ਮੇਰਾ ਇਹਦੇ ਨਾਲ ਵਿਆਹ ਹੋ ਜੇ ਉਹ ਵੱਖਰੀ ਗੱਲ ਆ ਕਿ ਉਹ ਸੀਰਤ ਦੇ ਤੌਰ ਤੇ ਕਿਦਾਂ ਦੀ ਹੈ ਤੁਹਾਨੂੰ ਨਹੀਂ ਪਤਾ ਹੁੰਦਾ ਪਰ ਇੱਕ ਸੂਰਤ ਹੈ ਜਿਹੜੀ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਭਾਵਿਤ ਕਰਦੀ ਹੈ ਤੁਹਾਡੀਆਂ ਨਜ਼ਰਾਂ ਦੇ ਰਾਹੀਂ ਤੁਹਾਡੇ ਜਿਹੜਾ ਤੁਹਾਡਾ ਅੰਦਰ ਲਾਇਕ ਚਿਤਰਪਟਾ ਉਹਦੇ ਤੇ ਉਹ ਤਸਵੀਰ ਛਾਪਦੀ ਹੈ ਤੁਹਾਨੂੰ ਲੱਗਦਾ ਹੈ ਕਿ ਮੇਰੀ ਜੀਵਨ ਸਾਥਣ ਇਹ ਹੋਣੀ ਚਾਹੀਦੀ ਆਮ ਗੱਲ ਜਿਹੜੀ ਕਹਿ ਰਿਹਾ ਮੈਂ ਆਮ ਬਹੁ ਗਿਣਤੀ ਦੀ ਇਹ ਗੱਲ ਤੁਹਾਨੂੰ ਕੋਈ ਲੱਗਿਆ ਅਜਿਹਾ ਆ ਮੇਰਾ ਵੀ ਸੀਗਾ ਬਿਲਕੁਲ ਮੈਂ ਵੀ ਉਸ ਬਹੁ ਗਿਣਤੀ ਤੋਂ ਵੱਖਰਾ ਨਹੀਂਗਾ ਉਹ ਚਾਹੇ ਸ਼ਿਵ ਕੁਮਾਰ ਬਟਾਲਵੀ ਦੀ ਆ ਚਾਹੇ ਹੋਰ ਜਿੰਨੇ ਵੀ ਸ਼ਾਇਰਾ ਚਾਹੇ ਗੁਰਦੂ ਦੇ ਸ਼ਾਇਰ ਹੋਏ ਆ ਜਿਨ੍ਹਾਂ ਦੀ ਵੀ ਅਸੀਂ ਜੀਵਨੀ ਪੜਦੇ ਆ ਚਾਹੇ ਅਸੀਂ ਓਦਾਂ ਪਾਤਰ ਪੜਦੇ ਆ ਚਾਹੇ ਦੇਵਦਾਸ ਦਾ ਪਾਤਰ ਆ ਸ਼ਰਤਚੰਦਰ ਹੋਰਾਂ ਦੇ ਨਾਵਲ ਦਾ ਪਾਤਰ ਆ ਚਾਹੇ ਗੁਰਦਿਆਲ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਤੁਸੀਂ ਗੁਰਦਿਆਲ ਸਿੰਘ ਹੋਰਾਂ ਦੇ ਨਾਵਲ ਮੜੀ ਦਾ ਦੀਵਾ ਦਾ ਨਾਇਕਾ ਜਗਸੀਰ ਜੀ ਇਹ ਸਾਰੇ ਉਹ ਪਾਤਰ ਨੇ ਜਿਹੜੇ ਇੱਕ ਸੰਸਾਰ ਇਦਾਂ ਦਾ ਚਾਹੁੰਦੇ ਹੁੰਦੇ ਆ ਜਿਹਦੇ ਵਿੱਚ ਇੱਕ ਫੀਮੇਲ ਆ ਜਿਹੜੀ ਉਹਨਾਂ ਨੂੰ ਚੰਗੀ ਲੱਗਦੀ ਆ ਹਨ ਚਾਹੇ ਉਹ ਰਾਜੇ ਨੂੰ ਹੀਰ ਦਾ ਚੰਗਾ ਲੱਗਣਾ ਹੋਵੇ ਚਾਹੇ ਮਹੀਵਾਲ ਨੂੰ ਸੋਹਣੀ ਦਾ ਚੰਗਾ ਲੱਗਣਾ ਹੋਵੇ ਪਰ ਅਕਸਰ ਉਹ ਮਿਲਦੀਆਂ ਨਹੀਂ ਜੇ ਮਿਲਦੀਆਂ ਨੇ ਤਾਂ ਸਮਾਜ ਕਬੂਲ ਨਹੀਂ ਕਰਦਾ ਤਾਂ ਅਕਸਰ ਕੀ ਹੁੰਦਾ ਕਿ ਇਹ ਰਿਸ਼ਤੇ ਆ ਜਿਹੜੇ ਟੁੱਟ ਜਾਂਦੇ ਨੇ ਜਾਂ ਉਹਨਾਂ ਚੋਂ ਸਰੀਰਕ ਰੂਪ ਦੇ ਵਿੱਚ ਮੌਤ ਹੋ ਸਕਦੀ ਹੈ ਕਿਸੇ ਦੀ ਜਾਂ ਕਈ ਵਾਰ ਕੀ ਹੁੰਦਾ ਕਿ ਸੰਸਾਰ ਜਿਹੜਾ ਸਮਾਜ ਆ ਉਹ ਦੋਨਾਂ ਨੂੰ ਹੀ ਮਾਰ ਦਿੰਦਾ ਸਾਡੀਆਂ ਪ੍ਰੇਮ ਕਹਾਣੀਆਂ ਚਾਹੇ ਸਾਰਾ ਕੁਝ ਇਸ ਕਰਕੇ ਇਸ ਕਿਸਮ ਦੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਸੁਖੰਪਾ ਵੀ ਲੋਕਾਂ ਦੇ ਲਈ ਖੜੀਆਂ ਹੀ ਰਹਿੰਦੀਆਂ ਨੇ ਉਹ ਸ਼ਾਇਰ ਵੀ ਹੋ ਸਕਦੇ ਨੇ ਉਹ ਸ਼ਾਇਰੀ ਚ ਕਰਦੇ ਆ ਚਿੱਤਰਕਾਰ ਹੋ ਸਕਦੇ ਉਹ ਚਿੱਤਰਕਾਰੀ ਚ ਆਪਣੇ ਗੱਲ ਕਰਦੇ ਆ ਨਾਵਲਕਾਰ ਮਤਲਬ ਕਿਸੇ ਵੀ ਕਲਾ ਦੇ ਸੰਫਦੇ ਰਹੇ ਅਸੀਂ ਆਪਣਾ ਉਹ ਜਿਹੜਾ ਦੁੱਖ ਆ ਉਹ ਦਰਦ ਆ ਜਿਹੜਾ ਉਹ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਆ ਆਮ ਗੱਲ ਆ ਕੀ ਅੱਜ ਵੀ ਰਿਸ਼ਤਾ ਉਹ ਉਹ ਉਨਾ ਹੀ ਚੰਗਾ ਲੱਗਦਾ ਜਾਂ ਹੁਣ ਜਿਹੜਾ ਰਿਸ਼ਤਾ ਨਹੀਂ ਮੇਰੇ ਜ਼ਿੰਦਗੀ ਦੇ ਵਿੱਚ ਰਿਸ਼ਤੇ ਬਹੁਤ ਆਏ ਅੱਜ ਮੈਨੂੰ ਇਦਾਂ ਲੱਗਦਾ ਕਿ ਕੋਈ ਉਹ ਐਡੀ ਵੱਡੀ ਗੱਲ ਨਹੀਂ ਸੀ ਪਰ ਕਿਸੇ ਰਿਸ਼ਤੇ ਦਾ ਹੋਣਾ ਬਹੁਤ ਜ਼ਰੂਰੀ ਆ ਮਤਲਬ ਇਦਾਂ ਦਾ ਤੁਹਾਡੇ ਰਿਸ਼ਤੇ ਅੱਜ ਬਹੁਤ ਪਿਆਰ ਕਰਨ ਵਾਲੇ ਨੇ ਮੈਨੂੰ ਬੱਚੇ ਆ ਮੇਰੇ ਪਤਨੀ ਆ ਮੇਰੇ ਦੋਸਤ ਨੇ ਮੇਰੇਆਂ ਭੈਣਾਂ ਨੇ ਅੱਜ ਮੈਂ ਪਿਆਰ ਦੇ ਅਰਥ ਆ ਜਿਹੜੇ ਸ਼ਾਇਦ ਬਹੁਤ ਵਿਸ਼ਾਲ ਪੱਧਰ ਤੇ ਸਮਝਦਾ ਤੁਹਾਡੇ ਅਰਗੇ ਬੱਚੇ ਆ ਸਾਰੇ ਬਹੁਤ ਸਾਰੇ ਦੋਸਤ ਨੇ ਭਰਾ ਨੇ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਉਹ ਨੇ ਅੱਜ ਮੈਨੂੰ ਲੱਗਦਾ ਹੈ ਕਿ ਪਿਆਰ ਦੇ ਅਰਥ ਆ ਜਿਹੜੇ ਉਹ ਬਹੁਤ ਵੱਡੇ ਨੇ ਸ਼ਾਇਦ ਉਹਦੋਂ ਮੈਂ ਪਿਆਰ ਦੇ ਅਰਥ ਬਹੁਤ ਸੀਮਤ ਕਰਕੇ ਸੋਚ ਰਿਹਾ ਸੀਗਾ ਇੰਨੇ ਸੀਮਤ ਨਹੀਂ ਹੋਣੇ ਚਾਹੀਦੇ ਪਿਆਰ ਦੇ ਅਰਥ ਜੀ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਕਵੀ ਹੁੰਦੇ ਆ ਜਾਂ ਰਾਈਟਰ ਹੁੰਦੇ ਆ ਬਹੁਤ ਸੂਖਮ ਜੀਵ ਹੁੰਦੇ ਆ ਹਨ ਬਹੁਤ ਸੂਖਮ ਸੈਂਸਿਟਿਵ ਹੁੰਦੇ ਆ ਤੁਸੀਂ ਕਵੀ ਵੀ ਹੋ ਤੁਸੀਂ ਗੀਤਕਾਰ ਵੀ ਹੋ ਤੁਸੀਂ ਲੇਖਕ ਵੀ ਹੋ ਤੁਸੀਂ ਕਹਾਣੀਕਾਰ ਵੀ ਹੋ ਤੁਸੀਂ ਨਿਰਦੇਸ਼ਕ ਵੀ ਹੋ ਮਤਲਬ ਇੰਨੀਆਂ ਸਾਰੀਆਂ ਸੂਖਮ ਕਲਾਵਾਂ ਇੱਕੋ ਵਿਅਕਤੀ ਦੇ ਵਿੱਚ ਕਿਵੇਂ ਅਸਲ ਦੇ ਵਿੱਚ ਗੱਲ ਤਾਂ ਇੱਕ ਹੀ ਹੈ ਸੂਖਮਤਾ ਜਿਹੜੀ ਉਹ ਇੱਕ ਹੀ ਹੈ ਮਤਲਬ ਉਹ ਜੀ ਨੂੰ ਕਹਿੰਦੇ ਲਾਂ ਕਿ ਦੁੱਧ ਹੈਗਾ ਤੁਹਾਡੇ ਕੋਲੇ ਉਹਦੇ ਵਿੱਚ ਥੋੜੀ ਤੁਸੀਂ ਕਦੇ ਦਹੀਂ ਬਣਾ ਲੈਨੇ ਹੋ ਕਦੇ ਲੱਸੀ ਬਣਾ ਲੈਨੇ ਹੋ ਕਦੇ ਉਹਨੂੰ ਖੁਆ ਕੱਢ ਲੈਨੇ ਹੋ ਕਦੇ ਕੁਝ ਹੋਰ ਸਨਫ ਦੇ ਵਿੱਚ ਉਹਨੂੰ ਤਬਦੀਲ ਕਰ ਲੈਨੇ ਹੋ ਬੇਸਿਕਲੀ ਦੁੱਧ ਤੁਹਾਡੇ ਕੋਲੇ ਹੈਗਾ ਨਾ ਅਸੀਂ ਕਲਾ ਦੇ ਵਿੱਚ ਵੀ ਇਹੀ ਹੈ ਕਿ ਤੁਹਾਡੇ ਕੋਲੇ ਉਹ ਭਾਵਨਾ ਹੈਗੀ ਆ ਉਹ ਸੋਚ ਹੈਗੀ ਆ ਉਹ ਸੂਖਮਤਾ ਹੀ ਹੈਗੀ ਆ ਉਹ ਅਹਿਸਾਸ ਹੈਗਾ ਜਿਹੜਾ ਦੁੱਖ ਨੂੰ ਜਾਂ ਕਿਸੇ ਚੀਜ਼ ਨੂੰ ਮਹਿਸੂਸ ਕਰਦਾ ਮੈਂ ਜਿਵੇਂ ਮੇਰੇ ਫਿਰ ਗੁਰਦਿਆਲ ਸਿੰਘ ਹੋਰਾਂ ਦੀ ਇੱਕ ਗੱਲ ਯਾਦ ਆ ਗਈ ਉਹ ਮੇਰੇ ਟੀਚਰ ਰਹੇ ਨੇ ਮੈਂ ਪੰਜਾਬੀ ਐਮਏ ਗੁਰਦਿਆਲ ਸਿੰਘ ਹੋਰਾਂ ਤੋਂ ਪੜਿਆ ਹਨ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਚ ਤਾਂ ਇੱਕ ਗੱਲ ਅਕਸਰ ਸੁਣਾਇਆ ਕਰਦੇ ਸੀ ਕਹਿੰਦੇ ਮੈਂ ਨਿੱਕਾ ਹੁੰਦਾ ਸੀ ਤੇ ਮੇਰਾ ਭਰਾ ਮੇਰੇ ਤੋਂ ਛੋਟਾ ਸੀ ਸਾਲ ਦੋ ਸਾਲ ਤੇ ਜਦੋਂ ਸਾਡੀ ਮਾਂ ਕੇਸੀ ਨਵਾਉਂਦੀ ਸੀ ਤਾਂ ਉਸ ਤੋਂ ਬਾਅਦ ਦੋਹਾਂ ਦੇ ਜੂੜੇ ਕੀਤੇ ਜਾਂਦੇ ਤੋ ਕਹਿੰਦੇ ਮੈਂ ਬਹੁਤ ਰੋਂਦਾ ਸੀ ਮੈਨੂੰ ਹਰ ਕੰਗੀ ਜਦੋਂ ਮਾਂ ਬਾਾਰ ਮਵਾਲਾ ਚ ਫੇਰਦੀ ਸੀ ਤਾਂ ਦਰਦ ਹੁੰਦਾ ਸੀ ਬਹੁਤ ਜ਼ਿਆਦਾ ਮੇਰਾ ਭਰਾ ਨਹੀਂ ਸੀ ਰੋਂਦਾ ਜਦੋਂ ਕਿ ਉਹ ਮੇਰੇ ਤੋਂ ਛੋਟਾ ਸੀ ਉਹਦੇ ਵੀ ਵਾਲ ਉਵੇਂ ਹੀ ਵੱਡੇ ਸੀ ਤੋ ਮੈਨੂੰ ਕਹਿੰਦੇ ਬਾਅਦ ਦੇ ਵਿੱਚ ਇਸ ਗੱਲ ਦਾ ਅਹਿਸਾਸ ਹੋਇਆ ਕਿ ਸ਼ਾਇਦ ਜਿਹੜੀ ਇੱਕ ਸਰੀਰਕ ਪੀੜ ਵੀ ਆ ਜਿਹੜੀ ਉਹ ਵੀ ਐਕਚੁਅਲੀ ਤੁਹਾਡੀ ਭਾਵਨਾ ਨਾਲ ਜੁੜੀ ਵੀ ਆ ਆਪਾਂ ਕਈ ਵਾਰ ਦੇਖਦੇ ਆ ਕਿ ਕੋਈ ਮਾੜੀ ਜੀ ਸੱਟ ਆ ਜਿਹੜੀ ਉਹ ਕਿਸੇ ਇੱਕ ਬੰਦੇ ਨੂੰ ਘੱਟ ਰਵਾਉਂਦੀ ਆ ਜਾਂ ਉਹਨੂੰ ਮਸਤ ਉਹਨੂੰ ਮਹਿਸੂਸ ਘੱਟ ਹੁੰਦੀ ਆ ਕਿਸੇ ਹੋਰ ਨੂੰ ਬਹੁਤ ਜ਼ਿਆਦਾ ਹੁੰਦੀ ਮੈਂ ਵੀ ਇਹ ਸੋਚਦਾ ਹਾਂ ਨਾ ਕਿ ਗੁਰਦੇਵਾਲ ਸਿੰਘ ਦਿਵਾਲ ਵਾਉਣ ਤੇ ਗੁਰਦੇਵਾਲ ਸਿੰਘ ਜੀ ਨੂੰ ਦੁੱਖ ਇਸ ਕਰਕੇ ਬਹੁਤ ਜ਼ਿਆਦਾ ਲੱਗਦਾ ਸੀ ਕਿਉਂਕਿ ਉਹ ਗੁਰਦੇਵਾਲ ਸਿੰਘ ਸੀ ਜਿਹਨੇ ਇੰਨਾ ਵੱਡਾ ਬਾਦ ਦੇ ਵਿੱਚ ਰਾਈਟਰ ਬਣਨਾ ਸੀਗਾ ਇਹ ਬਹੁਤ ਵੱਡੀ ਗੱਲ ਕਿ ਬੇਸ਼ੱਕ ਉਹ ਪੀੜ ਸਰੀਰਕ ਪੀੜ ਪਰ ਉਹਦੇ ਲਈ ਇੱਕ ਸਮਝ ਆ ਜਿਹੜੀ ਉਹ ਮਾਨਸਿਕਾ ਹਣ ਅਸੀਂ ਇੱਕ ਹੋਰ ਇਹੋ ਜਿਹੀ ਗੱਲ ਆ ਮੈਂ ਜਦੋਂ ਵਾਲ ਕਟਾਉਂਦਾ ਹੁੰਦਾ ਦਾੜ੍ਹੀ ਕਟਾਉਂਦੇ ਹੁੰਦੇ ਤੇ ਨਾਈ ਦੀ ਦੁਕਾਨ ਤੇ ਜਾ ਕੇ ਬੈਠਦੇ ਤੇ ਮੇਰੇ ਸਾਹਮਣੇ ਕੋਈ ਬੰਦਾ ਆਉਂਦਾ ਤੇ ਉਹ ਧਾਗਾ ਲਵਾਉਣ ਲੱਗ ਜਾਂਦਾ ਇੱਥੇ ਹਾਂਜੀ ਮਤਲਬ ਉਹਦੇ ਧਾਗਾ ਲੱਗਦਾ ਦੇਖ ਕੇ ਜਣੀ ਮੇਰੀਆਂ ਅੱਖਾਂ 'ਚ ਪਾਣੀ ਆ ਜਾਂਦਾ ਵੀ ਯਾਰ ਇਹ ਧਾਗਾ ਕਿਵੇਂ ਲਵਾ ਸਕਦਾ ਬੰਦਾ ਮਤਲਬ ਇਹ ਵਾਲ ਐ ਪਟਾ ਕਿਵੇਂ ਸਕਦਾ ਉਹ ਅਸਲ 'ਚ ਗੱਲ ਇੱਕ ਉਦਾਹਰਨ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਮਹਿਸੂਸ ਕਰਦੇ ਹੋ ਹਨ ਜਿਵੇਂ ਅੱਜ ਵੀ ਅਸੀਂ ਦੇਖਦੇ ਹਾਂ ਕੱਲ ਹੀ ਇੱਕ ਮੈਂ ਕੋਈ ਨਿਊਜ਼ ਦੇਖ ਰਿਹਾ ਸੀਗਾ ਇੱਕ ਬੰਦੇ ਨੇ ਪਾਈ ਸੀ ਕਿ ਯਾਰ ਇੱਕ ਬੰਦਾ ਸੀਗਾ ਮੇਰਾ ਦੋਸਤ ਉਹ ਕੁੱਤੀ ਨੂੰ ਪਾਲਦਾ ਸੀ ਉਹਨੂੰ ਦੁੱਧ ਪਾਉਂਦਾ ਸੀ ਉਹ ਕੁੱਤੀ ਨੇ ਕਤੂਰੇ ਦਿੱਤੇ ਉਹ ਉਹਨਾਂ ਨੂੰ ਵੀ ਦੁੱਧ ਪਾਉਂਦਾ ਸੀ ਤੇ ਆਵਾਰਾ ਕੁੱਤੀ ਸੀ ਪਰ ਉਹ ਕਿਤੇ ਜਦੋਂ ਆਸੇ-ਪਾਸੇ ਗਿਆ ਤਾਂ ਕੋਈ ਹੋਰ ਬੰਦਾ ਉਹ ਕੁੱਤੀ ਦਾ ਜਿਹੜਾ ਪਾਂਡਾ ਸੀ ਜਿਹਦੇ ਚੋਂ ਦੁੱਧ ਪਾਉਂਦਾ ਸੀ ਉਹਦੇ 'ਚ ਕੋਈ ਜ਼ਹਿਰ ਇੰਨੀ ਚੀਜ਼ ਪਾ ਗਿਆ ਜਿਹਦੇ ਕਰਕੇ ਉਹ ਕੁੱਤੀ ਵੀ ਮਰ ਗਈ ਤੇ ਉਹਦੇ ਚਾਰ ਕਤੂਰੇ ਵੀ ਮਰ ਗਏ ਹੁਣ ਇਹ ਖਬਰ ਬਹੁਤ ਸਾਰੇ ਲੋਕਾਂ ਨੇ ਪੜ੍ਹੀ ਸੁਣੀ ਹੋਊਗੀ ਹਾਂਜੀ ਮੈਂ ਘੰਟਾ ਰੋਣੋਂ ਨਹੀਂ ਹਟਿਆ ਮਤਲਬ ਇਹ ਫੇਸਬੁੱਕ ਤੇ ਹੀ ਇਹ ਨਿਊਜ਼ ਦੇਖ ਕੇ ਪੜ੍ਹ ਕੇ ਉਹਦੀ ਫੋਟੋ ਵੀ ਜਾਂ ਹਾੜਾ ਆਏ ਹੋਏ ਨੇ ਹੱਟ ਤੇ ਮਤਲਬ ਆਪਾਂ ਦੇਖ ਰਹੇ ਹਾਂ ਮੈਂ ਸੰ ਗਊਆਂ ਕਿੱਲਿਆਂ ਨਾਲ ਬੰਨੀਆਂ ਰਹਿ ਗਈਆਂ ਹਾਂਜੀ ਉਹ ਗੱਲਾਂ ਨੇ ਜਿਹੜੀਆਂ ਬਹੁਤ ਦੁਨੀਆ ਦੇਖਦੀ ਆ ਪਰ ਸਾਰਿਆਂ ਦੇ ਵੱਖੋ ਵੱਖਰਾ ਅਸਰ ਹੁੰਦਾ ਹੋਊਗਾ ਜਿਵੇਂ ਮੇਰੇ ਤੇ ਹੁੰਦਾ ਮੈਂ ਬਹੁਤ ਰੋਇਆ ਇਸ ਗੱਲ ਤੇ ਕਿ ਯਾਰ ਤੁਸੀਂ ਯਾਰ ਮਹਸਾ ਦੇ ਸੰਗਲ ਹੀ ਲਾਹ ਜਾਂਦੇ ਯਾਰ ਗਾਂ ਦਾ ਯਾਰ ਤੁਸੀਂ ਕਿੱਲਾ ਹੀ ਉਹਦੇ ਚੋਂ ਖੋਲ ਜਾਂਦੇ ਘਟੋ ਘਟੋ ਤਰ ਕੇ ਕਿਸੇ ਪਾਸੇ ਪਾਣੀ ਦੇ ਵਾਹ ਨਾਲ ਤਾਂ ਨਿਕਲ ਜਾਂਦੀਆਂ ਉਹ ਬੰਨੀਆਂ ਨਹੀਂ ਮਰ ਗਈਆਂ ਫਰਕ ਹੁੰਦਾ ਯਾਨੀ ਤੁਹਾਡੀ ਭਾਵਨਾ ਦਾ ਤੁਹਾਡੇ ਤੁਹਾਡੇ ਤੇ ਕਿਸੇ ਗੱਲ ਦਾ ਕੀ ਅਹਿਸਾਸ ਹੁੰਦਾ ਜਿਹੜਾ ਤੁਹਾਡਾ ਉਹ ਕੀ ਪ੍ਰਭਾਵ ਪੈਂਦਾ ਏ ਇਹ ਫਰਕ ਹੈ ਕਾਮ ਬੰਦੇ ਨਾਲੋਂ ਕਿਸੇ ਵੀ ਕਲਾਕਾਰ ਜਾਂ ਲੇਖਕ ਸਾਰੇ ਕਲਾਕਾਰ ਇੰਨੇ ਸੈਂਸਿਟਿਵ ਹੁੰਦੇ ਆ ਮੈਨੂੰ ਇਦਾਂ ਲੱਗਦਾ ਕਿ ਜਿਹੜਾ ਕਲਾਕਾਰ ਹੋਊਗਾ ਉਹ ਤਾਂ ਸੈਂਸਿਟਿਵ ਹੀ ਹੋਊਗਾ ਜੇ ਨਹੀਂ ਨਹੀਂ ਅਸਲ ਤੇ ਜਗਾੜਾ ਡਰਾਮਾ ਹੋ ਸਕਦਾ ਹੈ ਨਾ ਆਪਾਂ ਤੁਸੀਂ ਨੇੜੋਂ ਕਿਸੇ ਦੀ ਕਲਾ ਨੂੰ ਵਾਚੋਗੇ ਉਹਦੇ ਲਿਖੇ ਗਾਣੇ ਪੜੋਂਗੇ ਉਹਦੀਆਂ ਨਿਖੀਆਂ ਕਵਤਾਵਾਂ ਪੜੋਂਗੇ ਜਾਂ ਉਹਨੂੰ ਐਜ਼ ਏ ਮੈਨ ਮਿਲੋਂਗੇ ਤਾਂ ਤੁਹਾਨੂੰ ਲੱਗੂਗਾ ਕਿ ਯਾਰ ਇਹਦੂ ਤਾਂ ਉਹਦੀ ਕਲਾ ਉਹੀ ਪੜ ਲੈਣ ਦੇ ਹਾਂ ਰਚਨਾ ਚੰਗੀ ਆ ਹਾਂ ਰਚਨਾ ਚੰਗੀ ਸੀ ਯਾਰ ਜਦੋਂ ਉਹਨੂੰ ਦੇਖਿਆ ਨੇੜਿਓਂ ਮਿਲੇ ਤਾਂ ਯਾਰ ਗੱਲ ਦਾ ਸਵਾਦ ਨਹੀਂ ਆਇਆ ਸਾਡਾ ਤਾਂ ਬੰਬੀ ਟੁੱਟ ਗਿਆ ਹਨ ਅਸੀਂ ਉਹਦੀ ਗਜ਼ਲ ਪੜ ਰਹੇ ਸੀ ਅਸੀਂ ਉਹਦੀ ਗਾਇਕੀ ਸੁਣ ਰਹੇ ਸੀ ਅਸੀਂ ਉਹਦੀ ਕੋਈ ਪੇਂਟਿੰਗ ਦੇਖ ਰਹੇ ਸੀ ਤਾਂ ਬਹੁਤ ਸਵਾਦ ਆ ਰਿਹਾ ਸੀ ਪਰ ਜਦੋਂ ਅਸੀਂ ਉਹਨੂੰ ਮਿਲੇ ਉਹਨੇ ਜਿਹੋ ਜਿਹੀਆਂ ਜਵੜੀਆਂ ਗੱਲਾਂ ਕੀਤੀਆਂ ਜਾਂ ਜਿਸ ਕਿਸਮ ਦੀ ਭਾਸ਼ਾ ਉਹ ਵਰਤ ਰਿਹਾ ਸੀ ਜਾਂ ਔਰਤਾਂ ਬਾਰੇ ਜਾਂ ਵੈਸੇ ਕਿਵੇਂ ਵੀ ਉਹ ਗੱਲ ਕਰ ਰਿਹਾ ਸੀ ਉਹ ਗੱਲ ਉਹਦੀ ਰਚਨਾ ਨਾਲ ਮੇਲ ਨਹੀਂ ਸੀ ਖਾਂਦੀ ਇਸ ਕਰਕੇ ਮੈਂ ਅਕਸਰ ਇਹ ਕਹਿੰਦਾ ਹਾਂ ਉਹਨਾਂ ਨਵੇਂ ਮੁੰਡਿਆਂ ਨੂੰ ਕਿ ਯਾਰ ਜੇ ਕਿਸੇ ਗਾਇਕ ਦੇ ਜਾਂ ਕਿਸੇ ਲੇਖਕ ਦੇ ਤੁਸੀਂ ਫੈਨ ਹੋ ਤਾਂ ਉਹਦੀ ਰਚਨਾ ਨਾਲ ਹੀ ਜੁੜੇ ਰਹੋ ਉਸ ਨੂੰ ਨਾਮ ਮਿਲਿਓ ਕੋਸ਼ਿਸ਼ ਕਰਿਓ ਕਿ ਉਹਨੂੰ ਨਾਮ ਮਿਲੋ ਕਿਉਂਕਿ ਜ਼ਿਆਦਾਤਰ ਇਹ ਬੈਂਬਾ ਜਿਹੜਾ ਉਹ ਥੋੜਾ ਕ ਜੂਗਾ ਜੀ ਕੀ ਇੰਨੀ ਸੈਂਸਿਟੀਵਿਟੀ ਦੇ ਨਾਲ ਇਸ ਸਮਾਜ ਦੇ ਵਿੱਚ ਸਰਵਾਈਵ ਕੀਤਾ ਜਾ ਸਕਦਾ ਹੈ ਮਟੀਰੀਅਲਿਸਟਿਕ ਜਿਹੜਾ ਸਮਾਜ ਆ ਬਹੁਤ ਔਖਾ ਬਹੁਤ ਔਖ ਬੇਅਰਧ ਜਿਆਦੇ ਔਖਾ ਮਤਲਬ ਤੁਸੀਂ ਤੁਹਾਨੂੰ ਲੋਕ ਕੰਵळा ਵੀ ਕਹਿੰਦੇ ਨੇ ਤੁਹਾਨੂੰ ਪਾਗਲ ਕਹਿੰਦੇ ਨੇ ਕੁਝ ਲੋਕ ਤੁਹਾਨੂੰ ਡਰਾਮੇਬਾਜ਼ ਵੀ ਕਹਿੰਦੇ ਨੇ ਉਹ ਕਹਿੰਦੇ ਨੇ ਅਸਲ 'ਚ ਡਰਾਮੇ ਕਰਦਾ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਮਤਲਬ ਮੇਰੇ ਬਾਰੇ ਇੱਕ ਗੱਲ ਮੇਰੇ ਵਿਰੋਧੀ ਕਹਿੰਦੇ ਹੁੰਦੇ ਸੀ ਕਿ ਅਮਰਦੀਪ ਦੇ ਤਾਂ ਕੋਈ ਬਟਨ ਲੱਗਿਆ ਹੋਇਆ ਉਹ ਕੁੜੀਆਂ ਨੂੰ ਪ੍ਰਭਾਵਿਤ ਕਰਨ ਲਈ ਉਹ ਬਟਨ ਆਪਦਾ ਤੇ ਅੱਖਾਂ 'ਚ ਪਾਣੀ ਲੈ ਆਉਂਦਾ ਤੇ ਇਸ ਕਰਕੇ ਉਹ ਡਰਾਮੇ ਕਰਦਾ ਹਨ ਜਾਂ ਹੁਣ ਜਦੋਂ ਮੈਂ ਕੋਈ ਗੱਲ ਕਰਦਾ ਮੇਰੇ ਚੋਂ ਕਟੀਨੀ ਗੱਲ ਵੱਜਦੀ ਗਈ ਹਨਾ ਮੈਂ ਇਸ ਟਾਈਮ 55 ਸਾਲ ਉਮਰ ਹੈ ਮੇਰੀ ਤਾਂ ਮੈਂ ਇਹੋ ਜੀ ਕੋਈ ਗੱਲ ਨਹੀਂ ਕੀਤੀ ਜਿਹੜੀ ਮੈਂ ਕਹਦਾ ਕਿ ਹੁਣ ਤਾਂ ਮੈਂ ਬਹੁਤ ਸਿਆਣਾ ਹੋ ਗਿਆ ਇਸ ਕਿਸਮ ਦੀ ਮੇਰੇ ਅੰਦਰ ਕੋਈ ਸਿਆਣਪ ਨਹੀਂ ਆਈ ਹਨਾ ਮੈਂ ਉਦੋਂ ਵੱਧ ਹੀ ਭਾਵਕ ਹੋਊਗਾ ਹਾਂ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਜਿਹੜੀ ਇਹ ਗੱਲ ਆ ਇਹ ਮਾਣ ਕਰਨ ਯੋਗ ਆ ਹਾਂ ਜੇ ਤੁਸੀਂ ਸੈਂਸਿਟਿਵ ਹੋ ਤਾਂ ਮਾਣ ਕਰੋ ਕਿਉਂਕਿ ਜੇ ਤੁਸੀਂ ਸੈਂਸਿਟਿਵ ਹੋਵੋਗੇ ਤਾਂ ਤੁਸੀਂ ਕਿਸੇ ਦਾ ਮਾੜਾ ਨਹੀਂ ਕਰ ਸਕਦੇ ਇਟ ਮੀਨਸ ਤੁਸੀਂ ਚੰਗੇ ਇਨਸਾਨ ਹੋਵੋਗੇ ਤੁਸੀਂ ਬੇਈਮਾਨ ਨਹੀਂ ਹੋ ਸਕਦੇ ਇਮਾਨਦਾਰ ਹੋਵੋਗੇ ਸੱਚੇ ਸੁੱਚੇ ਹੋਵੋਗੇ ਔਰ ਵੱਡੀ ਗੱਲ ਹੈ ਕਿ ਤੁਸੀਂ ਦਲੇਰ ਹੋਵੋਗੇ ਕਮਿਟਮੈਂਟ ਹੋਊਗੀ ਹਾਂ ਜੇ ਮੇਰੇ ਵਰਗਾ ਕਿਤੇ ਖੜ ਗਿਆ ਤਾਂ ਖੜ ਗਿਆ ਹਨਾ ਕਿਸੇ ਵੀ ਮਸਲੇ ਦੇ ਵਿੱਚ ਚਾਹੇ ਦੀਪ ਸਿੱਧੂ ਵਾਲੀ ਗੱਲ ਲੈ ਲਓ ਚਾਹੇ ਕੋਈ ਹੋਰ ਗੱਲ ਲੈ ਲਓ ਜਦੋਂ ਮੈਂ ਕਹਤਾ ਕਿ ਮੈਂ ਹੈਗਾ ਜਾਂ ਮੇਰੇ ਜਿਹੜੇ ਜਾਣਕਾਰ ਨੇ ਮੈਨੂੰ ਜਾਣ ਦੇ ਕੇ ਜਿਹੜੇ ਛੋਟੇ ਉਹ ਮੈਨੂੰ ਕਹਿੰਦੇ ਨੇ ਕਿ ਬਾਈ ਹੈਗਾ ਤਾਂ ਇਟ ਮੀਨਸ ਇਹ ਹੀ ਆ ਗੱਲ ਕਿ ਮੇਰੀ ਇੱਕ ਕਮਿਟਮੈਂਟ ਆ ਜਿੱਥੇ ਮੈਂ ਖੜ ਗਿਆ ਉੱਥੇ ਮੈਂ ਖੜ ਗਿਆ ਉਹ 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 ਇਮੋਸ਼ਨਲ ਹੋਣ ਕਰਕੇ ਹੀ ਆ ਸਾਰਾ ਕੁਝ ਜਿਵੇਂ ਤੁਸੀਂ ਕਹਿ ਰਹੇ ਸੀਗੇ ਹਨਾ ਵੀ ਸੈਂਸਿਟਿਵ ਹੋਣਾ ਚੰਗੀ ਗੱਲ ਆ ਪਰ ਥੋਡੀਆਂ ਫਿਲਮਾਂ ਦੇ ਡਾਇਲੋਗ ਥੋਡੀਆਂ ਫਿਲਮਾਂ ਦੇ ਨਾਇਕ ਜਦੋਂ ਮੈਂ ਦੇਖਦਾ ਜਿਵੇਂ ਤੁਸੀਂ ਕਿਹਾ ਸਾਡੇ ਹੱਥਾਂ 'ਚ ਹਥਿਆਰ ਵੀ ਨਹੀਂ ਤੇ ਸਾਡੇ ਕੋਲੇ ਵਿਚਾਰ ਵੀ ਨਹੀਂ ਤੁਸੀਂ ਜਿਹੜੇ ਮੈਦਾਨ 'ਚ ਜਿਵੇਂ ਮਿਲਣਾ ਮਿਲ ਲੈਣਾ ਸਾਡੇ ਹੱਥਾਂ 'ਚ ਹਥਿਆਰ ਤੇ ਸਾਡੀ ਜ਼ੁਬਾਨ ਤੇ ਵਿਚਾਰ ਮਿਲਣਗੇ ਬਿਲਕੁਲ ਜੀ ਬਿਲਕੁਲ ਫਿਰ ਇੰਨੇ ਸੈਂਸਿਟਿਵ ਕਰੈਕਟਰ ਦੇ ਹੱਥਾਂ 'ਚ ਹਥਿਆਰ ਕਿਵੇਂ ਆ ਜਾਂਦੇ ਆ ਇਹ ਤੁਹਾਨੂੰ ਕਿਹਨੇ ਕਹਤਾ ਕਿ ਹਥਿਆਰ ਸੈਂਸਿਟਿਵ ਨਹੀਂ ਆ ਹਥਿਆਰ ਆਪਣੇ ਆਪ 'ਚ ਹੀ ਬਹੁਤ ਸੈਂਸਿਟਿਵ ਗੱਲ ਆ ਜਿਹੜੇ ਸੈਂਸਿਟਿਵ ਲੋਕ ਨਹੀਂ ਹੁੰਦੇ ਉਹ ਹਥਿਆਰ ਨਹੀਂ ਚੱਕ ਸਕਦੇ ਜੇ ਸਾਡੀ ਯੰਗ ਜਨਰੇਸ਼ਨ ਸੈਂਸਿਟਿਵ ਨਹੀਂ ਸੀ 1970 ਮਿਆਂ ਚ ਤਾਂ ਨਾ ਅਕਸ ਲਾਈਟ ਮੂਵਮੈਂਟ ਨਹੀਂ ਸੀ ਪੈਦਾ ਹੁੰਦੀ ਜੇ ਉਸ ਤੋਂ ਬਾਅਦ 80 ਨੇ ਅਸੀਂ ਸੈਂਸਿਟਿਵ ਨਾ ਹੁੰਦੇ ਤਾਂ ਸਾਡੀ ਖੜਕੂ ਮੂਵਮੈਂਟ ਨਹੀਂ ਸੀ ਪੈਦਾ ਹੋਣੀ ਇਹ ਸੈਂਸਿਟਿਵ ਲੋਕ ਹੀ ਨੇ ਜਿਹੜੇ ਹਥਿਆਰਬੰਦ ਲੜਾਈ ਵੀ ਲੜਦੇ ਨੇ ਨਹੀਂ ਤਾਂ ਅਗਲੇ ਭਾਈ ਦੁਕਾਨ ਖੋਲਦੇ ਆ ਕੋਈ ਕੱਪੜੇ ਦੀ ਦੁਕਾਨ ਖੋਲਦਾ ਕੋਈ ਚਾਹ ਗੁੜ ਦੀ ਦੁਕਾਨ ਖੋਲਦਾ ਕੋਈ ਰੇਤੇ ਬਜਰੀ ਦੀ ਦੁਕਾਨ ਖੋਲਦਾ ਕੋਈ ਹੋਰ ਕੰਮ ਕਰਦਾ ਜਿਹੜੇ ਲੋਕ ਲੜਨ ਮਰਨ ਤਿਆਰ ਹੋ ਜਾਂਦੇ ਉਹ ਸੈਂਸਿਟਿਵ ਲੋਕ ਹੀ ਹੁੰਦੇ ਨੇ ਔਰ ਮੇਰੇ ਹਿਸਾਬ ਨਾਲ ਹਥਿਆਰ ਬੰਦ ਹੋਣਾ ਜਿਹੜਾ ਉਹ ਤੁਹਾਡੀ ਸੈਂਸਿਟਿਵਨੈਸ ਦੀ ਹਾਈਟ ਹੈ ਕਿ ਤੁਸੀਂ ਇੰਨੇ ਸੈਂਸਿਟਿਵ ਹੋ ਕਿ ਤੁਸੀਂ ਹਥਿਆਰ ਲੈ ਕੇ ਖੜੇ ਹੋਗੇ ਇਸ ਕਰਕੇ ਇਹ ਗੱਲ ਨਾ ਸਮਝੋ ਕਿ ਹਥਿਆਰਬੰਦ ਸੰਘਰਸ਼ ਜਾਂ ਹਥਿਆਰ ਚੱਕਣਾ ਜਿਹੜਾ ਇਹ ਕੋਈ ਇਹ ਕੋਈ ਐਵੇਂ ਹੀ ਜਟਵੈੜ ਗੱਲ ਆ ਜਾਂ ਕੋਈ ਐਵੇਂ ਹੀ ਮਤਲਬ ਮੋٹے ਦਿਮਾਗ ਦੀ ਗੱਲ ਨਹੀਂ ਗੀ ਇਹ ਇਹ ਬਹੁਤ ਗਹਿਰੀ ਤੇ ਬਹੁਤ ਡੂੰਘੀ ਗੱਲ ਆ ਜਿਹੜੇ ਉੱਥੋਂ ਤੱਕ ਪਹੁੰਚਦੇ ਨੇ ਨਹੀਂ ਤਾਂ ਤੁਸੀਂ ਲੜਾਈ ਕਦੇ ਕਰਕੇ ਦੇਖ ਲਓ ਆਖਣਗੇ ਓਏ ਐਨਾ ਕਰ ਭਰੇ ਆਏ ਆ ਉਹ ਪਲਾਨੇ ਦਾ ਵਿਆਹ ਰੱਖਿਆ ਭੈਣ ਦਾ ਕੀਤਾ ਉਹ ਪੰਜਾਬੀ ਚੀਜ਼ਾਂ ਸੋਚਦੇ ਹਥਿਆਰਬੰਦ ਹੋਣ ਵਾਲਾ ਬੰਦਾ ਕੁਝ ਨਹੀਂ ਸੋਚਦਾ ਇਸ ਕਰਕੇ ਜੋ ਕੁਝ ਨਹੀਂ ਸੋਚਦਾ ਤਾਂ ਇਟ ਮੀਨਸ ਇਹ ਹੈ ਕਿ ਉਹ ਬਹੁਤ ਸੈਂਸਿਟਿਵ ਅਮਰਦੀਪ ਗਿੱਲ ਵੈਪਨ ਕੈਰੀ ਕਰਦੇ ਮੇਰੇ ਆਪਣੇ ਵੈਪਨ ਨੇ ਮੇਰੇ ਕੋਲੇ ਮੇਰਾ ਬਾਪੂ ਜਿਨ੍ਹਾਂ ਨੂੰ ਵੈਪਨ ਕਿਹਾ ਜਾਂਦਾ ਦੁਨਿਆਵੀ ਅਰਥਾਂ ਦੇ ਵਿੱਚ ਮੇਰੇ ਬਾਪੂ ਵੈਪਨ ਕੈਰੀ ਕਰਦੇ ਸੀ ਉਹਨਾਂ ਦੇ ਕੋਲੇ ਵੈਪਨ ਦਾ ਲਾਇਸੈਂਸ ਵੀ ਹੁੰਦਾ ਸੀ ਤਸੀਂ ਨਹੀਂ ਬਣਾ ਤੇ ਲਿਸਾਂ ਨਹੀਂ ਲਿਸਾਂਸ ਤੋਂ ਬਿਨਾਂ ਵੀ ਕੈਰੀ ਕਰਦੇ ਸੀ ਉਹ ਕਿਉਂਕਿ ਉਹ ਜਿਹੜੀ ਆ ਇੱਕ ਉਹ ਲਹਿਰ ਵੀ ਉਹਨਾਂ ਨੇ ਜਦੋਂ ਮਜਾਰਾ ਲਹਿਰ ਸੀਗੀ 1952 ਚ ਹਨਾ ਲਾਲ ਪਾਰਟੀ ਸੀਗੀ ਉਸ ਵਕਤ ਕਾਮਰੇਡ ਤੇਜ ਸਿੰਘ ਸਤੰਤਰ ਦੇ ਚੇਲੇ ਸੀਗੇ ਉਹ ਉਹਨਾਂ ਨੂੰ ਹਥਿਆਰਾਂ ਨਾਲ ਬਹੁਤ ਪਿਆਰ ਸੀ ਹਨਾ ਮੈਨੂੰ ਵੀ ਹਥਿਆਰਾਂ ਨਾਲ ਬਹੁਤ ਪਿਆਰ ਪਰ ਮੈਂ ਹਥਿਆਰ ਕੈਰੀ ਨਹੀਂ ਕੀਤਾ ਮੈਂ ਮੇਰੇ ਕੋਲੇ ਕੋਈ ਲਾਇਸੈਂਸ ਨਹੀਂਗਾ ਮੈਨੂੰ ਇਦਾਂ ਲੱਗਦਾ ਕਿ ਮੇਰੇ ਹਥਿਆਰ ਆ ਜਿਹੜੇ ਉਹ ਮੇਰੇ ਸ਼ਬਦ ਨੇ ਮੇਰੇ ਨਾਇਕ ਆ ਜਿਹੜੇ ਮੇਰੀਆਂ ਫਿਲਮਾਂ ਦੇ ਜਾਂ ਮੇਰੇਆਂ ਕਵਤਾਂਵਾਂ ਦੇ ਨਾਇਕ ਨੇ ਜਿਹੜੇ ਉਹ ਹਥਿਆਰ ਕੈਰੀ ਕਰਦੇ ਨੇ ਤੁਸੀਂ ਮੇਰੀ ਕਵਤਾ ਪੜ੍ਹੋ ਜਾਂ ਤੁਸੀਂ ਮੇਰੀਆਂ ਫਿਲਮਾਂ ਦੇਖੋ ਤਾਂ ਉਹ ਅਸਲ 'ਚ ਮੈਂ ਹੀ ਕੈਰੀ ਕਰ ਰਿਹਾ ਹਾਂ ਉਹਨਾਂ ਕਿਉਂਕਿ ਮੈਂ ਉਹਨਾਂ ਨੂੰ ਮੌਕੇ ਤੇ ਲੋਡ ਪੈਣ ਤੇ ਹਥਿਆਰ ਚੱਕਣ ਲਈ ਕਹਿਨ ਤਾਂ ਇਟ ਮੀਨਸ ਮੈਂ ਹੀ ਚੱਕ ਰਿਹਾ ਹਾਂ ਜੀ ਜਿਵੇਂ ਤੁਸੀਂ ਆਪਦੇ ਕਹਾਣੀ ਦੇ ਪਾਤਰਾਂ ਦੀ ਗੱਲ ਕੀਤੀ ਨਾਇਕਾਂ ਦੀ ਗੱਲ ਕੀਤੀ ਮੈਨੂੰ ਐਂ ਲੱਗਦਾ ਹੁੰਦਾ ਜਿਹੜੇ ਤੁਹਾਡੀ ਕਹਾਣੀਆਂ ਦੇ ਪਾਤਰ ਨੇ ਆ ਜਿਵੇਂ ਨਾਇਕ ਨੇ ਉਹ ਐਕਚੁਅਲ 'ਚ ਨਾਇਕ ਹੋਰ ਤਰ੍ਹਾਂ ਦੇ ਹੁੰਦੇ ਆ ਜੇ ਹੋਰ ਫਿਲਮਾਂ ਜਿਵੇਂ ਦਿਖਾਈ ਜਾਂਦੇ ਆ ਤੁਹਾਡੇ ਖਲ ਨਾਇਕ ਹੀ ਨਾਇਕ ਬਣ ਜਾਂਦੇ ਮੈਨੂੰ ਐਂ ਲੱਗਦਾ ਹੁੰਦਾ ਬਿਲਕੁਲ ਇਹਦੇ 'ਚ ਗੱਲ ਹੈ ਕਿ ਤੁਸੀਂ ਹੋਰਾਂ ਦੀਆਂ ਫਿਲਮਾਂ ਹੋਰਾਂ ਡਾਇਰੈਕਟਰਾਂ ਵਰਗੀਆਂ ਹੁੰਦੀਆਂ ਨੇ ਜਿੱਦਾਂ ਦੇ ਉਹ ਹੈਗੇ ਆ ਮੇਰੀਆਂ ਬਲਵਾਂ ਮੇਰੇ ਵਰਗੀਆਂ ਹੁੰਦੀਆਂ ਨੇ ਜਿਹੋ ਜਿਹਾ ਮੈਂ ਹੈਗਾ ਜੋਰਾ ਉਦਾਂ ਦਾ ਪਾਤਰ ਹੈ ਜਿਹੋ ਜਿਹਾ ਅਮਰਦੀਪ ਹੈ ਇਸ ਕਰਕੇ ਦਾਰੋ ਆ ਹੁਣ ਦਾਰੋ ਵੀ ਉਦਾਂ ਦਾ ਪਾਤਰ ਹੈ ਜੇ ਅਮਰਦੀਪ ਕੁੜੀ ਹੁੰਦਾ ਤਾਂ ਦਾਰੋ ਹੋਣਾ ਸੀ ਅਮਰਦੀਪ ਨੇ ਹਨ ਇਸ ਕਰਕੇ ਸੁੱਖਾ ਰੇਡਰ ਵੀ ਮੇਰਾ ਇੱਕ ਵੈਬ ਸੀਰੀਜ਼ ਆ ਰਹੀ ਹੈ ਤਾਂ ਸੁੱਖਾ ਰੇਡਰ ਵੀ ਜੇ ਅਮਰਦੀਪ ਕਬੱਡੀ ਖੇਡਦਾ ਹੁੰਦਾ ਤਾਂ ਅਮਰਦੀਪ ਸੁੱਖਾ ਹੋਣਾ ਸੀ ਜਿਹੜੇ ਮੈਨੂੰ ਬਹੁਤ ਕਰੀਬ ਵੀ ਜਾਣਦੇ ਲੋਕ ਨੇ ਉਹ ਮੇਰੀ ਫਿਲਮ ਦੇਖ ਕੇ ਜਿਹੜਾ ਸਭ ਤੋਂ ਵਧੀਆ ਕੰਪਲੀਮੈਂਟ ਦਿੰਦੇ ਹੁੰਦੇ ਆ ਉਹ ਇਹ ਹੁੰਦਾ ਉਹ ਕਹਿੰਦੇ ਹੁੰਦੇ ਆ ਕਿ ਯਾਰ ਸਾਨੂੰ ਤਾਂ ਤੂੰ ਹੀ ਦਿਖੀ ਗਿਆ ਹੂੰ ਜੋਰਾ ਵੇਲੇ ਜਿਹੜੇ ਨੂੰ ਕਹਿੰਦਾ ਵੀ ਤੂੰ ਤਾਂ ਹਰ ਕਿਤੇ ਤੂੰ ਦਿਖਦਾ ਸੀਗਾ ਮਤਲਬ ਤੇਜਾ ਵੀ ਤੂੰ ਸੀਗਾ ਤੇ ਜੱਗਾ ਬਾਈ ਵੀ ਤੂੰ ਸੀ ਤੇ ਜੋਰਾ ਵੀ ਤੂੰ ਸੀ ਤੇ ਦੀਪਾ ਵੀ ਤੂੰ ਸੀ ਇਹ ਮੇਰੀ ਪ੍ਰਾਪਤੀ ਆ ਕਿ ਮੇਰੀ ਜਿਹੜੀ ਫਿਲਮ ਆ ਜਾਂ ਮੇਰੀ ਕੋਈ ਵੀ ਰਚਨਾ ਉਹ ਮੇਰੇ ਤੋਂ ਝੂਠ ਨਹੀਂ ਬੋਲਦੀ ਯਾਨੀ ਉਹ ਵੱਖਰੀ ਨਹੀਂ ਹੁੰਦੀ ਮੇਰੀ ਸ਼ਖਸੀਅਤ ਤੋਂ ਉਹ ਮੇਰੇ ਵਰਗੀ ਹੁੰਦੀ ਆ ਇੱਕ ਜੋਰੇ ਬਾਰੇ ਨਾ ਬਹੁਤ ਘੱਟ ਲੋਕਾਂ ਨੂੰ ਪਤਾ ਤੁਸੀਂ ਦੱਸਿਆ ਵੀ ਸੀਗਾ ਆਪਦੀ ਇੰਸਟਾਗ੍ਰam ਤੇ ਵੀ ਮੈਂ ਪੜ੍ਹ ਰਿਆ ਸੀਗਾ ਹਨਾ ਉਹ ਆਸਕ ਮੀਆ ਕੁਐਸਚਨ ਜਦੋਂ ਤੁਸੀਂ ਪਾਉਨੇ ਹੁੰਨੇ ਹੋ ਕਿਸ ਨੇ ਪੁੱਛਿਆ ਸੀ ਵੀ ਜੋਰਾ ਡੈਂਪੀ ਤੇ ਬੇਸਡ ਆ ਤਾਂ ਤੁਸੀਂ ਦੱਸਿਆ ਸੀ ਮੈਂ ਚਾਹੁੰਗਾ ਉਹਦੇ ਬਾਰੇ ਵੀ ਤੁਸੀਂ ਹਾਂ ਜੋਰਾ ਜਦੋਂ ਬਣਾਈ ਆ ਅਸਲ ਦੇ ਵਿੱਚ ਨਾ ਮੈਨੂੰ ਇੱਕ ਕੋਈ ਨਾ ਕੋਈ ਇੱਕ ਐਸਾ ਕੋਈ ਚੀਜ਼ ਚਾਹੀਦੀ ਹੁੰਦੀ ਹੈ ਜਿਹੜੀ ਹਿੱਟ ਕਰਦੀ ਆ ਜਣੀ ਉਹ ਜਿੰਨਾ ਚਿਰ ਮੇਰੇ ਅੰਦਰ ਨਹੀਂ ਪੈਦਾ ਹੁੰਦੀ ਨਾ ਮੈਂ ਕਵਿਤਾ ਲਿਖਦਾ ਨਾ ਮੈਂ ਕਹਾਣੀ ਲਿਖਦਾ ਨਾ ਮੈਂ ਫਿਲਮ ਲਿਖਦਾ ਮੈਨੂੰ ਇੱਕ ਗੱਲ ਚਾਹੀਦੀ ਹੁੰਦੀ ਹੈ ਜਿਹਦੇ ਦੁਆਲੇ ਫਿਰ ਮੈਂ ਉਹ ਸਾਰੀ ਗੱਲ ਬੁਣਦਾ ਡਿੰਪੀ ਚੰਦਪਾਨ ਹਨਾ ਜਿਹਨੂੰ ਨਾਮ ਨਾਲ ਜਾਣਿਆ ਜਾਂਦਾ ਪ੍ਰਭਜਿੰਦਰ ਸਿੰਘ ਬਰਾੜ ਉਹਨਾਂ ਦਾ ਪੈੰਡ ਜੈਤੋ ਬਠਿੰਡਾ ਰੋਡ ਤੇ ਸੀ ਉਹ ਮੇਰੇ ਕਾਲਜ ਦੇ ਸੀਨੀਅਰ ਸੀਗੇ ਫੋਟੋ ਕਿੰਨੀਆਂ ਕਲਾਸਾਂ ਮੇਰੇ ਤੋਂ ਤਿੰਨ ਕਲਾਸਾਂ ਅੱਗੇ ਸੀ ਉਹ ਮੈਂ ਪ੍ਰੈਪ ਚ ਜਿਸ ਦੇ ਲੱਗਿਆ 1982 ਚ ਤਾਂ ਉਹ ਬੀਏ 파ਰਟ 2 ਜਾਂ ਬੀਏ ਫਾਈਨਲ ਹੋਣਗੇ ਤੇ ਉਹਨਾਂ ਸਾਡੇ ਲਈ 22 ਸੀਗਾ ਉਹ ਡਿੰਪੀ 22 ਹੈ ਨਾ ਤੇ ਸੰਦੀਪ ਭਾਉ ਇਹ ਵੀ ਸਾਰੇ ਸਾਡੇ ਜਿਹੜੇ ਆ ਸੀਨੀਅਰ ਸੀਗੇ ਹੈ ਨਾ ਤੇ ਉਸ ਤੋਂ ਬਾਅਦ ਅਸੀਂ ਹੁਣ ਮੈਂ ਹੋਰ ਤਰ੍ਹਾਂ ਦਾ ਸੀਗਾ ਮਤਲਬ ਥੀਏਟਰ ਕਰਨ ਵਾਲੇ ਜਾਂ ਸਹਿਤਕ ਗਤੀਵਿਧੀਆਂ ਵਾਲੇ ਹਨਾ ਉਸ ਜੀਆਂ ਲੜਾਈਆਂ ਪੜਾਈਆਂ ਦੇ ਵਿੱਚ ਨਹੀਂ ਸੀਗਾ ਮੈਂ ਪਰ ਮੈਂ ਮੈਨੂੰ ਉਹ ਸਾਰੇ ਮੇਰੇ ਨਾਲ ਉਹਨਾਂ ਦਾ ਪਿਆਰ ਸੀਗਾ ਸਾਰੇ ਕੈਰੈਕਟਰ ਸੀ ਜਿਹੜੇ ਮੁਲਾਕਾਤਾਂ ਹੁੰਦੀਆਂ ਸੀ ਰੋਜ਼ ਹੀ ਮਿਲਦੇ ਸੀ ਅਸੀਂ ਹਨਾ ਅਸੀਂ ਉਹਨਾਂ ਨੂੰ ਸੱਸ ਸ੍ਰੀ ਘਰ ਬੁਲਾਉਣੀ ਹੁੰਦੀ ਸੀ ਉਹਨਾਂ ਨੇ ਕਿਹਾ ਉਹਦਾ ਕਿੰਨੇ ਛੋਟਿਆ ਤੇ ਅਸੀਂ ਖੁਸ਼ ਹੋ ਜਾਂਦੇ ਹੁੰਦੇ ਸੀ ਇਸ ਗੱਲ ਤੇ ਹਨਾ ਇਹ ਕਾਫੀ ਲੰਮੀ ਗੱਲ ਆ ਜਿਹੜੀ ਸ਼ਾਇਦ ਆਪਾਂ ਇੱਥੇ ਨਹੀਂ ਟਾਈਮ ਉਹਨਾਂ ਸੁਣਾ ਸਕਦੇ ਪਰ ਸਾਨੂੰ ਐ ਹੀ ਨਹੀਂ ਮੈਂ ਜਾਊਂਗਾ ਤੁਸੀਂ ਹਾਂ ਉਹ ਗੱਲ ਇੰਦਾ ਆ ਕਿ ਜਿਸ ਦਿਨ ਮੈਂ ਪਹਿਲੇ ਦਿਨ ਲੱਗਿਆ ਮੈਂ ਨਾ ਵੀ ਇਹ ਰਜਿੰਦਰਾ ਕਾਲਜ ਕੀਤੀ ਤੇ ਮੈਂ ਦਸਵੀਂ ਕਰਕੇ ਗਿਆ ਸੀ ਸਰਕਾਰੀ ਹਾਈ ਸਕੂਲ ਕੋ ਲਿਆ ਕਾ ਮੈਂ 5ਵੀਂ ਤੱਕ ਬਠਿੰਡੇ ਪੜਿਆ 6ਵੀਂ ਤੋਂ 10ਵੀਂ ਤੱਕ 5 ਸਾਲ ਕੋਲੀਏ ਪੜਿਆ ਕੋਲੀਏ ਤਾਂ ਜਦੋਂ ਮੈਂ ਪ੍ਰੈਪ ਬਠਿੰਡੇ ਫੇਰ ਆਉਣਾ ਸੀ ਬਠਿੰਡੇ ਰਹਿਣਾ ਸੀ ਤਾਂ ਕੋਲੀਏ ਤੋਂ ਕੋਈ ਵੀ ਮੁੰਡਾ ਨਹੀਂ ਸੀ ਜਿਹੜਾ ਮੇਰੇ ਨਾਲ ਬਠਿੰਡੇ ਲੱਗਦਾ ਕਿਉਂਕਿ ਉਹ ਤਾਂ ਸਾਰੇ ਜਾਂ ਰੋਡੇ ਕਾਲਜ ਲੱਗੇ ਜਾਂ ਮੋਗੇ ਲੱਗੇ ਤੇ ਮੈਂ ਕੱਲਾ ਸੀ ਮੇਰੇ ਨਾਲ ਕੋਈ ਬੰਦਾ ਨਹੀਂ ਸੀ ਉਹਨਾਂ ਦਿਨਾਂ 'ਚ ਪ੍ਰੈਪ ਹੁੰਦੀ ਸੀ ਤੇ ਮੈਂ ਪੱਗ ਬੰਨਦਾ ਹੁੰਦਾ ਚਿੱਟਾ ਕੁੜਤਾ ਪਿਆ ਮਨ ਪਾਇਆ ਸਾਡੇ ਵੇਲੇ ਜੁੱਤੀ ਹੁੰਦੀ ਸੀਗੀ ਬਾਟਾ ਦੀ ਜਲਸਾ ਕਹਿੰਦੇ ਸੀ ਉਹਨੂੰ 49 ਰੁਪਏ 95 ਪੈਸੇ ਦੀ ਆਉਂਦੀ ਹੁੰਦੀ ਉਦੋਂ ਹਾਂਜੀ ਤੇ ਉਹ ਸਾਡੀ ਮਤਲਬ ਸਵਾਗ ਸੀ ਬਹੁਤ ਉਹਨਾਂ ਟਾਈਮਾਂ ਚ ਹਨਾ ਤੇ ਹਲਕੀ ਹਲਕੀ ਦਾੜੀ ਸੀ ਮੇਰੇ ਮੈਂ ਬਹੁਤ ਛੋਟਾ ਸੀ ਮੈਂ 14 ਸਾਲਾਂ ਦੇ ਨੇ 10ਵੀਂ ਕਰ ਲਈ ਸੀਗੀ ਤੇ ਕਿਉਂਕਿ ਮੈਂ ਅ ਪਹਿੰਦੀ ਚ ਲੱਗਿਆ ਹੀ ਨਹੀਂ ਸਿੱਧਾ ਮੈਂ ਦੂਜੀ ਚ ਲੱਗਿਆ ਸੀ ਇਸ ਕਰਕੇ 9 ਸਾਲਾਂ ਚ ਮੈਂ 10ਵੀਂ ਕਰ ਲਈ ਸੀ ਹਨਾ ਮੈਂ 14 ਸਾਲਾਂ ਦਾ ਕਾਲਜ ਲੱਗ ਗਿਆ ਸੀ ਹਨਾ 15ਵਾਂ ਸਾਲ ਸੀ ਉਦੋਂ ਤੇ ਮੈਨੂੰ ਕਾਲਜ ਦੇ ਵਿੱਚ ਨਾ ਡਰ ਲੱਗਿਆ ਅੰਦਰ ਪੀੜ ਪੜੱਕਾ ਦੇਖ ਕੇ ਹੂੰ ਤੋ ਪਹਿਲੇ ਦਿਨ ਹੀ ਮੈਨੂੰ ਦੋ ਪਾਤਰ ਮਿਲੇ ਜਿਹੜੇ ਹੂੰ ਉਹ ਇੱਕ ਪਾਤਰ ਨੇ ਮੈਨੂੰ ਕਿਹਾ ਕਿ ਕਿਹੜਾ ਪਿੰਡ ਆ ਛੋਟਿਆ ਮੈਂ ਮੈਂ ਅੰਦਰ ਗਿਆ ਨਹੀਂ ਮੈਂ ਬਾਹਰ ਹੀ ਬੈਠਾ ਗੇਟ ਦੇ ਨਾਲ ਤੇ ਮੈਂ ਕਿਹਾ ਜੀ ਕੋਹ ਨਹੀਂ ਆ ਉਹ ਕਹਿੰਦਾ ਕਿਹੜਾ ਕੋਹ ਨਹੀਂ ਆ ਵੱਡਾ ਕਿ ਛੋਟਾ ਤੇ ਮੈਨੂੰ ਇਹ ਲੱਗਿਆ ਯਾਰ ਬੰਦੇ ਨੂੰ ਪਤਾ ਹੈ ਵੀ ਵੱਡੇ ਛੋਟੇ ਬਾਰੇ ਵੀ ਪਤਾ ਹੈ ਉਹ ਅਸਲ ਦੇ ਵਿੱਚ ਸੰਦੀਪ ਭਾਈ ਸੀ ਜਿਹਨੂੰ ਸੰਦੀਪ ਭਾਉ ਕਹਿੰਦੇ ਆ ਥੋੜੇ ਜਿਰ ਬਾਅਦ ਇੱਕ ਕਰੈਕਟਰ ਹੋਰ ਆਇਆ ਉਹ ਉਹਦੇ ਨਾਲ ਗੱਲਾਂ ਕਰਦੇ ਕਰਦੇ ਮੈਂ ਫੇਰ ਉੱਥੇ ਹੀ ਬੈਠਾ ਸੀ ਤਾਂ ਉਹ ਸੰਦੀਪ ਭਾਈ ਨੇ ਮੇਰੇ ਕੰਨੀ ਹੱਥ ਕਰਕੇ ਕਿਹਾ ਕਿ ਆਪਣਾ ਛੋਟਾ ਭਰਾ ਘੋਲੀਏ ਤੋਂ ਤੇ ਮੈਂ ਉਹਨੂੰ ਵੀ ਸਸਰੀ ਘਰ ਬੁਲਾਈ ਉਹ ਡਿੰਪੀ ਸੀ ਜਿਹੜਾ ਮੈਨੂੰ ਬਾਅਦ ਚ 2-4 ਦਿਨਾਂ ਬਾਅਦ ਪਤਾ ਲੱਗਿਆ ਦੋਹਾਂ ਦਾ ਨਾਂ ਹਨ ਹਾਂਜੀ ਉਦੋਂ ਬਾਅਦ ਚਲੋ ਸਮਾਨ ਲੰਘਦਾ ਰਿਹਾ 84 ਆ ਗਿਆ ਇਹ ਰੂਪੋਸ਼ ਹੋ ਗਏ ਫੜੇ ਗਏ ਮੈਨੂੰ ਇਹ ਵੀ ਪਤਾ ਸੀ ਕਿ ਉਹ ਬਠਿੰਡੇ ਜੇਲ੍ਹ ਚ ਹੂੰ ਸਾਡੇ ਸਾਰੇ ਮਿਲਣ ਜਾਂਦੇ ਹੁੰਦੇ ਉਹਨੂੰ ਨਹੀਂ ਮੈਂ ਨਹੀਂ ਕਦੇ ਗਿਆ ਤੇ ਕਿ ਡੈਂਪੀ ਬਾਈ ਦੀ ਬੜੀ ਟੌਰ ਹੈ ਜੀ ਉੱਥੇ ਹਨਾ ਮੇਰਾ ਇੱਕ ਦੋਸਤ ਭੰਗੜਾ ਸਿਕਾਉਂਦਾ ਸੀ ਜੇਲ੍ਹ ਦੇ ਵਿੱਚ ਢੋਲ ਲੈ ਕੇ ਜਾਂਦਾ ਹੁੰਦਾ ਜੀ ਉਹਨੇ ਮੈਨੂੰ ਦੱਸਿਆ ਜਿਸ ਦਿਨ ਡੈਂਪੀ ਬਾਈ ਰਹਾ ਹੋਣੇ ਸੀਗੇ ਉਸ ਦਿਨ ਸਾਰੇ ਨਾ ਰਾਸ਼ ਸੀ ਬਹੁਤ ਜ਼ਿਆਦੇ ਅਰਜੇਂਦਰਾ ਕਾਲਜ ਦੇ ਸਾਹਮਣੇ ਕਨਵੈਂਟ ਸਕੂਲ ਵਾਲੀਆਂ ਸੜਕਾਂ ਹੁਣ ਉੱਥੇ ਪੁਰਾਣੀ ਜੇਲ੍ਹ ਹੈ ਨੀਗੀ ਜੋਰਾ ਦੇ ਵਿੱਚ ਮੈਂ ਉਹ ਸ਼ੂਟ ਕੀਤੀ 2000 ਤੋਂ ਬਾਅਦ ਵਾਲੀ ਗੱਲ ਕਰ ਰਹੀ ਹਾਂ ਜਾਂ ਤੁਸੀਂ ਪਹਿਲਾਂ ਦੀ ਨਹੀਂ ਪਹਿਲਾਂ ਦੀ ਗੱਲ ਅ ਨਹੀਂ 2000 ਤੋਂ ਤਾਂ ਬਾਅਦ ਦੀ ਆ ਜਦੋਂ ਰਿਹਾਂ ਆਏ ਜਦੋਂ ਰਿਹਾਂ ਆਏ ਆ ਤੇ ਉਹ ਮੈਂ ਪੁੱਛਿਆ ਮੈਂ ਕਿ ਕੀ ਹੋ ਗਿਆ ਸਾਰੇ ਖੜੇ ਸੀ ਆ ਉਹਦੇ ਇੱਕ ਬੰਦਾ ਮੈਨੂੰ ਕਹਿੰਦਾ ਤੈਨੂੰ ਨਹੀਂ ਪਤਾ ਮੈਂ ਕਿਹਾ ਕਹਿੰਦਾ ਡਿੰਪੀ ਬਾਹਰ ਆ ਹੋ ਰਿਹਾ ਇਹ ਸ਼ਬਦ ਸੀ ਜਿਹੜਾ ਕਿ ਡਿੰਪੀ ਬਾਹਰ ਆ ਹੋ ਰਿਹਾ ਇਹਨੇ ਅਸਲ ਸੇ ਜੋਰਾ ਲਖਵਾਈ ਕਿ ਡੈਂਪੀ ਬਾਈ ਮਤਲਬ ਇੰਨਾ ਵੱਡਾ ਇਕੱਠ ਕਿਵੇਂ ਹੋ ਗਿਆ ਇਹ ਉੱਥੇ ਰਾਜਨੀਤਿਕ ਲੀਡਰ ਵੀ ਸੀ ਹੂੰ ਉੱਥੇ ਆਮ ਲੋਕ ਵੀ ਸੀ ਕਾਰਾਂ ਜੀਪਾਂ ਔਰ ਅਜਿਤ ਵੀ ਲੋਕ ਇਹ ਜਾਣਦੇ ਨੇ ਕਿ ਜਦੋਂ ਕਾਫਲਾ ਤੁਰ ਪਿਆ ਸੀ ਤੇ ਮੂਰਲੀ ਕਾਰ ਆ ਜਿਹੜੀ ਉਹ ਚੰਦਪਾਣ ਪਹੁੰਚ ਗਈ ਸੀ ਤਾਂ ਮਗਰਲੀ ਕਾਰ ਹਲੇ ਇੱਥੇ ਹੀ ਫਿਰਦੇ ਸੀ ਹਨ ਹਾਂ ਬਠਿੰਡੇ ਗੋਨਿਆਂ ਨੇ ਇੱਥੇ ਫਿਰਦੇ ਸੀ ਉਸ ਤੋਂ ਬਾਅਦ ਮੈਂ ਉਹਨਾਂ ਤੇ ਨਿਗਾਹ ਰੱਖਣ ਲੱਗ ਗਿਆ ਹਨ ਕਿ ਕੀ ਉਹਨਾਂ ਦੀਆਂ ਗਤੀਵਿਧੀਆਂ ਨੇ ਹਨ ਤੇ ਮੈਂ ਆਖਿਆ ਯਾਰ ਵੀ ਇਹ ਗੱਲ ਆ ਕਿ ਮੈਨੂੰ ਬਾਪੂ ਮੇਰੇ ਬਾਪੂ ਜੀ ਨੇ ਮੈਨੂੰ ਕਿਹਾ ਹੂੰ ਕਿ ਟੈਂਪੀ ਨੂੰ ਨਾ ਹੁਣ ਰਾਜਨੀਤੀ 'ਚ ਜਾ ਵੜਨਾ ਚਾਹੀਦਾ ਅਦਰਵਾਈਜ਼ ਨਾ ਜਿਹੜੇ ਹਾਲਾਤ ਨੇ ਉਹਦੇ ਲਈ ਸਾਜ਼ਗਰ ਨਹੀਂ ਹੋਣੇ ਉਹ ਬੜੇ ਸਿਆਣੇ ਬੰਦੇ ਸੀ ਉੱਥੋਂ ਫਿਰ ਮੇਰੇ ਮਨ 'ਚ ਇਹ ਸਾਰੀ ਗੱਲ ਆਈ ਇਸ ਕਰਕੇ ਜੋਰਾ ਜਿਹੜੀ ਉਹ 100% ਡਿੰਪੀ ਦੀ ਕਹਾਣੀ ਨਹੀਂ ਗੀ 10 20% ਗੱਲਾਂ ਨੇ ਜਿਹੜੀਆਂ ਤੁਸੀਂ ਜੇਲ੍ਹ ਚੋਂ ਛੁੱਟਦੇ ਹੋ ਹਨ ਇਹਦੇ ਚ ਆਪਾਂ ਦਿਖਾਉਨੇ ਆਂ ਜੋਰਾ ਵੀ ਜੇਲ੍ਹ ਚੋਂ ਛੁੱਟਦਾ ਉਵੇਂ ਭੀੜ ਹੁੰਦੀ ਆ ਉਹ ਜਿਹੜਾ ਉਹ ਅਖਬਾਰਾਂ ਚ ਲਿਖਿਆ ਉਹ ਜਿਹੜਾ ਬਣਿਆ ਜੋਰਾ ਭਾਈ ਹਨਾ ਉਹ ਹੁੰਦਾ ਜਾਂ ਉਸ ਤੋਂ ਬਾਅਦ ਲਾਹ ਹੀਰੇ ਦਾ ਆਪਾਂ ਖਾੜਾ ਦਿਖਾਉਨੇ ਆਂ ਹਨਾ ਜਾਂ ਉਸ ਤੋਂ ਬਾਅਦ ਜਿਹੜਾ ਯੂਪੀ ਦੇ ਵਿੱਚ ਆਪਾਂ ਦਿਖਾਇਆ ਇੱਕ ਸੁਲਤਾਨਾ ਬਲਗਰੀ ਹਾਂ ਉਦਾਂ ਦੀਆਂ ਗੱਲਾਂ ਹਾਂ ਕੁਝ ਘਟਨਾਵਾਂ ਨੇ ਜਿਹੜੀਆਂ ਫਿਰ ਉਹ ਇੱਕ ਥਾਂ ਤੇ ਅਟੈਕ ਹੁੰਦਾ ਜਿੱਥੇ ਜਿੱਥੇ ਡਿੰਪੀ ਬਾਈ ਹੋਰਾਂ ਦੀ ਡੈਥ ਹੋ ਗਈ ਸੀ ਪਰ ਜੋਰਾ ਬਚ ਜਾਂਦਾ ਕਿਉਂਕਿ ਮੈਂ ਉਹ ਕਹਾਣੀ ਅੱਗੇ ਵੀ ਕਹਿਣੀ ਸੀ ਬਹੁਤ ਸਾਰੀਆਂ ਹੋਰ ਗੁੰਝਲਾਂ ਸੀ ਜਿਹੜੀਆਂ ਪੰਜਾਬ ਦੀ ਨੌਜਵਾਨੀ ਦੀਆਂ ਪੰਜਾਬ ਦੀ ਰਾਜਨੀਤੀ ਦੀਆਂ ਜਿਹੜੀਆਂ ਸੱਚੀਆਂ ਘਟਨਾਵਾਂ ਮੈਂ ਹੋਰ ਦਿਖਾਉਣੀਆਂ ਸੀ ਉਹਦੇ ਕਰਕੇ ਮੈਂ ਉਹਨਾਂ ਨੂੰ ਉੱਥੇ ਜੋਰਾ ਬਚ ਜਾਂਦਾ ਬਸ ਉਹ ਇੰਨੀ ਕੁ ਪ੍ਰਭਾਵਿਤ ਹੈਗੀ ਆ ਉਹ ਔਰ ਇਹੋ ਜਿਹੀਆਂ ਚੀਜ਼ਾਂ ਉਹ ਬਾਪੂ ਨੇ ਉਸ ਦਿਨ ਇਹ ਗੱਲ ਕਹੀ ਸੀ ਮੈਨੂੰ ਕਿ ਰਾਜਨੀਤੀ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ ਕਿ ਪੋਲਿਟਿਕਸ ਇਜ਼ ਦਾ ਲਾਸਟ ਰਿਫਿਊਜ ਆਫ ਦਾ ਕਾਉਂਟਰਲਸ ਤੇ ਹੁਣ ਜਿਹੜੀ ਮਤਲਬ ਪਨਾਹ ਹੈ ਉਹ ਲੈ ਲੈਣੀ ਚਾਹੀਦੀ ਆ ਡੈਂਪੀ ਨੂੰ ਉਸ ਦਿਨ ਬਾਪੂ ਨੇ ਇਹ ਗੱਲ ਕਹੀ ਸੀ ਮੈਨੂੰ ਜੱਗਾ ਬਾਈ ਫਿਲਮ ਚ ਤੇ ਉਹ ਆਪਾਂ ਜਿਹੜਾ ਕਰੈਕਟਰ ਜੱਗੇ ਬਾਈ ਦੇ ਮੂੰਹੋਂ ਧਰਮਿੰਦਰ ਦੇ ਮੂੰਹੋਂ ਜਿਹੜੀਆਂ ਗੱਲਾਂ ਕਹਾਈਆਂ ਉਹ ਅਸਲ ਚ ਮੇਰੇ ਬਾਪੂ ਜੀ ਨੇ ਕਹੀਆਂ ਸੀ ਜਦੋਂ ਮੈਂ ਦੀਪ ਨੂੰ ਸੁਣਾਈ ਆ ਫਿਲਮ ਤਾਂ ਦੀਪ ਨੂੰ ਵੀ ਮੈਂ ਇਹ ਗੱਲ ਹੀ ਸੁਣਾਈ ਸੀ ਹਮਮ ਔਰ ਸਾਡੀ 5-10 ਮਿੰਟ ਦੇ ਵਿੱਚ ਹੀ ਗੱਲ ਫਾਈਨਲ ਹੋ ਗਈ ਸੀ ਵੀ ਦੀਪ ਕਹਿੰਦਾ ਮੈਂ ਫਿਲਮ ਕਰੂੰਗਾ ਕਿਉਂਕਿ ਆਹ ਗੱਲ ਮੇਨ ਜਦੋਂ ਮੈਂ ਸੁਣਾਈ ਤਾਂ ਦੀਪ ਨੂੰ ਲੱਗਿਆ ਕਿ ਬਹੁਤ ਸਿਆਣੀ ਫਿਲਮਾਂ ਇਦਾਂ ਦੀਆਂ ਫਿਲਮਾਂ ਪੰਜਾਬੀ ਚ ਨਹੀਂ ਹੁੰਦੀਆਂ ਹਾ ਨਾ ਵਿਚਾਰਤਾਰਕ ਤੌਰ ਤੇ ਕਾਫੀ ਗਹਿਰਾਈ ਵਾਲੀਆਂ ਗੱਲਾਂ ਨੇ ਉਹਦੇ ਚ ਇਹ ਕਰਕੇ ਮੈਂ ਜਦੋਂ ਕਹੀ ਰਹੀ ਮੈਂ ਮਤਲਬ ਸੈਡ ਹੁੰਨਾ ਜਾਂ ਮਤਲਬ ਉਦਾਂ ਮੈਂ ਜੂਰੇ ਦਾ ਕਲਾਈਮੈਕਸ ਦੇਖਦਾ ਜੀ ਮੈਂ ਆਪ ਦੀ ਜੇ ਹਨਾ ਨਿੱਜ ਦੀ ਗੱਲ ਕਰਾਂ ਵੀ ਕਿਹਦੀ ਮੈਂ ਸਾਈਡ ਹੁੰਨਾ ਤਾਂ ਮੈਂ ਉਹਦਾ ਕਲਾਈਮੈਕਸ ਦੇਖਦਾ ਜਦੋਂ ਆਂਦਾ ਵੀ ਇਹ ਤਾਂ ਉਹ ਜਵਾਕ ਰਹੁੰਦਾ ਬਾਈ ਹਾਂ ਹਨਾ ਇਹ ਤਾਂ ਉਹ ਜਵਾਕ ਫੇਰ ਜਿਉਂਦਾ ਹੋ ਗਿਆ ਜਿਹਨੇ ਪਹਿਲੀ ਵਾਰੀ ਤੈਨੂੰ ਦਾਣਾ ਮੰਡੀ ਦੇਖਿਆ ਹਾਂ ਉਹ ਬਹੁਤ ਵੱਡੀ ਗੱਲ ਸੀ ਕਿਉਂਕਿ ਉਹ ਜਿੱਦਾਂ ਸ਼ੂਟ ਕੀਤਾ ਮੈਂ ਮੈਂ ਹੌਬੀ ਬਾਈ ਬਹੁਤ ਬਹੁਤ ਕਮਾਲ ਐਕਟਰ ਮਤਲਬ ਵੱਡੇ ਭਰਾ ਵੀ ਆ ਸਾਡੇ ਔਰ ਪ੍ਰਾਣੀ ਸਾਡੀ ਯਾਰੀ ਆ ਯੂਨੀਵਰਸਿਟੀ ਵੇਲੇ ਦੀ ਤੇ ਦੀਪ ਨੂੰ ਤੇ ਹੌਬੀ ਬਾਈ ਨੂੰ ਮੈਂ ਜਿਵੇਂ ਤਿਆਰ ਕੀਤਾ ਸੀ ਉਸ ਸੀਨ ਲਈ ਮੈਂ ਉਹਨਾਂ ਦੋਹਾਂ ਨੂੰ ਡਾਇਲੌਗ ਦੇਤੇ ਸੀ ਲਿਖਤੀ ਰੂਪ ਚ ਤੇ ਉਹਨਾਂ ਨੂੰ ਮੈਂ ਇਹ ਗੱਲ ਕਹਿਤਾ ਸੀ ਕਿ ਕੈਮਰਾ ਨਹੀਂ ਰੁਕੂਗਾ ਹੂੰ ਇਹ ਵਨ ਟੇਕ ਜਾਊਗਾ ਕੈਮਰਾ ਰੁਕਣਾ ਨਹੀਂ ਉੱਚ ਕੋਈ ਵੀ ਕੱਟ ਨਹੀਂ ਨਾ 11:30 ਵਜੇ ਕੱਟ ਬਾਅਦ ਦੇ ਵਿੱਚ ਲਾ ਕੇ ਐਡਿਟ ਹੋਣ ਪਰ ਉਹ ਇੱਕ ਵਾਰ ਪੂਰਾ ਸੀਨ ਵਨ ਟੇਕ ਸ਼ੂਟ ਹੋਇਆ ਮੈਂ ਦੋ ਕੈਮਰੇ ਲਾਤੇ ਤੇ ਇਹ ਕਾਲ ਚਰਾਣੀ ਦੇ ਕੋਠਿਆਂ ਦੇ ਵਿੱਚ ਇੱਕ ਲੋਕੇਸ਼ਨ ਸੀਗੀ ਜਿਹਨੂੰ ਅਸੀਂ ਯੂਪੀ ਦਾ ਘਰ ਬਣਾਇਆ ਸੀਗਾ ਸੁਲਤਾਨ ਅਹਿਮਦ ਕੁਰੇਸ਼ੀ ਦਾ ਉੱਤੇ ਸਾਰਾ ਜਿਹੜਾ ਸ਼ੂਟ ਹੋ ਚੁੱਕਿਆ ਸੀਗਾ ਉਸ ਦਿਨ ਦਾ ਤੇ ਮੈਂ ਕਿਹਾ ਸੀ ਵੀ ਲਾਸਟ ਚ ਇਹ ਸੀਨ ਕਰਨਾ ਤਾਂ ਜਿਵੇਂ ਚਿੰਨੇ ਵੀ ਲੋਕ ਖੜੇ ਸੀ ਉਹ ਜਿਵੇਂ ਖੇਡਾ ਪਾਉਣ ਵਾਲੇ ਨਹੀਂ ਕਹਿੰਦੇ ਹੁੰਦੇ ਵੀ ਆਪਣੇ ਆਪਣੇ ਪੈਰਾਂ ਦੀ ਮਿੱਟੀ ਨਹੀਂ ਛੱਡਣੀ ਜਿੱਥੇ-ਜਿੱਥੇ ਖੜੇ ਉੱਥੇ ਖੜੇ ਰਹੋ ਉੱਥੇ ਮੈਂ ਇਹੀ ਕਿਹਾ ਸੀ ਕਿ ਆਪਦੇ ਫੋਨ ਬੰਦ ਕਰ ਲਓ ਜਾਂ ਫਲਾਈਟ ਮੋਡ ਤੇ ਲਾ ਲਓ ਕਿਸੇ ਬੰਦੇ ਨੇ ਆਪਣੀ ਜਗ੍ਹਾ ਤੋਂ ਹਿੱਲਣਾ ਨਹੀਂ ਕੋਈ ਰਿਐਕਸ਼ਨ ਨਹੀਂ ਦੇਣਾ ਜਿੰਨਾ ਚਿਰ ਮੈਂ ਕੱਟ ਨਹੀਂ ਬੋਲਦਾ ਸਾਰੋ ਓਕੇ ਖੜੇ ਰਹੋ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਇੱਥੋਂ ਦੂਰ ਚਲੇ ਜਾਓ ਬਾਹਰ ਚਲੇ ਜਾਓ ਇਸ ਸੈੱਟ ਤੋਂ ਤੇ ਇਹ ਐਂ ਹੀ ਹੋਊਗਾ ਸੀਨ ਤੇ ਉਹ ਜਦੋਂ ਅਸੀਂ ਸੀਨ ਸ਼ੂਟ ਕੀਤਾ ਤੇ ਉਦੋਂ ਬਾਅਦ ਮਤਲਬ ਕਟੋ-ਕਟ 10-20 ਸਕਿੰਟ ਦਾ ਇੱਕ ਸਾਇਲੈਂਸ ਆਈ ਫੇਰ ਮੈਂ ਕੱਟ ਬੋਲਿਆ ਫੇਰ ਕਸੀ ਤਾੜੀਆਂ ਮਾਰੀਆਂ ਪਰ ਬਹੁਤ ਪਿਆਰ ਨਾਲ ਮੈਂ ਦੀਪ ਨੂੰ ਵੀ ਜੱਫੀ ਬਾਕੇ ਮਿਲਿਆ ਹੌਬੀ ਬਾਈ ਨੂੰ ਵੀ ਤੇ ਅਗਲੇ ਦਿਨ ਮਤਲਬ ਪੰਜਾਬ ਚੋਂ ਮੈਨੂੰ ਸਰਦਾਰ ਸੋਹੀ ਜਾਂ ਹੋਰ ਦੋ ਤਿੰਨ ਬੰਦਿਆਂ ਦੇ ਮੈਨੂੰ ਫੋਨ ਆਏ ਕਿ ਬਾਈ ਅਕੇ ਸੁਣਿਆ ਵੀ ਰਾਤ ਬਹੁਤ ਜ਼ਬਰਦਸਤ ਸੀਨ ਸ਼ੂਟ ਕੀਤਾ ਤੁਸੀਂ ਮਾਇਆ ਯਾਰ ਵੀ ਕੀਤਾ ਜੋ ਮੈਂ ਕਰਨਾ ਚਾਹੁੰਦਾ ਸੀਗਾ ਹਨਾ ਉਹ ਤਾਂ ਬਾਅਦ ਦੀ ਗੱਲ ਆ ਵੀ ਉਹ ਸਕਰੀਨ ਤੇ ਕਿਵੇਂ ਲੱਗੂਗਾ ਜੀ ਪਰਾ ਖੂਬਸੂਰਤੀ ਇਹ ਸੀ ਕਿ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਸੀ ਉਹਦੇ ਵਿੱਚ ਮੈਂ ਕੀਤੀ ਉਹ ਗੱਲ ਤੁਸੀਂ ਉਹਦੇ ਚ ਇੱਕ ਇੱਕ ਗੱਲ ਦੇਖਿਓ ਕਿ ਦੀਪ ਜਦੋਂ ਮਗਰ ਹੱਥ ਕਰਦਾ ਤੋ ਹੱਥ ਇਹਦੇ ਵਿੱਚ ਪਿਸਤੌਲ ਫੜਦਾ ਜਦੋਂ ਕਿਵੇਂ ਪਿਸਤੌਲ ਫੜਾਉਂਦਾ ਯਾਦ ਕਰੇ ਵਾਲੋ ਦੇਖਿਓ ਤੁਸੀਂ ਉਹ ਮਤਲਬ ਦੀਪ ਮੈਨੂੰ ਕਿਸੇ ਬੰਦੇ ਨੇ ਬਹੁਤ ਅੱਛਾ ਕੰਪਲੀਮੈਂਟ ਦਿੱਤਾ ਉਹ ਕਹਿੰਦਾ ਯਾਰ ਮੈਂ ਹੱਥ ਦੇ ਵੀ ਅੱਖਾਂ ਦੇਖੀਆਂ ਲੱਗੀਆਂ ਵੀ ਉਹ ਹੱਥ ਵੀ ਝਾਕ ਰਿਹਾ ਸੀਗਾ ਦੀਪੇ ਕੰਨੀ ਉਹ ਦੀਪਾ ਉਸ ਅੱਖਾਂ ਨੂੰ ਵੀ ਬੋਲੀ ਸਮਝ ਕੇ ਉਹਦੇ ਹੱਥ 'ਚ ਰਵਾਲਵਰ ਫੜਾ ਦਿੰਦਾ ਹੈ ਨਾ ਤੇ ਤੂੰ ਮੇਰਾ ਪਿਆਉ ਇਹ ਗੱਲ ਜਿਵੇਂ ਕਹੀ ਗਈ ਉਹ ਵਕ ਕੁਦਰਤੀ ਮਤਲਬ ਪ੍ਰਮਾਤਮਾ ਜੋ ਕੁਝ ਕਰਦਾ ਕਈ ਵਾਰੀ ਸਾਡੀ ਇਮਾਨਦਾਰੀ ਨੂੰ ਸਾਡੀ ਕਮਿਟਮੈਂਟ ਨੂੰ ਫਲ ਲੱਗ ਜਾਂਦਾ ਜਿਵੇਂ ਅਸੀਂ ਮੈਂ ਹੈ ਨਾ ਬਹੁ ਜਾਣੇ ਪ੍ਰਭਾਵਤਾ ਹੈ ਜੋਰੇ ਦੀ ਸਟੋਰੀ ਤੋਂ ਜੋਰਾ ਜਿਹੜੀ 1 ਸੀ ਉਹ ਤਾਂ ਜੰਨੇ ਵਾਰੀ ਵੀ ਮੈਂ ਦੇਖਦਾ ਹਾਂ ਮੈਂ ਬੋਰ ਨਹੀਂ ਹੁੰਦਾ ਤੂੰ ਥੋੜਾ ਜਿਹਾ ਜਿਵੇਂ ਨਵਾਂ ਕਨਸੈਪਟ ਹੈਨਾ ਦਾ ਸੈਕੰਡ ਚੈਪਟਰ ਉਹ ਸੀਗਾ ਤੀਜੇ ਦੀ ਵੀ ਲੋਕਾਂ ਨੂੰ ਅਡੀਕ ਸੀਗੀ ਹਾਲਾਂਕਿ ਤੁਸੀਂ ਕਹਤਾ ਸੀ ਵੀ ਦੀਪ ਤੋਂ ਬਾਅਦ ਹੈਨਾ ਦੀਪ ਦੇ ਜਾਣ ਤੋਂ ਬਾਅਦ ਉਹ ਨਹੀਂ ਬਣ ਸਕਦੀ ਤੇ ਨਾ ਹੀ ਆਊਗੀ ਕਦੇ ਤੀਜਾ ਪਾਰਟ ਫਿਰ ਸੀ ਕੀ ਆ ਜਾਂ ਤੀਜਾ ਜਿਹੜੀ ਜੋਰਾ 1 ਸੀ ਉਹ ਮੇਰੀ ਫਿਲਮ ਸੀਗੀ ਟੋਟਲੀ ਨਾ ਨਾ 100% ਜੀ ਜੋਰਾ ਟੂ ਸੀ ਜਿਹੜੀ ਉਹਦੇ ਚ ਹਲਕਾ ਆ ਸਮਝੌਤੇ ਸੀਗੇ ਇੱਕ ਦੋ ਜਿਹੜੇ ਸਾਨੂੰ ਕਿਸੇ ਕਾਰਨ ਜਿਹੜੇ ਕਰਨੇ ਪਏ ਹਨ ਜਿਹੜੀ ਤੀਜੀ ਸੀ ਉਹ ਫੇਰ ਮੇਰੀ ਹੋਈ ਸੀ ਹਮਮ ਕਿਉਂਕਿ ਉਸ ਵੇਲੇ ਦੀਪ ਇਹ ਗੱਲ ਮੰਨ ਗਿਆ ਸੀ ਕੁਝ ਸਾਡੀ ਨਾਲ ਡਿਸਕਸ ਹੋਈ ਸੀ ਕਿਸੇ ਗੱਲ ਤੇ ਕ੍ਰੀਏਟਿਵ ਡਿਫਰੈਂਸਸ ਜਿਹੜੇ ਹੁੰਦੇ ਆ ਤਾਂ ਦੀਪ ਇਹ ਗੱਲ ਮੰਨ ਗਿਆ ਸੀਗਾ ਤੀਜੀ ਵੇਲੇ ਕਿ ਤੁਸੀਂ ਸਰ ਜਿਹੜੀ ਗੱਲ ਕਹਿੰਦੇ ਸੀ ਉਹ ਸਹੀ ਆ ਤੁਸੀਂ ਜਿਵੇਂ ਕਰਨੀ ਚਾਹੁੰਦੇ ਹੋ ਓਵੇਂ ਕਰੋ ਤੁਸੀਂ ਜੋਰਾ ਥਰਡ ਚੈਪਟਰ ਔਰ ਸਾਡਾ ਹਲੇ ਕੋਈ ਵਿਚਾਰ ਨਹੀਂ ਸੀਗਾ ਕਿ ਥਰਡ ਚ ਉਹ ਮੁੱਕ ਜਾਣੀ ਆ ਉਹ ਅੱਗੇ ਵੀ ਅੱਗੇ ਵੀ ਚੱਲਣੀ ਆ ਕਿ ਉਹਨੂੰ ਇੱਕ ਇਸ ਤਰ੍ਹਾਂ ਦੀ ਰੱਖੋ ਲੜੀ ਕਿ ਉਹਦੇ ਚ ਆਪਾਂ ਪੰਜਾਬ ਦੇ ਹਾਲਾਤਾਂ ਬਾਰੇ ਜਦੋਂ ਵੀ ਕੋਈ ਬਿਆਨ ਦੇਣਾ ਹੋਇਆ ਤਾਂ ਆਪਾਂ ਜੋਰਾ ਦੇ ਰਾਹੀਂ ਦੇਵਾਂਗੇ ਇਸ ਕਰਕੇ ਮੈਂ ਬਹੁਤ ਮਿਹਨਤ ਨਾਲ ਬੜੀ ਸ਼ਿੱਦਤ ਨਾਲ ਕਿਉਂਕਿ ਜਦੋਂ ਮੈਂ ਸਭ ਤੋਂ ਵੱਧ ਖੁਸ਼ ਹਉਦੋਂ ਹਣਾ ਜਦੋਂ ਕੋਈ ਮੈਨੂੰ ਇਹ ਕਹਦੇ ਨਾ ਖੁੱਲਾ ਛੱਡ ਦੇਵੇ ਜਦੋਂ ਮੈਨੂੰ ਕੋਈ ਕਿ ਖੇਡ ਖੇਡ ਜੋ ਕਰਨਾ ਚਾਹੁੰਨਾ ਹੈ ਨਾ ਹੁਣ ਮੈਂ ਬਸ ਉਹ ਇਹ ਗੱਲ ਸੀ ਫਿਰ ਦੂਸਰੀ ਗੱਲ ਇਹ ਸੀ ਕਿ ਦੀਪ 15 ਫਰਵਰੀ ਨੂੰ ਗਿਆ ਅਸੀਂ 10 ਮਾਰਚ ਨੂੰ ਜੋਰਾ ਸੈੱਟ ਤੇ ਲੈ ਕੇ ਜਾਣੀ ਸੀਗੀ ਉਹ ਨਹੀਂ ਹੋ ਸਕਦੀ ਦੀਪ ਤੋਂ ਬਿਨਾ ਮੈਂ ਸੋਚ ਨਹੀਂ ਸਕਦਾ ਮੈਂ ਇਸ ਕਰਕੇ ਕਹਿਣਾ ਹੁਣਾਂ ਕਿ ਮੇਰੇ ਲਈ ਅਸਲ 'ਚ ਦੋ ਮੌਤਾਂ ਹੋਈਆਂ ਨੇ ਇੱਕ ਦੀਪ ਦੀ ਇੱਕ ਜੋਰੇ ਦੀ ਮੈਂ ਜੋਰਾ ਕਿਸੇ ਨੂੰ ਸਮਝ ਹੀ ਨਹੀਂ ਸਕਦਾ ਕਨਸੀਵ ਹੀ ਨਹੀਂ ਕਰ ਸਕਦਾ ਮੇਰੇ ਮਨ 'ਚ ਕੋਈ ਗੱਲ ਆਉਂਦੀ ਨਹੀਂਗੀ ਦੀਪ ਤੋਂ ਬਿਨਾ ਹਨ ਇਸ ਕਰਕੇ ਉਸ ਗੱਲ ਨੂੰ ਉਥੇ ਹੀ ਛੱਡ ਦਿਓ ਕੋਈ ਨਵੀਂ ਗੱਲ ਨਵੇਂ ਤਰੀਕੇ ਨਾਲ ਕਿਸੇ ਹੋਰ ਤਰੀਕੇ ਨਾਲ ਕਰਾਂਗੇ ਤੁਹਾਡੀ ਪੁਸਤਕ ਆ ਰਹੀ ਹੈ ਹਨਾ ਤੁਰਾਂਗੇ ਤਾਂ ਪਹੁੰਚਾਂਗੇ ਹਾਂਜੀ ਅਮਰਦੀਪ ਗਿੱਲ ਤੁਰ ਰਹੇ ਨੇ ਨਹੀਂ ਕੋਲ ਤੁਰਿਆ ਅਮਰਦੀਪ ਗੱਲ ਜੇ ਅਮਰਦੀਪ ਗੀਤ ਦੇ ਤੁਰਨ ਆ ਰਹੇ ਆਂਦਾ ਤੁਹਾਡੇ ਕੋਲੇ ਇੱਥੋਂ ਤੱਕ ਕਿਵੇਂ ਪਹੁੰਚਦਾ ਇੱਥੋਂ ਤੱਕ ਵੀ ਤੁਰ ਕੇ ਆਇਆ ਹਾਂ ਬਸ ਅਮਰਦੀਪ ਕੋਲੇ ਕਾਰ ਤਾਂ ਐ ਨਹੀਂ ਇਹ ਕਾਰ ਤੇ ਚੜ ਕੇ ਆ ਜੂਗਾ ਨਾ ਅਮਰਦੀਪ ਕੋਲੇ ਸਾਈਕਲ ਆ ਅਮਰਦੀਪ ਤੁਰ ਕੇ ਆਇਆ ਇਹ ਤੁਰ ਕੇ ਇੱਥੋਂ ਤੱਕ ਪਹੁੰਚਿਆ ਤੁਹਾਡੀ ਪੁਸਤਕ ਕਦੋਂ ਤੱਕ ਆ ਰਹੀ ਆ ਮੇਰੀ ਪੁਸਤਕ ਅੱਜ ਕਿ ਨਹੀਂ ਤਰੀਗਾ ਮੇਰੀ ਪੁਸਤਕ ਕੱਲ ਆ ਜਾਣੀ ਹੈ ਜੀ ਕੱਲ ਨੂੰ ਮੇਰੀ ਪੁਸਤਕ ਆ ਜੂਗੀ ਪਰਸੋਂ ਨੂੰ ਉਹਨਾਂ ਕਿਤਾਬਾਂ ਦੀਆਂ ਦੁਕਾਨਾਂ ਨੇ ਜਿਹੜੀਆਂ ਸਹਿਤ ਕਿਤਾਬਾਂ ਦੀਆਂ ਦੁਕਾਨਾਂ ਖਾਸ ਕਰਕੇ ਬਸੜਿਆਂ ਤੇ ਹੁੰਦੀਆਂ ਨੇ ਹਨਾ ਸਾਡੇ ਸ਼ਹਿਰਾਂ 'ਚ ਉੱਥੇ ਵੀ ਅਵੇਲੇਬਲ ਹੋਊਗੀ ਚੰਗੀਆਂ ਸਹਿਤ ਕਿਤਾਬਾਂ ਦੀਆਂ ਦੁਕਾਨਾਂ ਉੱਥੇ ਵੀ ਮਿਲੂਗੀ ਸਾਹਿਬਦੀਪ ਪ੍ਰਕਾਸ਼ਨ ਪਿੱਖੀ ਕਰਨ ਪਿੱਖੀ ਉਹਨਾਂ ਨੇ ਛਾਪੀ ਆ ਪਹਿਲਾਂ ਵੀ ਉਹਨਾਂ ਨੇ ਮੇਰੀ ਕਿਤਾਬ ਉਹਨਾਂ ਨੇ ਹੀ ਛਾਪੀ ਆ ਜਿਹੜੀ ਜੋਰਾ انداز ਨੰਬਰ ਯਾਰੀ ਸਕ੍ਰਿਪਟ ਛਾਪੀ ਐ ਮੈਂ ਉਹ ਵੀ ਪਹਿਲੀ ਵਾਰੀ ਪੰਜਾਬੀ ਚ ਕੀਤਾ ਮੈਂ ਕੰਮ ਤੇ Amazon ਤੇ ਵੀ ਮਿਲੂਗੀ ਹਨਾ ਪੂਰੀ ਦੁਨੀਆ ਦੇ ਵਿੱਚ ਉਹ ਮਿਲੂਗੀ ਇਸ ਕਰਕੇ ਕਵਤਾ ਮੈਨੂੰ ਬਹੁਤ ਪਿਆਰੀ ਐ ਗੱਲ ਹੀ ਕਿਸੇ ਬੰਦੇ ਦਾ ਕਮੈਂਟ ਸੀਗਾ Instagram ਤੇ ਬੜਾ ਪਿਆਰਾ ਉਹ ਮੈਨੂੰ ਕਹਿੰਦਾ ਕਿ ਬਾਈ ਤੇਰੀ ਇਹ ਗੱਲ ਮੈਨੂੰ ਬਹੁਤ ਪਸੰਦ ਐ ਤੂੰ ਫਿਲਮਾਂ 'ਚ ਜਾ ਕੇ ਵੀ ਬੰਬੇ ਜਾ ਕੇ ਵੀ ਆਪਣੇ ਅੰਦਰਲਾ ਕਵੀ ਨਹੀਂ ਮਰਨ ਮਰਨ ਦਿੱਤਾ ਤੇ ਇਹ ਗੱਲ ਹੀ ਅਸਲ ਗੱਲ ਅਸਲ ਚ ਇਹ ਹੈ ਕਿ ਕਵੀ ਹੀ ਅਸਲ ਦੇ ਵਿੱਚ ਫਿਲਮਕਾਰ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਬਾਈ ਇਹ ਕਵਤਾ ਹੀ ਹੈ ਅਸਲ ਦੇ ਵਿੱਚ ਹਨਾ ਕਿ ਸ਼ਹਿਰ ਦੀ ਹਵਾ ਦਾ ਫਿਕਰ ਹਨਾ ਪਤੰਗਾਂ ਨੂੰ ਹੁੰਦਾ ਬਾਜਾਂ ਨੂੰ ਥੋੜੀ ਹੁੰਦਾ ਇਹ ਵੀ ਕਵਤਾ ਹੀ ਹੈ ਸਾਰੀ ਜਿਹੜੀਆਂ ਮੇਰੀਆਂ ਫਿਲਮਾਂ ਨੇ ਜੋ ਵੀ ਆ ਮੈਂ ਲਿਖਿਆ ਉਹ ਅਸਲ 'ਚ ਕਵਤਾ ਹੀ ਆ ਉਹ ਮੇਰੇ ਸੰਵਾਦ ਆ ਜਿਹੜੇ ਉਹ ਕਵਤਾ ਹੀ ਨਹੀਂ ਹਨ ਉਹ ਉਹ ਤੁਸੀਂ دارو ਦੇਖੋਗੇ ਜਾਂ ਤੁਸੀਂ ਇਹ ਵੈਬ ਸੀਰੀਜ਼ ਆ ਜਾਂ ਤੁਸੀਂ ਸੁੱਖਾ ਰੇਡਰ ਦੇਖੋਗੇ ਜਾਂ ਮੇਰੀ ਇੱਕ ਹੋਰ ਰੋਮਾਂਟਿਕ ਪਹਿਲੀ ਵਾਰੀ ਮੈਂ ਇੱਕ ਰੋਮਾਂਟਿਕ ਫਿਲਮ ਕਰਨ ਜਾ ਰਿਹਾ ਮੈਂ ਹੈ ਉਹ ਉਹ ਨੂੰ ਦੇਖੋਗੇ ਉਹਦੇ ਡਾਇਲੌਗ ਸੁਣੋਗੇ ਤਾਂ ਪੋਇਟਰੀ ਅਸਲ 'ਚ ਇਸ ਕਰਕੇ ਉਹ ਪੋਇਟਰੀ ਉਹ ਪੋएट ਆ ਜਿਹੜਾ ਉਹੀ ਫਿਲਮ ਘਾਰ ਨਵੇਂ ਪ੍ਰੋਜੈਕਟ ਹੋਰ ਕੀ ਕੀ ਆ ਰਹੇ ਆ ਹਾਂ ਹੋਰ ਮੈਂ ਦੋ ਤਾਂ ਇਹ ਹੀ ਜਿਹੜੀਆਂ ਮੈਂ ਸ਼ੂਟ ਕਰ ਚੁੱਕਿਆ ਦਾਰੋ ਤੇ ਸੁੱਖਾ ਰੇਡਰ ਹਾਂਜੀ ਦਾਰੋ ਇੱਕ ਕੁੜੀ ਦੀ ਕਹਾਣੀ ਆ ਉਹਦੀ ਸਟਰਗਲ ਦੀ ਕਹਾਣੀ ਆ ਬਹੁਤ ਕਮਾਲ ਮਤਲਬ ਜੇ ਜੋੜਾ ਕੁੜੀ ਹੁੰਦਾ ਤਾਂ ਉਹ ਦਾਰੋ ਹੁੰਦਾ ਮਤਲਬ ਉਹਦਾ ਦੀ ਕਹਾਣੀ ਆ ਉਹ ਤੇ ਉਹ ਵੀ ਸੱਚੀਆਂ ਘਟਨਾਵਾਂ ਤੇ ਸੁੱਖਾ ਰੇਡਰ ਆ ਜਿਹੜੀ ਉਹ ਬਹੁਤ ਹੁਣ ਦਾ ਵਿਸ਼ਾ ਕਬੱਡੀ ਬਾਰੇ ਆ ਜਿਹੜਾ ਕਬੱਡੀ ਦਾ ਮਾਫੀਆ ਜਿੱਥੇ ਸੰਦੀਪ ਨੰਗਲੰਬੀਆਂ ਦਾ ਮਰਡਰ ਹੁੰਦਾ ਜਾਂ ਨਸ਼ੇ ਕਿਵੇਂ ਕਬੱਡੀ ਖਿਡਾਰੀ ਕਰਦੇ ਨੇ ਜਾਂ ਬਾਹਰਲੇ ਜਿਹੜੇ ਪ੍ਰਮੋਟਰ ਆ ਉਹ ਕਿਵੇਂ ਯੂਜ਼ ਕਰਦੇ ਆ ਖਿਡਾਰੀਆਂ ਨੂੰ ਉਹ ਉਹਦੇ ਬਾਰੇ ਆ ਉਹ ਵੀ ਬਹੁਤ ਸਾਰੀਆਂ ਸੱਚੀਆਂ ਕਟਨਾਵਾਂ ਤੇ ਆ ਉਸ ਤੋਂ ਇਲਾਵਾ ਇੱਕ ਮੈਂ ਕੰਮ ਕਰ ਰਿਆਂਗਾ ਅਮਰਿੰਦਰ ਗਿੱਲੋ ਦੇ ਨਾਲ ਫਿਲਮ ਮੇਰੀ ਉਹ 1984 ਤੇ ਇੱਕ ਉਹ ਜਿਹੜੀ ਬਾਹਰ ਤੁਹਾਨੂੰ ਮੈਂ ਰੋਮਾਂਟਿਕ ਕਹਾਣੀ ਹੈ ਇੱਕ ਸਕਾਟਲੈਂਡ ਉਹ ਲਵ ਟ੍ਰਾਇੰਗਲ ਉਹ ਸਾਗਾ ਪ੍ਰੋਡਿਊਸ ਕਰ ਰਹੇ ਹਨ ਉਹ ਜਦੋਂ ਵੀ ਸਾਡੇ ਉਹ ਵੀਜੇ-ਬੂਜੇ ਲੱਗੇ ਤਾਂ ਉਹ ਅਸੀਂ ਸਕਾਟਲੈਂਡ ਸ਼ੂਟ ਕਰਨ ਜਾਵਾਂਗੇ ਇਸ ਤੋਂ ਇਲਾਵਾ ਜਿਹੜਾ ਇੱਕ ਬਹੁਤ ਖਾਸ ਹੈਗਾ ਮੇਰਾ ਪ੍ਰੋਜੈਕਟ ਉਹ ਹੈ ਗੁਲਾਬਕੌਰ ਦੀ ਬਾਇਓਪਿਕ ਗਦਰੀ ਗੁਲਾਬਕੌਰ ਹਨ ਤੇ ਉਹ ਮੇਰਾ ਬਹੁਤ ਖਾਸ ਆ ਸਬਜੈਕਟ ਜਿਹਦੇ ਤੇ ਮੈਂ ਕੰਮ ਬਹੁਤ ਟਾਈਮ ਤੋਂ ਕਰ ਰਿਹਾ ਆਗਾ ਵੱਡੇ ਪ੍ਰੋਜੈਕਟ ਤਾਂ ਮਤਲਬ ਮੈਂ ਤਾਂ ਚਾਹੁੰਨਾ ਕਿ ਮੈਂ ਹਰੀ ਸਿੰਘ ਨਲਵਾ ਤੇ ਵੀ ਬਣਾਣਾ ਹਨ ਉਹਡੇ 100 ਕਰੋੜ ਦੇ ਪ੍ਰੋਡਿਊਸਰ ਚਾਹੀਦੇ ਇੱਕ ਵੈਬ ਸੀਰੀਜ਼ ਬਹੁਤ ਖਾਸ ਆ ਜਿਹੜੀ ਆਉਣ ਵਾਲੇ ਟਾਈਮ 'ਚ ਮੈਂ ਕਰ ਰਿਹਾ ਹਾਂ ਜਿਹੜੀ ਮੈਨੂੰ ਬਹੁਤ ਪਿਆਰੀ ਆ ਉਹ ਆएगी ਮਜਾਰਾ ਲਹਿਰ ਤੇ ਆ 1900 ਪੰਜਾਬ 52 ਦਾ ਜਿਹੜਾ ਟਾਈਮ ਆ ਆਪਣਾ ਭिक्ਖੀ ਸਨਾਮ ਲਹਿਰਾਗਾਗਾ ਜੀ ਪਟਿਆਲਾ ਰਿਆਸਤ ਦੇ ਜਿਹੜੇ ਸੀਗੇ ਪਿੰਡਾਂ ਦੇ ਵਿੱਚ ਸਰਦਾਰਾਂ ਦੀ ਤੇ ਜਿਹੜੀ ਮਜਾਰਿਆਂ ਦੀ ਲੜਾਈ ਆ ਜਿਹਦੇ ਵਿੱਚ ਮੇਰਾ ਬਾਪੂ ਵੀ ਸ਼ਾਮਲ ਸੀਗਾ ਆਪਦੀ ਜਵਾਨੀ ਦੇ ਦਿਨਾਂ 'ਚ ਨਹੀਂ ਬਾਪੂ ਦਾ ਕਰੈਕਟਰ ਤਾਂ ਨਹੀਂ ਗੈਸ ਇਟ ਮਿਲੂਗਾ ਪਰ ਉਹ ਉਸ ਗੱਲ ਤੇ ਆ ਬਹੁਤ ਸਾਰੇ ਉਹਦੇ ਚ ਪਾਤਰ ਨੇ ਉਹਦੇ ਚ ਬਹੁਤ ਬਾਬੇ ਬੰਦੇ ਸੀਗੇ ਜਿਵੇਂ ਕਾਮਰੇਟ ਜੰਗੀਰ ਸਿੰਘ ਜੋਗਾ ਉਸ ਕਿਸਮ ਦੇ ਤੇਜਾ ਸਿੰਘ ਸਤੰਤਰ ਸੀਗੇ ਜਾਂ ਉਧਰ ਬੰਤਰਾਮ ਅਲੀ ਸ਼ੇਰ ਸੀਗੇ ਜਾਂ ਬਾਬਾ ਧਰਮ ਸਿੰਘ ਫੱਕਰ ਸੀਗੇ ਇਹ ਸਾਰੇ ਬਾਬੇ ਬੰਦੇ ਉਸ ਟਾਈਮ ਲੜਾਈ ਉਹ ਉਹਨਾਂ ਤੇ ਹੈ ਉਹ کافی ਮਤਲਬ ਉਹਦਾ ਮੈਨੂੰ ਮੇਰਾ ਇੱਕ ਪਸੰਦੀਦਾ ਵਿਸ਼ਾ ਹੈਗਾ ਉਹ ਹਨ ਕੰਮ ਬਹੁਤ ਨੇ ਬਾਬਾ ਜੀ ਦੀ ਮਿਹਰ ਮਤਲਬ ਇੱਕ ਦਿਨ ਵੀ ਵਿਹਲਾ ਨਹੀਂਗਾ ਮੇਰੇ ਕੋਲ ਇੱਕ ਕੰਮ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਜਿਹੜਾ ਉਹ ਮਿਹਨਤ ਕਰਨੀ ਮੈਨੂੰ ਚੰਗੀ ਲੱਗਦੀ ਹੈ ਔਰ ਲਗਾਤਾਰ ਕੰਮ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਔਰ ਮੈਂ ਲਗਾਤਾਰ ਕੰਮ ਕਰ ਰਹੇ ਹਾਂ ਹੈਗਾ ਜਿਵੇਂ ਤੁਸੀਂ ਕਾ ਲਗਾਤਾਰ ਕੰਮ ਕਰ ਰਹੇ ਆ ਕੁਛ ਸਮੇਂ ਮੈਂ ਹੋਰ ਲਊਗਾ ਸੰਖੇਪ ਜੀ ਉਤਰਾਂ ਦੇ ਨਾਲ ਤੁਹਾਡੇ ਜਿਵੇਂ ਆਪਾਂ ਗੱਲ ਕੀਤੀ ਸੀ ਤੁਸੀਂ ਕਵੀ ਹਨ ਸਾਰੀਆਂ ਸੂਖਮ ਕਲਾਵਾਂ ਮੈਂ ਗਿਣਾ ਤੀਆਂ ਤੁਸੀਂ ਪੱਤਰਕਾਰ ਵੀ ਰਹੇ ਹੋ ਜੀ 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 ਉਹ ਵੀ ਦੇਖੋ ਕਮਾਲ ਦੀ ਗੱਲ ਸੀ ਜਿਹੜੀ ਮੇਰੀ ਪੱਤਰਕਾਰੀ ਕੀਤੀ ਵੀ ਆ ਉਹ ਕਦੇ ਤੁਸੀਂ ਪੜਿਓ ਮੇਰਾ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਕਵਰ ਸਟੋਰੀ ਕੀਤੀ ਸੀ ਮੈਂ ਅਕਸ ਮੈਗਜ਼ੀਨ ਹੁੰਦਾ ਸੀਗਾ ਅ 2 ਸਾਲ ਕੀਤੀ ਸੀ 1 ਸਾਲ ਉਹ ਬਹੁਤ ਅੱਛਾ ਸੀ ਮੇਲਾ ਤੇ ਮੇਰੀ ਕਵਰ ਸਟੋਰੀ ਉਸ ਮੇਲੇ ਦੇ ਹੱਕ ਚ ਸੀ 1 ਸਾਲ ਉਹ ਮੇਲਾ ਬਹੁਤ ਬੁਰਾ ਸੀ ਤੇ ਮੇਰੀ ਕਵਰ ਸਟੋਰੀ ਨੇ ਬਿਲਕੁਲ ਉਹ ਸੱਚ ਦੱਸਿਆ ਸੀ ਕਿਉਂਕਿ ਉੱਥੇ ਮੈਂ ਅ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਤੇ ਆਸਾ ਸਿੰਘ ਮਸਤਾਨਾ ਹੋਰਾਂ ਨੂੰ ੱੱਕੇ ਵਜਦੇ ਦੇਖੇ ਨੇ ਉਹ ਮੈਂ ਫੋਟੋਆਂ ਖਿੱਚੀਆਂ ਸੀਗੀਆਂ ਉਹ ਮੇਰੇ ਕੋਲੇ ਹਨਾ ਜੀ ਫਿਰ ਮੈਂ ਬਹੁਤ ਸਾਰੇ ਗਾਇਕਾਂ ਬਾਰੇ ਪਹਿਲੀ ਯਾਰ ਲਿਖਿਆ ਜਿਵੇਂ ਹਰਪਾ ਜਨ ਮਾਨ ਬਾਰੇ ਮੈਂ ਪਹਿਲੀ ਵਾਰ ਲਿਖਿਆ ਮੈਂ ਹੁਣੇ ਪਿਛਲੇ ਦਿਨਾਂ ਚ ਬਾਈ ਨੂੰ ਮਿਲਿਆ ਤਾਂ ਬਾਈ ਅੰਦਰੋਂ ਰਜਿਸਟਰ ਕੱਢ ਲਿਆ ਆ ਉਹ ਉਹ ਕਟਿੰਗ ਵੀ ਬਾਈ ਤੁਸੀਂ ਲਿਖਿਆ ਸੀ ਪਹਿਨੀ ਵਾਰੀ ਮੇਰੇ ਤੇ ਆਰਟੀਕਲ ਹਨਾ ਬਹੁਤ ਸਾਰੇ ਹੋਰ ਨਿਰਮਲ ਸੇ ਦੂ ਸਲੀਮ ਹਨਾ ਹੰਸਪਾ ਜੀ ਜਾਂ ਬਹੁਤ ਫਿਲਮਾਂ ਜਿਵੇਂ ਕਿ ਮੜੀ ਦਾ ਦੀਵਾ ਜਿਸ ਟਾਈਮ ਆਈ ਸੀ ਤਾਂ ਮੈਂ ਹੀ ਸੀ ਜਿਹੜਾ ਉਹਦੇ ਤੇ ਜਿਹਨੇ ਲਿਖਿਆ ਸੀ ਕਿਸੇ ਨੂੰ ਪਤਾ ਵੀ ਨਹੀਂ ਸੀ ਮੜੀ ਦਾ ਦੀਵਾ ਦਾ ਹਨਾ ਤੇ ਇਸ ਕਿਸਮ ਦਾ ਬਹੁਤ ਕੰਮ ਕੀਤਾ ਉਹ ਉਹ ਨਾਲ ਇੱਕ ਗੱਲ ਹੁੰਦੀ ਸੀ ਬਹੁਤ ਇਹ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਉਦੋਂ ਕੀ ਹੁੰਦਾ ਸੀ ਜਿਹੜੇ ਪੱਤਰਕਾਰ ਹੁੰਦੇ ਸੀ ਨਾ ਉਹ ਨਾਲ ਗੀਤਕਾਰ ਵੀ ਹੁੰਦੇ ਸੀ ਹੂੰ ਉਹ ਨਾ ਬਲੈਕਮੇਲ ਕਰਦੇ ਸੀ ਕਿ ਗਾਇਕਾਂ ਨੂੰ ਕਿ ਅਸੀਂ ਅਸੀਂ ਤੁਹਾਡੇ ਤੇ ਆਰਟੀਕਲ ਲਿਖਾਂਗੇ ਤੁਸੀਂ ਸਾਡਾ ਗੀਤ ਗਾ ਦਿਓ ਹੂੰ ਅਸੀਂ ਤੁਹਾਡੇ ਤੇ ਆਰਟੀਕਲ ਲਿਖਾਂਗੇ ਹੈਨਾ ਫੇਰ ਤੁਸੀਂ ਸਾਡੇ ਕਹੇ ਤੇ ਪ੍ਰੋਗਰਾਮ ਬੁੱਕ ਘੱਟ ਪੈਸਿਆਂ 'ਚ ਕਰ ਲਿਓ ਉਹਨਾਂ ਵਿੱਚੋਂ ਅਸੀਂ ਵੀ ਪੈਸੇ ਮਾਰਾਂਗੇ ਹੂੰ ਇਸ ਕਿਸਮ ਦੀਆਂ ਸੱਚੀਆਂ ਗੱਲਾਂ ਨੇ ਕਿਉਂਕਿ ਹੋਰ ਕੁਝ ਹੁੰਦਾ ਹੈ ਨਹੀਂ ਸੀ ਕੋਈ ਚੈਨਲ ਨਹੀਂ ਸੀ ਕੋਈ YouTube ਨਹੀਂ ਸੀ ਦੋ ਤਿੰਨ ਅਖਬਾਰ ਸੀਗੇ ਉਹ ਇਸ ਕਿਸਮ ਦਾ ਕੰਮ ਹੁੰਦਾ ਸੀ ਫਿਲਮ ਦੇ ਵਿੱਚ ਵੀ ਪੀਆਰਓ ਫਿਲਮ ਦੇ ਬਣ ਜਾਂਦੇ ਸੀ ਹੈਨਾ ਤੇ ਬਹੁਤ ਸਾਰੇ ਇਹੋ ਜਿਹੇ ਵੀ ਸੀ ਜਿਹੜੇ दारू ਦੀ ਬੋਤਲ ਪਿੱਛੇ ਹੀ ਮਤਲਬ ਫਿਲਮ ਦੀ ਪੀਆਰਓ ਸ਼ਿਪ ਕਰਦੇ ਸੀ ਤੇ ਜਾਂ ਪੈਸੇ ਖਾਂਦਿਆਂ ਵਿੱਚ ਕਿਸੇ ਨੂੰ ਵੀ ਰੋਲ ਦਵਾ ਦੇਾਂਗੇ ਮਤਲਬ ਇਦਾਂ ਦਾ ਕੰਮ ਸੀ ਮੈਂ ਹੈਕ ਸੀਗਾ ਕ੍ਰੀਏਟਿਵ ਬੰਦਾ ਮੇਰਾ ਮਕਸਦ ਸਿਰਫ ਗਾਇਕਾਂ ਨੂੰ ਜਾਣਨਾ ਸੀ ਫਿਲਮਾਂ ਦੀ ਸ਼ੂਟਿੰਗ ਦੇਖਣਾ ਸੀ ਉਹਨਾਂ ਦੇ ਨੇੜੇ ਜਾਣਾ ਸੀ ਕਿਉਂਕਿ ਮੈਂ ਦੋ ਕੰਮ ਕਰਨੇ ਸੀ ਇੱਕ ਤਾਂ ਗੀਤਕਾਰ ਦੇ ਤੌਰ ਤੇ ਕੰਮ ਕਰਨਾ ਸੀ ਇੱਕ ਫਿਲਮ ਡਾਇਰੈਕਟਰ ਬਣਨਾ ਸੀ ਜਦੋਂ ਮੈਨੂੰ ਇਹ ਲੱਗਿਆ ਕਿ ਕਿਤੇ ਲੋਕ ਇਹ ਨਾ ਸਮਝਣ ਕਿ ਪੱਤਰਕਾਰੀ ਦਾ ਨਜਾਇਜ਼ ਫਾਇਦਾ ਉਠਾਉਂਦਾ ਕਿ ਪੱਤਰਕਾਰ ਬਣ ਕੇ ਕਿਤੇ ਗੀਤਕਾਰ ਬਣਨਾ ਚਾਹੁੰਦਾ ਜਿਵੇਂ ਹੋਰ ਸੀਗੇ ਜਾਂ ਪੱਤਰਕਾਰ ਬਣ ਕੇ ਇਹ ਕੋਈ ਫਿਲਮਾਂ ਤੇ ਵਿੱਚ ਕਮਾਉਣਾ ਚਾਹੁੰਦਾ ਕੁਝ ਆਪਾਂ ਵੀਰੇ ਉਸੇ ਦਿਨ ਹੀ ਛੱਡਤੀ ਪੱਤਰਕਾਰੀ ਤੇ ਕਾਟਾ ਮਾਰਤਾ ਇਸ ਗੱਲ ਤੇ ਵੀ ਇਹ ਕੰਮ ਨਹੀਂ ਕਰਨ ਆਪਣਾ ਕ੍ਰੀਏਟਿਵ ਕੰਮ ਕਰਨਾ ਜਦੋਂ ਮੇਰਾ ਗੀਤ ਰਿਕਾਰਡ ਹੋ ਗਿਆ ਜਦ ਮੈਂ ਫਿਲਮਾਂ ਚ ਕੰਮ ਕਰਨ ਲੱਗ ਗਿਆ ਉਸ ਤੋਂ ਬਾਅਦ ਮੈਂ ਉਹ ਕਦੇ ਨਹੀਂ ਕੀਤੀ ਪੱਤਰਕਾਰੀ ਪਰ ਅੱਜ ਵੀ ਮੈਨੂੰ ਕਦੇ-ਕਦੇ ਜਦੋਂ ਲੱਗਦਾ ਹੁੰਦਾ ਕੋਈ ਗੱਲ ਇਹੋ ਜਿਹੀ ਆ ਕੋਈ ਫਿਲਮਾਂ ਕੋਈ ਗੈਰ ਪੰਜਾਬੀ ਹੋਰ ਭਾਸ਼ਾ ਦੀ ਫਿਲਮ ਆ ਉਹਦੇ ਤੇ ਮੈਂ ਆਲਟਿਕਲ ਲਿਖਦਾ ਅੱਜ ਵੀ ਮੈਂ ਰੇਡੀਓ ਅਨਾਉਂਸਰ ਵੀ ਰਿਹਾ ਮੈਂ ਅੱਜ ਵੀ ਮੈਂ ਰੇਡੀਓ ਤੇ ਵੀ ਇੰਟਰਵਿਊ ਕਰਨ ਲਈ ਬਠਿੰਡਾ ਰੇਡੀਓ ਸਟੇਸ਼ਨ ਮੈਨੂੰ ਬੁਲਾ ਲੈਂਦਾ ਜਿਵੇਂ surjit patar ਹੋਰਾਂ ਦੀ ਇੰਟਰਵਿਊ ਜਾਂ ਪਹਿਲਾਂ ਗੁਰਸ਼ਰਨ ਭਾਈ ਦੀ ਇੰਟਰਵਿਊ ਜਾਂ ਅਜਮੇਰ ਸਿੰਘ ਔਲਖ ਦੀ ਇੰਟਰਵਿਊ ਜਾਂ ਗੁਰਦੇਵਾਲ ਸਿੰਘ ਦੀ ਇੰਟਰਵਿਊ ਜਾਂ ਬਲਦੇਵ ਸਿੰਘ ਸੜਕ ਨਾਮਾ ਦੀ ਇੰਟਰਵਿਊ ਜਾਂ ਆਰਮਸਰੂਪ ਅਣਖੀ ਦੀ ਇੰਟਰਵਿਊ ਇਹ ਸਾਰੀਆਂ ਮੇਰੀਆਂ ਕੀਤੀਆਂ ਵਿਆਂ ਨੇ ਆਰਕਾਈਵ ਦੇ ਵਿੱਚ ਪਈਆਂ ਨੇ 올 ਇੰਡੀਆ ਰੇਡੀਓ ਦੇ ਜੀ ਇਸ ਕਰਕੇ ਕੰਮ ਤਾਂ ਬਹੁਤ ਕੀਤੇ ਪਾਣੀ ਲਵਾਂ ਸਾਹ ਚੜ ਜਾਂਦਾ ਪਾਣੀ ਪਾਣੀ ਲਵੋਗੇ ਨਹੀਂ ਨਹੀਂ ਬਾਅਦ ਚ ਵੀ ਮੰਗੇ ਤੇ ਤੁਹਾਡਾ ਸ਼ੌਂਕ ਕੀ ਆ ਮੇਰਾ ਸ਼ੌਂਕ ਯਾਰ ਫਿਲਮਾਂ ਸਭ ਤੋਂ ਵੱਡਾ ਸ਼ੌਂਕ ਆ ਮੇਰਾ ਬਹੁਤ ਸ਼ੌਂਕ ਆ ਮੈਨੂੰ ਫਿਲਮ ਦਾ ਫੇਵਰੇਟ ਮੂਵੀ ਕਿਹੜੀ ਆ ਬਹੁਤ ਨੇ ਜਿਵੇਂ ਜਿਵੇਂ ਗੋਡ ਫਾਦਰ ਆ ਆ ਦਾ ਗੁੱਡ ਦਾ ਬੈਡ ਐਂਡ ਦਾ ਐਵਿਲੀ ਆ ਆ ਔਰ ਸ਼ੋਨੇ ਆ ਗੁਲਾਮੀ ਆ ਪੰਜਾਬੀ ਚ ਹੈਗੀ ਹੈ ਕੋਈ ਆ ਪੰਜਾਬੀ ਚ ਨਹੀਂ ਗੇ ਕੋਈ ਜੋ ਰਹਾ ਤਾਂ ਕਹਦੇ ਨਹੀਂ ਕੋਈ ਮੇਰੀ ਮਨ ਪਸੰਦ ਫਿਲਮ ਨਹੀਂ ਗੀ ਨਹੀਂ ਥੋੜੀ ਆਪਣੀ ਨਹੀਂ ਨਹੀਂ ਮੈਂ ਉਹ ਹਾਲੇ ਬਣਾਉਣੀ ਆ ਜਿਹੜੀ ਮੈਨੂੰ ਪਸੰਦ ਹੋਊਗੀ ਫਿਲਮ ਮੈਂ ਉਹਦੇ ਹੀ ਬਣਾਉਂਗਾ ਸਿਮਰ ਜਿੱਦ ਮੈਂ ਪ੍ਰੋਡਿਊਸਰ ਹੋਊਂਗਾ ਤਾਂ ਕਿ ਮੈਂ ਉਹਨੇ ਪੈਸੇ ਉਹਦੇ ਤੇ ਨਾ ਸਕਾਂ ਜਿਹੜੇ ਮੈਂ ਕੋਈ ਮੈਨੂੰ ਇਹ ਨਾ ਕਹੇ ਕਿ ਸਾਡੇ ਪੈਸੇ ਖਰਾਬ ਕਰ ਰਿਹਾ ਜਿੱਦ ਮੈਂ ਪ੍ਰੋਡਿਊਸਰ ਹੋ ਕੇ ਫਿਲਮ ਬਣਾਉਂਗਾ ਨਾ ਮੈਂ ਉਹਦੇ ਅਸਲੀ ਫਿਲਮ ਬਣਾਉਂਗਾ ਜਿਹੜੀ ਮੈਂ ਬਣਾਉਣੀ ਚਾਹਣਾ ਤਾਕੇ ਮੇਰੇ ਤੇ ਕੋਈ ਇਹ ਨਾ ਕਹਵੇ ਯਾਰ ਸਾਡੇ ਪੈਸਾ ਨਾਲ ਤੂੰ ਬਣਾ ਬਜਟ ਹੋਊਗਾ ਕੋਈ ਬਾਹਾ ਨਹੀਂ ਹੋਣਾ ਬਾਹਾ ਨਹੀਂ ਹੋਣਾ ਆ ਇਹ 2-3 ਕਰੋੜ ਹੀ ਹੋਊਗਾ ਪਰ ਗੱਲ ਇਹ ਹੈ ਕਿ ਉਹ ਜਿਹੇ ਸਬਜੈਕਟਾਂ ਨੂੰ ਹਾਂ ਨਹੀਂ ਕਹਿੰਦਾ ਕੋਈ ਤਾਂ ਮਤਲਬ ਸਬਜੈਕਟ ਨੂੰ ਤਾਂ ਕਰੋੜ ਦੇ ਨੂੰ ਵੀ ਹਾਂ ਨਹੀਂ ਕਹਿੰਦੇ ਜੇ ਥੋੜਾ ਜਿਹਾ ਵੀ ਆਫ ਬੀਟ ਲੱਗੇ ਉਹਨਾਂ ਨੂੰ ਹਨ ਜੇ ਉਹਨਾਂ ਨੂੰ ਇਹ ਲੱਗੇ ਵੀ ਹਾਂ ਇਹਦੇ 'ਚ ਕਮੇਡੀ ਆ ਇਹਦੇ 'ਚ ਇਹਦੇ 'ਚ ਆਹ ਕਮੇਡੀਅਨ ਆ ਜਾਣਗੇ ਫੇਰ ਉਹ 20 ਕਰੋੜ ਦੇ ਅ ਉਹਦੇ ਤੇ ਵੀ ਹਾਂ ਕਹਿ ਦਿੰਦੇ ਆ ਜੇ ਮੇਰੇ ਵਰਗਾ ਕੋਈ ਸੈਂਸਟਿਵ ਫਿਲਮ ਲੈ ਕੇ ਜਾਂਦਾ ਕਹਿੰਦਾ 2 ਕਰੋੜ ਮੈਂ ਇੱਕ ਕਿਸੇ ਲੈ ਕੇ ਗਿਆ ਕਿਸੇ ਕੋਲੇ ਫਿਲਮ ਹੂੰ ਅ ਦੋ ਉਹਦੇ ਚ ਹੀਰੋ ਸੀਗੇ ਹੂੰ ਤੇ ਮੈਂ ਉਹਨੂੰ ਕਿਹਾ ਟਾਈਮ ਪੀਰੀਅਡ ਫਿਲਮ ਸੀਗੀ ਮੈਂ ਪ੍ਰੋਡਿਊਸਰ ਬਹੁਤ ਵੱਡਾ ਪ੍ਰੋਡਿਊਸਰ ਆ ਵੱਡੀਆਂ 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 ਫਿਲਮਾਂ ਬਣਾਈਆਂ ਨੇ ਐਕਟਰ ਵੀ ਬਹੁਤ ਹੈਗਾ ਜੀ ਬਹੁਤ ਵੱਡਾ ਬਿਜ਼ਨਸਮੈਨ ਮੈਂ ਉਹਨੂੰ ਕਿਹਾ ਵੀ 3 ਕਰੋੜ ਰੁਪਇਆ ਦੇ ਦੇ ਮੈਨੂੰ ਹੂੰ ਤੇ ਉਹ ਮੈਨੂੰ ਕਹਿੰਦਾ ਵੀ ਨਹੀਂ 3 ਕਰੋੜ ਨਹੀਂ 2.5 ਕਰੋੜ ਲੈ ਲਾ ਹੂੰ ਤੇ ਮੈਂ ਕਿਹਾ ਯਾਰ ਵੀ ਦੋ ਹੀਰੋ ਨੇ ਟਾਈਮ ਪੀਰੀਅਡ ਫਿਲਮ ਆ 50 60 ਹੋਰ ਕਰੈਕਟਰ ਨੇ ਜੀ ਤੇ ਸਬਜੈਕਟ ਦੇਖ ਉਹ ਕਹਿੰਦਾ ਸਾਰਾ ਕੁਝ ਵਧੀਆ ਥੋੜਾ ਮੈਨੂੰ ਪਸੰਦ ਆ ਸਬਜੈਕਟ ਵੀ ਪਸੰਦ ਆ ਸਭ ਕੁਝ ਪਸੰਦ ਆ ਹੂੰ ਪਰ ਮੈਂ ਬਿਜ਼ਨਸ ਦੇ ਹਿਸਾਬ ਨਾਲ ਦੇਖ ਰਿਹਾ ਕਿ ਜੇ ਤੁਸੀਂ 2.5 ਕਰੋੜ ਚ ਮੈਨੂੰ ਬਣਾ ਕੇ ਦਿਓਗੇ ਫਿਲਮ ਤਾਂ ਮੇਰੀ ਫਿਲਮ ਟੇਬਲ ਤੇ ਹੀ ਹਟਾ ਮਤਲਬ ਚੱਲਨੇ ਚਾਹੀਏ ਨਾ ਚੱਲਨੇ ਮੈਨੂੰ ਘਾਟਾ ਨਹੀਂ ਪੈਂਦਾ ਜੀ ਤੇ ਆਪ ਉਹ ਬੰਦੇ ਐਜ਼ ਐਕਟਰ 4 ਕਰੋੜ ਰੁਪਏ ਲੈਂਦੇ ਇੱਕ ਫਿਲਮ ਦੇ ਮੈਨੂੰ ਦੋ ਪੂਰੀ ਫਿਲਮ ਦੇ ਦੋ ਹੀਰੋਆਂ ਨਾਲੋਂ 2.5 ਕਰੋੜ ਰੁਪਿਆ ਦੇ ਰਹੇ ਨੇ ਹੁਣ ਬਿਜ਼ਨਸ ਐਜਾ ਚੱਲਦਾ ਪੰਜਾਬੀ ਇੰਡਸਟਰੀ ਦੇ ਵਿੱਚ ਹਨਾ ਉਹ ਮੇਰੇ ਵਰਗਾ ਇਹ ਕਹਿ ਕੇ ਵੀ ਤੁਹਾਨੂੰ ਕਿ ਯਾਰ ਤੁਹਾਨੂੰ 2.5 ਕਰੋੜ ਚ 3 ਕਰੋੜ ਚ ਫਿਲਮ ਬਣਾ ਦੇਣੇ ਆ ਚੰਗੀ ਫਿਲਮ ਬਣਾ ਕੇ ਦੇਵਾਂਗੇ ਦੇਖੋ ਜੀ ਹਿੱਟ ਦੀ ਗਰੰਟੀ ਤਾਂ ਕੋਈ ਨਹੀਂ ਦੇ ਸਕਦਾ ਪਰ ਇੱਜ਼ਤ ਵਾਲੀ ਫਿਲਮ ਬਣਾ ਕੇ ਦੇਵਾਂਗੇ ਹਨ ਮਤਲਬ ਬੇਇੱਜ਼ਤੀ ਕਰਾ ਕੇ ਵੀ ਜੇ ਤੁਸੀਂ ਭਾਵੇਂ 100 ਕਰੋੜ ਪੂਰੇ ਕਰ ਲੋ ਉਹਦਾ ਕੋਈ ਮੈਂ ਨਹੀਂ ਸਮਝਦਾ ਹਨ ਵੀ ਫਿਲਮ ਇੱਜ਼ਤ ਵਾਲੀ ਹੋਊਗੀ ਤੁਹਾਨੂੰ ਯਾਦ ਰੱਖਿਆ ਜਾਊਗਾ ਕਿ ਆ ਫਿਲਮ ਨਾਲ ਤੁਸੀਂ ਜੁੜੇ ਸੀ ਜਾਂ ਤੁਸੀਂ ਪ੍ਰੋਡਿਊਸ ਕੀਤੀ ਸੀ ਸਾਡੇ ਵੱਖਰੇ ਵੱਖਰੇ ਵਿਸ਼ੇ ਨੇ ਮੌਲਿਕ ਵਿਸ਼ੇ ਨੇ ਕਿਸੇ ਦੀ ਚੋਰੀ ਨਹੀਂ ਕਰਨੀ ਕਿਸੇ ਫਿਲਮ ਨੂੰ ਕਾਪੀ ਨਹੀਂ ਕਰਨਾ ਅਸੀਂ ਪਰ ਬਿਜ਼ਨਸ ਬਹੁਤ ਜਾਦੇ ਜ਼ਾਲਮ ਐ ਇੰਨਾ ਜ਼ਾਲਮ ਕਿ ਤੁਹਾਡਾ ਰੋਣ ਕਢਾ ਦਿੰਦਾ बिजनेसमੈਨ ਤੁਹਾਡਾ ਰੋਣ ਕਢਾ ਦਿੰਦੇ ਨੇ ਤੁਸੀਂ ਉਹਨਾਂ ਦੇ ਆਫਿਸ ਦੇ ਵਿੱਚ ਬੈਠੇ ਰੋਣ ਲੱਗ ਜਾਂਦੇ ਆ ਮੇਰੇ ਅਰਗੇ ਬੰਦੇ ਉਹ ਉਹ ਮੈਨੂੰ 2.5 ਕਰੋੜ ਰੁਪਇਆ ਨਹੀਂ ਦੇਣਗੇ ਤੇ ਦੂਜੇ ਪਾਸੇ ਉਹ ਬਹੁਤ ਗੰਦੀ ਫਿਲਮ ਹੈ ਜਿਹੜੀ ਉਹਦੇ ਤੇ 20-25 ਕਰੋੜ ਲਾ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ 50-80 ਕਰੋੜ ਦਾ ਬਿਜ਼ਨਸ ਕਰ ਜੂਗੀ ਬਾਕੀ ਇੱਜ਼ਤ ਦੀ ਜਾਂ ਕੋਈ ਕਿਸੇ ਚੰਗੇ ਜਦੋਂ ਲੱਗਦਾ ਵੀ 50 60 ਕਰੋੜ ਦਾ ਬਿਜ਼ਨਸ ਕਰ ਜੂਗੀ ਦੂਸਰੀ ਫਿਲਮ ਕੀ ਫਿਰ ਆਡੀਅנס ਓਦਾਂ ਦੀ ਹੋਗੀ ਪੰਜਾਬ ਦੀ ਮੈਂ ਆਡੀਅנס ਤੇ ਤਾਂ ਮੈਨੂੰ ਪਿਆਰ ਹੀ ਬਹੁਤ ਆਉਂਦਾ ਹੂੰ ਇਹਨਾਂ ਨੂੰ ਨਾ ਪਤਾ ਹੀ ਨਹੀਂ ਲੱਗਦਾ ਅਸਲ 'ਚ ਵੀ ਕੀ ਹੋਊਗਾ ਹੂੰ ਇਹ ਜਿਹੜੀ ਕਲਮ ਦੇ ਖਿਲਾਫ ਲਿਖੀ ਜਾਂਦੇ ਹੁੰਦੇ ਆ ਉਹ ਫਿਲਮ 50 60 ਕਰੋੜ ਦਾ ਬਿਜ਼ਨਸ ਕਰ ਚੁੱਕੀ ਹੁੰਦੀ ਹੈ ਹੂੰ ਇਹ ਪੋਸਟਾਂ ਪਾ ਰਹੇ ਹੁੰਦੇ ਆ ਇਹ ਪਰਿਵਾਰ ਸਮੇਤ ਨਾ ਦੇਖਿਓ ਇਹ ਫਲਾਨਾ ਨਾ ਕਰਿਓ ਇਹ ਟਗਾਣਾ ਨਾ ਕਰਿਓ ਇਹ ਦੇਖਦੇ ਨਹੀਂ ਕਿ ਉਹ 50-60 ਕਰੋੜ ਰੁਪਇਆ ਕਮਾ ਚੁੱਕੀ ਹਾਂਜੀ ਦੂਜੇ ਪਾਸੇ ਜਿਹੜੀ ਫਿਲਮ ਡਿਜ਼ਰਵ ਕਰਦੀ ਹੁੰਦੀ ਹੈ ਹਨਾ ਉਹਨੂੰ ਇਹ ਦੇਖਣੀ ਨਹੀਂ ਜਾਂਦੇ ਪਤਾ ਨਹੀਂ ਇਹਨਾਂ ਨੂੰ ਕਿਹੜੀ ਚੀਜ਼ ਮਤਲਬ ਕੀ ਚੀਜ਼ ਆ ਜਿਹੜੀ ਇਹਨਾਂ ਨੂੰ ਖਿੱਚਦੀ ਆ ਤੇ ਕਿਹੜੀ ਚੀਜ਼ ਆ ਜਿਹੜੀ ਇਹਨਾਂ ਨੂੰ ਨਹੀਂ ਪ੍ਰਭਾਵਿਤ ਕਰ ਪਾਉਂਦੀ ਮੈਨੂੰ ਨਹੀਂ ਸਮਝ ਸਮਝ ਆਈ ਅੱਜ ਤੱਕ ਕਮਾਲ ਦੀ ਗੱਲ ਹੂੰ ਤੁਸੀਂ ਦੇਖੋ ਇਹ ਹਿੰਦੀ ਚ ਸਾਰਾ ਕੁਝ ਬਰਦਾਸ਼ਤ ਕਰ ਲੈਣਗੇ ਹਿੰਦੀ ਚ ਨਾ ਨੂੰ ਸਿਕਟਾਂ ਪੀਂਦੇ ਗਾਲਾਂ ਕੱਢਦੇ ਸਭ ਬਰਦਾਸ਼ਤ ਆ ਅਨੁਰਾਗ ਕਸ਼ਯਪ ਦਾ ਸਿਨੇਮਾ ਵੀ ਇਹਨਾਂ ਨੂੰ ਪਸੰਦ ਆ ਗਾਲਾਂ ਵੀ ਪਸੰਦ ਆ ਕੇ ਜੀ ਐਫ ਉਹ ਸਾਰੀਆਂ ਗੋਲੀਆਂ ਚੱਲਦੀਆਂ ਸਾਡੀ ਫਿਲਮ ਚ ਆਖਣਗੇ ਜਵਾਕ ਵਗਾਰਦੇ ਹੋ ਤੁਸੀਂ ਤੁਸੀਂ ਗੈਂਗਸਟਰਾਂ ਨੂੰ ਪ੍ਰਮੋਟ ਕਰਦੇ ਹੋ ਤੁਸੀਂ ਤਾਂ ਐਂ ਕਰਦੇ ਹੋ ਤੁਸੀਂ ਤਾਂ ਉਹ ਕਰਦੇ ਹੋ ਉਹ ਯਾਰ ਦੂਜੀਆਂ ਕਿਹੜਾ ਦੇਸ਼ ਭਗਤਾਂ ਦੇ ਬਣੀਆਂ ਫਿਲਮਾਂ ਨੇ ਉਹ ਤੁਸੀਂ ਹਿੱਟ ਕੀਤੀਆਂ ਨੇ ਔਰ ਤੁਸੀਂ ਸਾਨੂੰ ਹੀ ਇੱਕ ਪਤਾ ਕੀ ਕਹਿਣਗੇ ਉਹਨਾਂ ਜਿਵੇਂ ਨਾ ਸਕਦੇ ਸਾਊਥ ਅਰਗੀ ਫਿਲਮ ਥੋੜੇ ਜਿਹਾ ਨਹੀਂ ਨਾਮ ਮਤਲਬ ਤੁਹਾਨੂੰ ਪਤਾ ਵੀ ਸਾਊਥ ਕਿੰਨੇ ਚ ਪਾਏ ਫਿਲਮ ਸਾਨੂੰ ਤਾਂ ਤੁਸੀਂ 2.5 ਕਰੋੜ ਨਹੀਂ ਦਿੰਦੇ ਸਾਊਥ ਕਰਦਾ 2-2 3-300 ਕਰੋੜ ਦੀਆਂ ਫਿਲਮਾਂ ਪ੍ਰੋਡਿਊਸ ਕਰਦਾ ਉਹਨੇ ਚਿਰ ਤੁਹਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਮਤਲਬ ਫਿਰ ਸਾਡੇ ਤੇ ਹੀ ਤਵਾ ਮਤਲਬ ਹਰੀ ਸਿੰਘ ਨਾਲ ਉਹਾਰੇ ਇੱਕ ਦਿਨ ਪੋਸਟ ਪਾਈ ਆਪਣੇ ਭਰਾ ਆਪਣਾ ਗਰਸੇਵ ਕਚਹਿਲ ਉਹਦੇ ਇਹ ਡਾ ਕਮੈਂਟ ਕਰੀ ਜਾਂਦੇ ਆ ਏ ਰਾਜਾ ਮੌਲੀ ਵਰਗਾ ਬੰਦਾ ਬਣਾ ਸਕਦਾ ਪੰਜਾਬੀ ਨਹੀਂ ਬਣਾ ਸਕਦਾ ਮੈਂ ਕਿਉਂ ਨਹੀਂ ਬਣਾ ਸਕਦਾ ਹੂੰ ਤੁਹਾਨੂੰ ਕੀ ਪਤਾ ਤੁਸੀਂ ਰਾਜਾ ਮੌਲੀ ਨੂੰ ਕਦੋਂ ਦੇਖ ਲਿਆ ਉਹਦਾ ਹੀ ਦੇਖਿਆ ਨਾ ਜਦੋਂ ਰਾਜਾ ਮੌਲੀ ਨੇ 200 ਕਰੋੜ ਰੁਪਇਆ ਲਾ ਕੇ ਬਾਹੂਬਲੀ ਬਣਾਈ ਜਾਂ 300 ਕਰੋੜ ਰੁਪਇਆ ਲਾ ਕੇ ਆਰ 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 ਬਣਾਈ ਜੀ ਜੀ ਹਨਾ ਅਮਰਦੀਪ ਦਾ ਤੁਸੀਂ 2 ਕਰੋੜ ਦੀ ਫਿਲਮ ਬਣਾਉਂਦੀ ਬਣਾਉਂਦਾ ਹੀ ਦੇਖਿਆ ਨਾ ਤੁਸੀਂ ਕਦੋਂ ਦੇਖ ਲਿਆ ਨੇਕ ਗੱਲ ਆ ਤੁਸੀਂ ਬਣਾਓਗੇ 200 ਕਰੋੜ ਦੀ ਹਾਂ ਅਸੀਂ ਉਹੀ ਤਾਂ ਗੱਲ ਆ ਵੀ ਜਦੋਂ ਅਸੀਂ ਬਣਾਵਾਂਗੇ ਸਾਨੂੰ ਸਾਨੂੰ ਅਸੀਂ ਦੱਸਾਂਗੇ ਨਾ ਵੀ ਕੀ ਗੱਲ ਆ ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਇਸ ਗੱਲ ਦੀ ਮਤਲਬ ਇੱਕ ਚੁਟਕਲਾ ਬਣਿਆ ਹੋਇਆ ਸਾਡਾ ਇੱਕ ਛੋਟੀ ਜੀ ਗੱਲ ਦੱਸਦਾ ਜਦੋਂ ਜੋਰਾ ਰਿਲੀਜ਼ ਹੋਈ ਆ ਉਦੋਂ ਜਮਾਂ ਨਹੀਂ ਸੀ ਚੱਲੀ ਕਿਸ ਨੂੰ ਪਤਾ ਨਹੀਂ ਸੀ ਕਿਉਂਕਿ ਇਦਾਂ ਦੀ ਫਿਲਮ ਸੀਗੀ ਕਿ ਨਵੀਂ ਗੱਲ ਸੀ ਪਟਿਆਲਾ ਇੱਕ ਮੁੰਡੇ ਨੇ ਫਿਲਮ ਦੇਖੀ ਯੂਨੀਵਰਸਿਟੀ ਵਾਲੇ ਨੇ ਉਹਨੇ ਮੈਨੂੰ ਬਾਅਦ ਚ ਫੋਨ ਕੀਤਾ ਤੇ ਉਹਨੇ ਆਪਦੇ ਕਿਸੇ دوست ਨੂੰ ਕਿਹਾ ਹੋਸਟਲ 'ਚ ਰਹਿੰਦੇ ਨੂੰ ਕਿ ਯਾਰ ਫਿਲਮ ਲੱਗੀ ਐ ਇੱਕ ਜੋਰਾ 10 ਨੰਬਰੀਆ ਪੰਜਾਬੀ 'ਚ ਦੇਖ ਕੇ ਆਈ। ਹੂੰ ਪਹਿਲਾਂ ਤਾਂ ਇਹ ਜਿਹੜੇ ਬਾਲੇ ਸਿਆਣੇ ਬਣਦੇ ਹਨ ਇਹ ਆਹ ਗੱਲ ਜ਼ਰੂਰ ਕਹਿਣਗੇ ਮੈਂ ਪੰਜਾਬੀ ਫਿਲਮਾਂ ਨਹੀਂ ਦੇਖਦਾ। ਹੂੰ ਪੰਜਾਬੀ ਫਿਲਮਾਂ ਨਹੀਂ ਦੇਖਦੇ ਇਹ ਵੀ ਉਹੀ ਕਹਿਣਗੇ ਪੰਜਾਬੀ ਫਿਲਮਾਂ ਵਧੀਆ ਬਣਨ ਇਹ ਆਸ ਵੀ ਉਹੀ ਰੱਖਦੇ ਆ ਪੰਜਾਬੀ ਫਿਲਮਾਂ ਵਧੀਆ ਨਹੀਂ ਬਣ ਸਕਦੀਆਂ ਇਹ ਵੀ ਉਹੀ ਕਹਿੰਦੇ ਨੇ ਹਾਂਜੀ ਤੇ ਹਰੀ ਸਿੰਘ ਨਲੂਆਰ ਕੀ ਫਰਮ ਜਿਹੜੀ ਇਹਦੇ ਇਹ ਤਾਂ ਹਾਲੀਵੁੱਡ ਦਾ ਜਾਂ ਸਾਊਥ ਵਾਲਾ ਬਣਾ ਸਕਦਾ ਇਹ ਵੀ ਉਹੀ ਕਹਿੰਦੇ ਨੇ ਤੇ ਆਪ ਕਹਿੰਦੇ ਮੈਂ ਪੰਜਾਬੀ ਫਿਲਮ ਦੇਖਦਾ ਨਹੀਂ ਦੇਖੋ ਤੁਸੀਂ ਕੋਈ ਗੱਲ ਕਿਸੇ ਨਾਲ ਜੁੜਦੀ ਨਹੀਂ ਉਹ ਨੂੰ ਕਹਿੰਦਾ ਪੋਸਟਰ ਦਿਖਾ ਕਿਹੜੀ ਕਲਮ ਉਹਨੇ ਜੋ ਪੋਸਟਰ ਦਿਖਾਏ ਪੋਸਟਰ ਤੇ ਜਾਣਕਾਰ ਬੰਦੇ ਸੀ ਜਿਹੜੇ ਤਰਮਿੰਦਰ ਸੀ ਹੋਬੀ ਧਾਲੀਵਾਲ ਸੀ ਆਸ਼ੀਸ਼ ਦੁੱਗਲ ਸੀ ਸਰਦਾਰ ਸੋਹੀ ਸੀ ਯਾਦਗਰੇਵਾਲ ਸੀ ਚਲੋ ਦੀਪ ਨਵਾ ਮੰਨ ਲੈ ਇਹ ਸੀਗੇ ਉਹ ਬੰਦਾ ਨੂੰ ਪਤਾ ਕੀ ਕਹਿੰਦਾ ਇਹ ਕਿਹੜੀ ਫਿਲਮ ਆ ਜਾ ਰਿਹਾ ਐ ਐਕਟਰ ਤਾਂ ਹੈ ਨਹੀਂ ਕੋਈ ਹਮ ਮਤਲਬ ਉਹਦੇ ਲਈ ਐਕਟਰ ਦਾ ਮਤਲਬ ਸੀਗਾ ਬਿੰਨੂ ਢੱਲੋ ਹੈ ਨਹੀਂ ਗਾ ਭੱਲਾ ਹੈ ਨਹੀਂ ਗਾ ਪ੍ਰਾਣਾ ਰਣਵੀਰ ਹੈ ਨਹੀਂ ਗੁਰਪ੍ਰੀਤ ਖੁੱਗੀ ਹੈ ਨਹੀਂ ਜਾਂ ਕੋਈ ਗਾਇਕਾ ਜਿਹੜਾ ਉਹ ਹੈ ਨਹੀਂ ਉਹ ਮਤਲਬ ਜਿਹੜੇ ਐਕਟਰ ਸੀ ਉਹ ਤਰਮੇਂਦਰ ਹੋਰੀ ਉਹ ਸਾਰੇ ਉਹਨਾਂ ਨੂੰ ਐਕਟਰ ਨਹੀਂ ਮੰਨ ਰਿਹਾ ਹਮ ਹਮ ਬਾਅਦ ਦੇ ਵਿੱਚ ਜਦੋਂ ਉਹ ਨੈਟਫਲਿਕਸ ਤੇ ਆਉਂਦੀ ਆ ਜਾਂ ਐਮਾਜ਼ਾਨ ਤੇ ਆਉਂਦੀ ਆ ਫਿਰ ਕਹਿੰਦੇ ਤੁਸੀਂ ਕਿਆ ਫਿਲਮ ਬਣਾਈ ਆ ਹੁਣ ਮਤਲਬ ਹਰ ਥਾਂ ਤੇ ਜਿੱਥੇ ਡਾਇਰੈਕਟਰਾਂ ਦੀ ਗੱਲ ਚੰਰੂਗੀ ਉੱਥੇ ਦਾਸ ਦਾ ਨਾਮ ਵੀ ਲਿਖਦੇ ਆ ਵੀ ਨਹੀਂ ਉਹ ਬਹੁਤ ਅੱਛਾ ਡਾਇਰੈਕਟਰ ਆ ਤੇ ਮਤਲਬ ਜਿੱਡੀ ਸਾਡੀ ਉਹ ਤਾਂ 베ਜਤੀ ਹੋਈ ਮਤਲਬ ਇੱਕ ਤਾਂ ਉਹ ਸਰਸੇ ਵਾਲਾ ਕਾਂਡ ਹੋ ਗਿਆ ਇੱਕ ਅਸੀਂ ਮੈਂ ਤੇ ਦੀਪ ਨੇ ਔਖੀ ਹੋ ਕੇ ਕਿੰਨਾ ਉਹ ਫਿਲਮ ਬਣਾਈ ਤੇ ਮਤਲਬ ਅਸੀਂ ਸਾਨੂੰ ਸਮਝ ਨਹੀਂ ਸੀ ਆ ਰਿਹਾ ਕੁਝ ਵੀ ਪਰ ਉਹੀ ਗੱਲ ਆ ਸੀ ਕਮਿਟਮੈਂਟ ਤੋਂ ਹੀ ਹਿੰਦੇ ਅਸੀਂ ਮੈਂ ਕਹਿਣਾ ਕਿ ਮੇਰੀਆਂ ਤਿੰਨੇ ਫਿਲਮਾਂ ਨਹੀਂ ਚੱਲੀਆਂ ਨਾ ਜੋਰਾ ਵਨ ਚੱਲੀ ਨਾ ਟੂ ਚੱਲੀ ਨਾ ਮਰ ਜਾਣੇ ਚੱਲੀ ਬਾਹਰ ਮੈਂ ਇਹ ਗੱਲ ਕਦੇ ਨਹੀਂ ਕਹਿੰਦਾ ਕਿ ਹੁਣ ਮੈਂ ਗੰਦੀ ਕਮੇਡੀ ਵਾਲੀ ਫਿਲਮ ਬਣਾਉਂਗਾ ਜਾਂ ਹੁਣ ਮੈਂ ਆਹ ਕਮੇਡੀਅਨ ਲੈ ਕੇ ਇਹੋ ਜਿਹੀ ਫਿਲਮ ਬਣਾਉਂਗਾ ਨਾ ਮੈਂ ਨਹੀਂ ਬਣਾਉਂਦਾ ਮੈਂ ਉਹੀ ਫਿਲਮ ਬਣਾਉਂਗਾ ਜਿਹੜੀ ਮੈਂ ਬਣਾਉਣੀ ਚਾਹੁੰਦਾ ਉਹ ਚੱਲੇ ਨਾ ਚੱਲੇ ਕਿਸੇ ਨਾ ਦਿਨ ਤਾਂ ਚੱਲੂਗੀ ਮੇਰੀ ਆਡੀਅנס ਬਣ ਚੁੱਕੀ ਹੈ ਮੇਰੀ ਆਡੀਅנס ਪਰਮਾਤਮਾ ਮੇਰੀ ਗੱਲ ਆ ਜਿਹੜੀ ਉਹ ਪੂਰ ਹੋ ਚੁੱਕੀ ਹੈ ਅੱਜ ਲੋਕ ਸਮਝਦੇ ਆ ਕਿ ਅਮਰਦੀਪ ਦਾ ਸਿਨੇਮਾ ਕਿਦਾਂ ਦਾ ਹੁਣ ਆ ਜਿਹੜੀਆਂ ਮੇਰੀਆਂ ਵੈਬ ਸੀਰੀਜ਼ ਬਣਾਈਆਂ ਨੇ ਤੁਹਾਨੂੰ ਦਿਖਾ ਦਿਨਾ ਮੈਨੂੰ ਕਿੰਨੀ ਉਡੀਕ ਆ ਲੋਕਾਂ ਨੂੰ ਉਹਨਾਂ ਦੀ ਧਾਰੋ ਕਦੋਂ ਆਊਗੀ ਜੀ ਦੂਜੀ ਆਪਣੀ ਹਲੇ ਮੈਂ ਪੂਰੀ ਨਹੀਂ ਕੀਤੀ ਉਹਦਾ ਸ਼ੂਟ ਇੱਕ ਦਿਨ ਦਾ ਪਿਆ ਸੁੱਖਾ ਰੀਡਰ ਕਦੋਂ ਆਊਗੀ ਜੀ ਮੁੰਲਾ ਰੋਜ਼ ਪੁੱਛਦੇ ਆ ਮੇਰੇ ਤੋਂ ਜੀ ਮੇਰੇ ਆਖਰੀ ਦੋ ਸਵਾਲ ਨੇ ਮੈਂ ਚਾਹੂੰਗਾ ਸੰਖੇਪ ਦੇ ਵਿੱਚ ਹੀ ਹਣਾ ਆਪਾਂ ਗੱਲ ਕਰੀਏ ਇੱਕ ਤਾਂ ਮੈਂ ਜਿਹੜਾ ਤੁਸੀਂ ਸੂਤਰਧਾਰ ਦਾ ਰੋਲ ਨਿਭਾਇਆਗਾ ਜੂਰਾ ਦੇ ਵਿੱਚ ਮੈਂ ਕੋਈ ਡਾਇਲੌਗ ਤੁਹਾਡਾ ਸੁਣਨਾ ਚਾਹੂੰਗਾ ਜੀ ਤੇ ਇੱਕ ਸਿੱਧੂ ਨਾਲ ਤੁਹਾਡੀ ਮੁਲਾਕਾਤ ਹੋਈ ਸੀ ਸ਼ੋਭਦੀਪ ਸਿੰਘ ਵਰਸਾਦੂਮੂਸੇ ਵਾਲਾ ਹਨ ਜੀ ਉਹ ਮੁਲਾਕਾਤ ਕਿ ਹੋ ਜੀ ਰਹੀ ਜਾਂ ਉਹਨਾਂ ਨਾਲ ਵੀ ਕੋਈ ਪ੍ਰੋਜੈਕਟ ਆ ਰਿਹਾ ਸੀ ਜਿੱਨਾਕ ਮੈਨੂੰ ਪਤਾ ਲੱਗਿਆ ਜੀ ਮੈਂ ਜਿਹੜਾ ਸੂਤਰਧਾਰ ਦਾ ਰੋਲ ਸੀ ਉਹ ਬੇਸਿਕਲੀ ਮੇਰਾ ਕਰੈਕਟਰ ਨਹੀਂ ਸੀ ਉਹ ਦੀਪੇ ਦਾ ਕਰੈਕਟਰ ਸੀਗਾ ਯਾਦ ਗਰੇਵਾਲ ਦਾ ਕਰੈਕਟਰ ਸੀ ਉਹ ਤੇ ਇਹ ਸੱਚ ਹੈ ਯਾਦ ਮੇਰਾ ਛੋਟਾ ਭਰਾ ਹੈ ਮੈਨੂੰ ਬਹੁਤ ਪਿਆਰਾ ਬਠਿੰਡੇ ਤੋਂ ਹੀ ਆ ਪਰ ਜਦੋਂ ਫਿਲਮ ਐਡਿਟ ਕਰ ਰਹੇ ਸੀ ਨਾ ਤਾਂ ਐਡੀਟਰ ਕਹਿ ਦਿੰਦਾ ਹੁੰਦਾ ਵੀ ਆ ਨਾ ਤੁਸੀਂ ਵੈਸੇ ਹੀ ਬੋਲ ਕੇ ਭੇਜ ਦਿਓ ਤਾਂ ਕਿ ਮੈਨੂੰ ਐਡਿਟ ਲਈ ਠੀਕ ਲੱਗੇ ਮੈਨੂੰ ਮਿਲ ਜਾਣ ਡਾਇਲੋਗ ਕਿਉਂਕਿ ਉਹ ਹਿੰਦੀ ਵਾਲਾ ਐਡੀਟਰ ਸੀਗਾ ਪੰਜਾਬੀ ਨਹੀਂ ਸੀ ਹੁੰਦੀ ਉਹਨੂੰ ਤਾਂ ਮੈਂ ਉਹਨੂੰ ਬੋਲ ਕੇ ਭੇਜੇ ਜਦੋਂ ਤਾਂ ਮੈਂ ਬੋਲ ਕੇ ਭੇਜ ਤੇ ਹਾਂ ਨਾ ਕਿ ਆ ਜੇ ਪਹਿਲੀ ਵਾਰੀ ਰਵਾਲ ਵਰ ਮੈਂ ਹੱਥ ਚ ਫੜਿਆ ਸੀ ਮੇਰਾ ਸਾਰਾ ਸਰੀਰ ਕੰਬੀ ਜਾਂਦਾ ਸੀ ਇਹ ਸਾਲੇ ਹਥਿਆਰ ਵੀ ਬੜੀ ਚੀਜ਼ ਐ ਮੇਰੇ ਅਰਗੇ ਲੰਡੂ ਬੰਦੇ ਨੂੰ ਵੀ ਉਹ ਜਦੋਂ ਗਾਲਖੇ ਪੇਹਾਈ ਤੇ ਮੈਂ ਉਹ ਬਾਅਦ ਦੇ ਵਿੱਚ ਡੱਬ ਨਹੀਂ ਹੋਏ ਯਾਦ ਤੋਂ ਉਸ ਫੀਲ ਉਸ ਫੀਲ ਚ ਮੇਰੀ ਮੈਂ ਇੰਨਾ ਕੰਗਲਾ ਕਿ ਮੈਂ ਵੱਡ ਜਾਨਾ ਵਿੱਚ ਫੀਲ ਬਹੁਤ ਜ਼ਿਆਦਾ ਐ ਮੇਰਾ ਮੈਂ ਮੈਂ ਕੁਝ ਨਕਲੀ ਨਹੀਂ ਕੀਤਾ ਜ਼ਿੰਦਗੀ ਚ ਉਸ ਹੰ ਦਾ ਆਇਆ ਹੋਵੇ ਜਾਂ ਨਾ ਆਇਆ ਹੋਵੇ ਪਰ ਮੇਰੀ ਗੱਲ ਉਹ ਆ ਵੀ ਕੱਪੜੇ ਲਾ ਕੇ ਵੜ ਜਾਣਾ ਉਹਨਾਂ ਵਿੱਚ ਹਨ ਜਿਵੇਂ ਮਤਲਬ ਕਮਿਟਮੈਂਟ ਹੁੰਦੀ ਹੈ ਨਾ ਦੇਖੋ ਤੁਸੀਂ ਬੜੀ ਹੋਰ ਤਰ੍ਹਾਂ ਦੀ ਉਦਾਹਰਣ ਦਿੰਨਾ ਮੈਂ ਤੁਹਾਨੂੰ ਵੀ ਬੰਦ ਹੁੰਦਾ ਹੈਗਾ ਸ਼ਹਿਰ ਦਾ ਗੱਟਰ ਹੂੰ ਕੁਝ ਲੋਕ ਕਰ ਹੀ ਆਣਗੇ ਇਹਨੂੰ ਐਂ ਕਰੂ ਇੱਕ ਜਿਹੜਾ ਜਮਾਦਾਰ ਹੁੰਦਾ ਜਿੰਨਾਂ ਦਾ ਕੰਮ ਨਾ ਸਵੀਪਰ ਸਵਾਈ ਕਰਮਚਾਰੀ ਉਹ ਸਾਰੇ ਕੱਪੜੇ ਲਾ ਕੇ ਗੱਟਰ ਜਮੜ ਜਾਂਦੇ ਉਹ ਸਾਫ਼ ਕਰ ਮੈਂ ਐਂ ਹੀ ਮਤਲਬ ਸੈਨਮੇ ਦਾ ਨਾਲ ਮੇਰੀ ਕਮਿਟਮੈਂਟ ਇਹੋ ਜੀ ਆ ਵੀ ਮੈਂ ਫਿਰ ਦੇਖਦਾ ਨਹੀਂ ਵੀ ਕੀ ਆ ਹਨਾ ਕਿਉਂਕਿ ਮੇਰੀ ਕਮਿਟਮੈਂਟ ਇੰਨੀ ਆ ਮੈਂ ਉਸ ਗੱਲ ਨੂੰ ਜਿਵੇਂ ਕੀਤਾ ਹਨ ਉਹ ਉਨੀ ਹੀ ਸ਼ਿੱਦਤ ਨਾਲ ਕੀਤਾ ਜਿਵੇਂ ਕੱਲ ਮੈਂ ਦੇਖਿਆ ਕਿ ਜਿਹਦੇ ਵਾਟਰ ਨਹੀਂ ਸੀ ਪੈ ਰਹੀ ਤੇ ਉਹ ਬੰਦਾ ਆਪ ਪਾ ਕੇ ਕਹੀ ਜਾਂਦਾ ਸੀ ਨਾ ਵੀ ਤੁਸੀਂ ਇੱਧਰ ਰੇਤਾ ਪਾਈ ਚੱਲੋ ਪਾਣੀ ਦੇ ਹੜ ਜੀ ਜੀ ਉਹ ਕਮਿਟਮੈਂਟ ਨਾਲ ਮੈਂ ਕੰਮ ਕਰਦਾ ਤੋਂ ਮੈਂ ਕੀਤਾ ਜਦੋਂ ਤੇ ਮੁੜ ਕਿਉ ਨਾ ਦੀਪ ਨੂੰ ਪਸੰਦ ਆਇਆ ਜਦੋਂ ਯਾਦ ਨੇ ਬੋਲਿਆ ਮਾਂ ਮੇਰੇ ਐਡੀਟਰ ਨੂੰ ਪਸੰਦ ਆਇਆ ਤੇ ਮੈਨੂੰ ਕਹਿੰਦੇ ਸਰ ਥੋੜਾ ਬੋਲਿਆ ਹੀ ਰੱਖਾਂਗੇ ਤੇ ਫਿਰ ਮੈਂ ਦੁਬਾਰੇ ਜੀਤਾ ਨੂੰ ਸਨੀ ਸੁਪਰ ਸਾਊਂਡ ਪਰਮਿੰਦਰ ਹੋਰਾਂ ਦਾ ਸਟੂਡੀਓ ਜਿਹੜਾ ਉਹਦੇ ਚ ਉਹਨੂੰ ਮੈਂ ਡੱਬ ਕੀਤਾ ਤੇ ਉਹ ਮੇਰੀ ਆਪਣੀ ਬੋਲੀ ਸੀਗੀ ਆਪਣੀ ਭਾਸ਼ਾ ਸੀ ਇਸ ਕਰਕੇ ਉਹ ਉਹ ਫੀਲ ਜਿਹੜਾ ਲੋਕਾਂ ਤੱਕ ਬਹੁਤ ਚੰਗੇ ਤਰੀਕੇ ਨਾਲ ਪਹੁੰਚਿਆ ਜਿਹੜਾ ਮੈਂ ਬੋਲਿਆ ਸੀਗਾ ਜਿਵੇਂ ਮੈਂ ਸਿੱਧੂ ਦੀ ਗੱਲ ਕੀਤੀ ਸੀ ਮੈਂ ਚਾਹੁੰਗਾ ਹੁਣ ਆਪਾਂ ਸਮਾਪਤੀ ਵੱਲ ਹੀ ਵਧੀਏ ਤੇ ਅ ਬਸ ਇੱਕ ਮਿੰਟ ਜੀ ਮੈਂ ਗੱਲ ਦੱਸਦਾ ਤੁਹਾਨੂੰ ਮੇਰੀ ਸਿੱਧੂ ਨਾਲ ਜਦੋਂ ਗੱਲ ਹੋਈ ਆ ਉਦੋਂ ਮੈਂ ਪੰਜਾਬੀ ਦੇ ਐਕਟਰਾਂ ਖਾਸ ਕਰਕੇ ਗਾਇਕ ਐਕਟਰਾਂ ਤੋਂ ਮੇਰਾ ਮੂੰਹ ਭੰਗ ਹੋ ਚੁੱਕਿਆ ਸੀ ਬਹੁਤ ਬੁਰੀ ਤਰ੍ਹਾਂ ਕੁਝ ਬੰਦਿਆਂ ਨੇ ਮੇਰਾ ਫੋਨ ਨਹੀਂ ਚੱਕਿਆ ਉਹਨਾਂ ਨੇ ਮੈਨੂੰ ਆਪ ਦੇ ਹੱਥਾਂ ਨਾਲ ਮੇਰੇ ਫੋਨ ਦਿੱਤਾ ਨੰਬਰ ਦਿੱਤਾ ਤੇ ਮੁੜ ਕੇ ਚੱਕੇ ਨਹੀਂ ਨਾ ਮੈਸੇਜ ਦਾ ਜਵਾਬ ਦਿੱਤਾ ਨਾ ਫੋਨ ਚੱਕਿਆ ਦੋ ਤਿੰਨ ਮਤਲਬ ਵੱਡੇ ਐਕਟਰ ਗਾਇਕਾ ਉਹਨਾਂ ਨੇ ਮੇਰੇ ਨਾਲ ਮੈਨੂੰ ਬੇਇੱਜ਼ਤੀ ਮਹਿਸੂਸ ਹੋਈ ਇਸ ਗੱਲ ਜਦੋਂ ਮਿਲਦੇ ਨੇ ਤਾਂ ਪੈਰੀਂ ਹੱਥ ਲਾ ਕੇ ਬਾਬਾ ਜੀ ਬਾਬਾ ਜੀ ਕਰਦੇ ਨੇ ਤੇ ਫੋਨ ਨਹੀਂ ਚੱਕਿਆ ਨਾ ਕੋਈ ਜਵਾਬ ਦਿੱਤਾ ਮੈਂ ਬਹੁਤ ਔਖਾ ਸੀ ਮੈਂ ਆਪਣੇ ਕਿਸੇ ਦੋਸਤ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਯਾਰ ਅੱਜ ਕੱਲ ਦੇ ਗਾਇਕ ਤਾਂ ਯਾਰ ਬਹੁਤ ਮਤਮੀਨ ਨੇ ਯਾਰ ਬਹੁਤ ਬੇਇੱਜ਼ਤੀ ਕਰਦੇ ਆ ਯਾਰ ਮਤਲਬ ਸਾਡੀ ਉਮਰ ਦਾ ਹੀ ਨਹੀਂ ਲਿਆਜ ਰੱਖਦੇ ਨਾ ਸਾਡੇ ਟੈਲੈਂਟ ਦਾ ਨਾ ਸਾਡੇ ਕੰਮ ਦਾ ਤਾਂ ਯਾਰ ਬਹੁਤ ਗਲਤ ਬੰਦੇ ਨੇ ਯਾਰ ਅਸੀਂ ਵੀ ਕਿਸੇ ਟਾਈਮ ਸਾਡਾ ਵੀ ਹਨਾ ਅਸੀਂ ਗਾਇਕੀ ਗੀਤਕਾਰੀ ਵੀ ਕੀਤੀ ਆ ਸਾਨੂੰ ਪਤਾ ਯਾਰ ਜਿਹੜੇ ਲੋਕ ਸਾਨੂੰ ਜਾਣਦੇ ਉਹ ਸਾਡੀ ਇੱਜ਼ਤ ਕਰਦੇ ਆ ਯਾਰ ਅਸੀਂ ਅਸੀਂ ਤਾਂ ਸਿਰਫ ਸੁਣਾਉਣੀ ਆ ਫਿਲਮ ਉਹ ਬਈ ਨਹੀਂ ਕਰਦੇ ਉਸ ਵੇਲੇ ਮੈਨੂੰ ਸਿੱਧੂ ਦਾ ਫੋਨ ਆਇਆ ਸਸੀ ਗੱਲ ਬਾਈ ਸਿੱਧੂ ਬੋਲਦਾ ਮੂਸੇ ਤੋਂ ਉਹਨੇ ਸਾਰਾ ਕੁਝ ਹੀ ਬਦਲ ਕੇ ਰੱਖਤਾ ਉਹ ਜੋ ਮਹੰਗਾ ਇੱਕਾਂ ਬਾਰੇ ਮੇਰੀ ਗੱਲ ਸੀਗੀ ਉਹ ਕੱਲੇ ਬੰਦੇ ਨਹੀਂ ਹੈ ਉਹ ਇੰਨਾ ਘੈਂਟ ਬੰਦਾ ਸੀ ਉਹਨੇ ਮੇਰੇ ਆਪਦੇ ਗੀਤਾਂ ਚ ਜੋਰਾ ਦੇ ਡਾਇਲੌਗ ਵਰਤੇ ਉਹਨੇ ਇਹ ਕਿਹਾ ਕਿ ਜੋਰਾ ਮੇਰੀ ਫੇਵਰੇਟ ਫਿਲਮ ਹੈ ਇੱਕ ਸੋਨਮ ਬਾਜਵਾ ਨੇ ਉਹਦੀ ਇੰਟਰਵਿਊ ਲਈ ਸੀਗੀ ਕਿਸੇ ਚੈਨਲ ਤੇ ਉੱਥੇ ਵੀ ਉਹਨੇ ਡਾਇਲੌਗ ਜੋਰਾ ਦਾ ਬੋਲ ਕੇ ਦਿਖਾਇਆ ਆਪਣੀ ਫਿਲਮ ਦਾ ਨਹੀਂ ਬੋਲ ਕੇ ਦਿਖਾਇਆ ਫੇਰ ਸਾਡੀ ਮੁਲਾਕਾਤ ਹੋਈ ਫਿਰ ਮੈਂ ਉਹਨੂੰ ਗੱਲਾਂ ਉਹਨੂੰ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਸੀ ਵੈਂਡੀਆਂ ਦੀਆਂ ਬਦਮਾਸ਼ਾਂ ਦੀਆਂ ਘੈਂਟ ਬੰਦਿਆਂ ਦੀਆਂ ਸੂਰਮਿਆਂ ਦੀਆਂ ਫਿਰ ਅਸੀਂ ਇੱਕ ਵਿਸ਼ੇ ਨੂੰ ਇਹਨੂੰ ਫਿਲਮ ਬਣਾਵਾਂਗੇ ਫਿਰ ਮੈਂ ਉਹਨੂੰ ਲੈ ਕੇ ਗਿਆ ਮਲੋਟ ਕਿਸੇ ਪਾਤਰ ਦੇ ਘਰੇ ਉਸ ਤੋਂ ਬਾਅਦ ਉਹ ਬਾਹਰ ਚਲਾ ਗਿਆ ਰੋਟਾਂ 'ਚ ਖੜਾ ਹੋ ਗਿਆ ਫਿਰ ਹੋਰ ਪਾਸੇ ਟਾਈਮ ਨਹੀਂ ਲੰਘਿਆ ਤੇ ਇਹ ਅਣਹੋਣੀ ਵਾਪਰ ਗਈ ਪਰ ਮੈਂ ਉਹਨੂੰ ਬਹੁਤ ਯਾਦ ਕਰਦਾ ਉਹ ਬਹੁਤ ਘੈਂਟ ਬੰਦਾ ਸੀਗਾ ਉਹ ਉਹਦੇ ਵਰਗਾ ਉਹੀ ਸੀਗਾ ਉਹ ਜ਼ਰੂਰੀ ਨਹੀਂ ਕਿ ਮੇਰੇ ਨਾਲ ਉਹ ਫਿਲਮ ਬਣਾਉਂਦਾ ਜਾਂ ਮੈਂ ਉਹਦੇ ਨਾਲ ਫਿਲਮ ਬਣਾਉਂਦਾ ਮੈਂ ਇੱਕ ਗੱਲ ਉਹਨੂੰ ਕਹੀ ਸੀ ਉਹਦੇ ਫੋਨ 'ਚੋ ਮੈਸੇਜ ਹੋਊਗਾ ਮੈਂ ਤਾਂ ਉਦੋਂ ਬਾਅਦ ਮੈਸੇਜ ਆਪਣਾ ਮੇਰਾ ਫੋਨ ਚੇਂਜ ਹੋ ਗਿਆ ਸੀ ਉਹਦੇ 'ਚ ਮੈਂ ਇੱਕ ਲਾਈਨ ਲਿਖੀ ਸੀ ਮੈਂ ਕਿਹਾ ਆਪਾਂ ਫਿਲਮ ਕਰੀਏ ਚਾਹੇ ਨਾ ਕਰੀਏ ਪਰ ਆਪਾਂ ਨਾ ਦੋਨੇ ਆੜੀ ਐ ਵੀ ਆਪਾਂ ਬਹੁਤ ਗੱਲਾਂ ਆਪਣੇ 'ਚ ਨਾ ਇੱਕੋ ਜੀਆਂ ਨੇ ਤੇ ਉਹਨੇ ਕਿਹਾ ਸੀ ਵੀ ਹਾਂ ਭਾਈ ਤੇ ਉਹਨੇ ਜਿਸ ਦਿਨ ਮੈਂ ਘਰੇ ਗਿਆ ਸੀ ਤੇ ਉਹਦੇ ਫਾਦਰ ਹੈ ਨਹੀਂ ਸੀਗੇ ਮਦਰ ਸੀਗੇ ਤੇ ਆਪਦੇ ਮਦਰ ਨੂੰ ਵੀ ਮੈਨੂੰ ਐਂ ਕਹਿ ਕੇ ਕਹਿੰਦੇ ਕਹਿੰਦਾ ਮੇਰੇ ਦੋਸਤ ਨੇ ਮਤਲਬ ਮੈਂ ਹੱਸਦਾ ਹੁਣਾ ਵੀ ਮੈਂ ਛਿੱਟੀ ਸਾਢੀ ਆ ਲਾਈ ਸੀਗੀ ਉਹਦੀ ਮਾਂ ਉਹਨਾਂ ਨੇ ਸੋਚਿਆ ਹੁਣਾ ਪਰ ਉਹਦਾ ਸੁਭਾਅ ਸੀ ਇੰਨਾ ਆਪਣਾ ਤੇ ਏਦਾਂ ਦੀ ਸੀਗੀ ਤੇ ਉਹ ਮੈਨੂੰ ਬੜੀ ਯਾਦਗਾਰ ਦੋ ਤਿੰਨ ਮੁਲਾਕਾਤਾਂ ਨੇ ਔਰ ਮੈਨੂੰ ਬਹੁਤ ਦੁੱਖ ਆ ਉਹਦਾ ਉਹ ਜਿਵੇਂ ਸਾਰਿਆਂ ਨੂੰ ਹੀ ਆ ਮੇਰਾ ਇੱਕ ਉਹਦੇ ਨਾਲ ਪਰਸਨਲ ਏ ਅਟੈਚਮੈਂਟ ਸੀ ਜੀ ਸ਼ੁਕਰੀਆ ਭਾਈ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਸਾਨੂੰ ਤੁਸੀਂ ਸਾਡੇ ਸਟੂਡੀਓ ਐ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨ ਜੀ ਤਾਂ ਇਹ ਸੀ ਕਿ ਅਮਰਦੀਪ ਸਿੰਘ ਗਿੱਲ ਜਿਨ੍ਹਾਂ ਨੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਆਉਣ ਵਾਲੇ ਪ੍ਰੋਜੈਕਟ ਇਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਤੇ ਜੋਰਾਂ ਨੂੰ ਲੈ ਕੇ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ ਨੇ ਤੇ ਇਹਨਾਂ ਦੀ ਪੁਸਤਕ ਜਿਹੜੀ ਆ ਰਹੀ ਹੈ ਤੁਰਾਂਗੇ ਤਾਂ ਪਹੁੰਚਾਂਗੇ ਕੱਲ ਤੱਕ ਸਾਰੇ ਜਿਹੜੇ ਬੁੱਕਸਟੋਰਸ ਨੇ ਉੱਥੇ ਪਹੁੰਚ ਜੂਗੀ ਤੇ ਤੁਸੀਂ ਵੀ ਪੜਿਓ ਸਾਰੇ ਪੜਿਓ ਜਿਵੇਂ ਆਖ ਰਹੇ ਨੇ ਕਿ ਕਵਤਾ ਦੇ ਨਾਲ ਮੈਂ ਹਮੇਸ਼ਾ ਚੱਲਦਾ ਰਿਆਂ ਬੇਸ਼ੱਕ ਕਵੀ ਤੋਂ ਲੈ ਕੇ ਫਿਲਮ ਨਿਰਦੇਸ਼ਕ ਤੱਕ ਦਾ ਸਫ਼ਰ ਇਹਨਾਂ ਨੇ ਤੈਅ ਕੀਤਾ ਪਰ ਕਹਿ ਰਹੇ ਨੇ ਕਿ ਕਵਤਾ ਮੇਰੀ ਜਿੰਦ ਜਾਨ ਸੀ ਤੇ ਹੁਣ ਵੀ ਮੈਂ ਕਵੀ ਆ ਤੇ ਨਵੀਂ ਪੁਸਤਕ ਜਿਹੜੀ ਇਹਨਾਂ ਦੀ ਆ ਰਹੀ ਆ ਤੇ ਕਹਿ ਰਹੇ ਨੇ ਕਿ ਜਦੋਂ ਵੱਡੇ ਪ੍ਰੋਜੈਕਟਸ ਦੇ ਨਾਲ ਅਸੀਂ ਫਿਲਮਾਂ ਲੈ ਕੇ ਆਵਾਂਗੇ ਤਾਂ ਨਾਲ ਇਹ ਗੱਲ ਵੀ ਆਖੀ ਇਹਨਾਂ ਨੇ ਕਿ ਜਦੋਂ ਮੈਂ ਪ੍ਰੋਡਿਊਸਰ ਹੋਵਾਂਗਾ ਉਦੋਂ ਉਹ ਮੇਰੀ ਫਿਲਮ ਹੋਵੇਗੀ ਹਲੇ ਜੋ ਵੀ ਫਿਲਮਾਂ ਮੈਂ ਬਣਾਈਆਂ ਨੇ ਉਹ ਜਿਸ ਤਰ੍ਹਾਂ ਦੀਆਂ ਵੀ ਫਿਲਮਾਂ ਹੈਗੀਆਂ ਨੇ ਕਿਤੇ ਨਾ ਕਿਤੇ ਕੰਪਰੋਮਾਈਜ਼ ਹੋਏ ਨੇ ਪਰ ਜਦੋਂ ਮੈਂ ਪ੍ਰੋਡਿਊਸਰ ਹੋਵਾਂਗਾ ਉਹ ਮੇਰੀ ਫਿਲਮ ਹੋਵੇਗੀ ਜਿਹੋ ਜੀਆਂ ਫਿਲਮਾਂ ਪੰਜਾਬੀ ਆਡੀਅנס ਸਾਊਥ ਦੇ ਵਿੱਚ ਦੇਖਦੀ ਹੈ ਹਾਲੀਵੁੱਡ ਦੇ ਵਿੱਚ ਦੇਖਦੀ ਹੈ ਕਹਿੰਦੇ ਕਿ ਪੰਜਾਬੀ ਦੇ ਵਿੱਚ ਮੈਂ ਬਣਾਉਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ